ਇੱਕ ਹੁੰਦੀ ਹੈ ਜੀ ਗ੍ਰਹਿ ਚਾਲ, ਅਤੇ ਇੱਕ ਹੁੰਦੀ ਆ ਗ੍ਰਹਿ ਚਾਲ, ਅਤੇ ਇੱਕ ਹੁੰਦਾ ਗ੍ਰਹਿ। ਇਹਨਾਂ ਨੂੰ ਜਿਵੇਂ ਮਰਜ਼ੀ ਆਪਾਂ ਕਹਿ ਲਈਏ, ਘੁੰਮ ਫਿਰ ਕੇ ਇਹ ਗੱਲ ਮੈਂ ਉਹੀ ਕਰ ਰਿਹਾ ਜਿਹੜੀ ਆਮ ਪਿੰਡਾਂ 'ਚ ਹੁੰਦੀ ਹੈ। ਕਿਉਂਕਿ ਜਦੋਂ ਆਪਾਂ ਗ੍ਰਹਿ ਚਾਲ ਦੂਸਰੇ ਨਾਸਾ ਵਾਲਿਆਂ ਦੇ ਹਿਸਾਬ ਨਾਲ ਗੱਲ ਕਰਾਂਗੇ ਤਾਂ ਉਹਨਾਂ ਨੇ ਆਪਣੀਆਂ ਕੈਲਕੂਲੇਸ਼ਨਾਂ ਮਾਰਨ ਆਪਣੀਆਂ, ਪਰ ਮੈਂ ਪਿੰਡਾਂ ਵਾਲੀ ਗ੍ਰਹਿ ਚਾਲ ਦੇ ਹਿਸਾਬ ਨਾਲ ਗੱਲ ਕਰ ਰਹੇ ਹਾਂ। ਸੋ ਇਹ ਜਿਹੜੀ ਗ੍ਰਹਿ ਚਾਲ ਹੈ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਿਗੜ ਸਕਦੀ ਆ, ਕਿਹਦੀ ਵਿਗੜ ਸਕਦੀ ਆ, ਕਿਉਂ ਕਿਉਂ ਲੱਗ ਰਿਹਾ ਵਿਗੜੇਗੀ, ਇਹ ਆਪਾਂ ਗੱਲ ਅੱਜ ਕਰਨੀ ਆ ਪੰਜਾਬ ਸਰਕਾਰ ਦੇ ਮਾਮਲੇ 'ਚ। ਤੁਸੀਂ ਇਸ ਵਕਤ ਦੇਖ ਰਹੇ ਹੋ ਪ੍ਰੋਗਰਾਮ ਪ੍ਰਾਈਮ ਫੋਕਸ, ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ, ਅਤੇ ਚੈਨਲ ਉਹੀ ਤੁਹਾਡਾ ਆਪਣਾ, ਤੁਹਾਡੇ ਲਈ ਪ੍ਰਾਈਮ ਏਸ਼ੀਆ ਟੀਵੀ। ਅਤੇ ਅੱਜ ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਨੇ ਉਹ, ਇੱਕ ਤਾਂ SGPC ਵਾਲਾ ਮਸਲਾ ਹੌਲੀ ਹੌਲੀ ਵੱਧਦਾ ਵੱਧਦਾ ਇੰਨਾ ਕੁ ਵੱਧ ਗਿਆ ਕਿ ਵੀ ਖਲਾਰਾ ਪਏਗਾ ਜਾਪਦਾ। ਕਿਉਂਕਿ ਹੁਣ ਜਿਹੜੀਆਂ ਕਹਿ ਲਓ ਕਿ ਅਕਾਲੀ ਦਲ ਵਿਰੋਧੀ ਪਾਰਟੀਆਂ ਸੀ, ਚਾਹੇ ਉਹ ਅਕਾਲੀ ਦਲ ਦੇ ਵਿੱਚ ਹੀ ਕਿਉਂ ਨਹੀਂ ਸੀ ਲੀਡਰ, ਉਹਨਾਂ ਨੂੰ ਵੀ ਮੌਕਾ ਮਿਲ ਗਿਆ ਕਿ ਇਹ ਜਿਹੜਾ ਮੁੱਦਾ ਹੈ ਇਹਨੂੰ ਜ਼ਰੂਰ ਬਣਾਇਆ ਜਾਵੇ, ਕਿਉਂਕਿ ਉਹਨਾਂ ਨੂੰ SGPC ਇਲੈਕਸ਼ਨਾਂ ਵੀ ਦੀਦੀਆਂ ਗਏ। ਇਸ ਤੋਂ ਇਲਾਵਾ ਪਾਣੀਆਂ ਦਾ ਮਸਲਾ ਜਿਹੜਾ ਜੀ ਇੱਕ ਵਾਰ ਫਿਰ ਤੋਂ ਸੁਖਪਾਲ ਖਹਿਰਾ ਹੋਰਾਂ ਨੇ ਚੱਕਿਆ, ਉਹ ਵੀ ਜ਼ਿਕਰ ਕਰ ਦਿਆਂਗੇ। ਰਾਹੁਲ ਗਾਂਧੀ ਹੋਣੀ ਤਾਂ ਕਹਿੰਦੇ ਵੀ ਮੈਂ ਕੁਰਸੀ 'ਤੇ ਬਹਿਣਾ ਨਹੀਂ, ਪਰ ਮੈਨੂੰ ਲੱਗਦਾ ਹੈ ਕਿ ਵੀ ਹੁਣ ਕਾਂਗਰਸ ਪਾਰਟੀ ਵਾਲੇ ਨੇ ਕੁਰਸੀ ਪਾਸੇ ਰੱਖ ਦਿੱਤੀ, ਕਹਿੰਦੇ ਵੀ ਕੁਰਸੀ ਰਹਿਣੀ ਤੁਹਾਡੀ ਹੈ, ਬਹਿਣਾ ਬਹੁ, ਨਹੀਂ ਬਹਿਣਾ ਨਾ ਬਹੁ। ਇਸ ਤੋਂ ਇਲਾਵਾ ਜਿਹੜੀ ਗੱਲ ਕਰਨ ਵਾਲੀ ਹੈ ਉਹ ਹੈ ਪੰਜਾਬ ਦੇ ਵਿੱਚ ਕੁਛ ਕੁ ਚੀਜ਼ਾਂ ਜਿਹੜੀਆਂ ਕਿ ਖਾਸ ਕਰਕੇ ਹੋ ਸਕਦਾ ਘੁੰਮ ਫਿਰ ਕੇ ਕਰਜ਼ੇ ਨਾਲ ਜਾਂ ਹੋਰਨਾਂ ਚੀਜ਼ਾਂ ਨਾਲ ਜਾਣ ਕੇ ਜੁੜਦੀਆਂ ਹੋਣ, ਉਹ ਵੀ ਜ਼ਿਕਰ ਕਰ ਦਿਆਂਗੇ। ਇੱਕ ਇਲੈਕਸ਼ਨ ਕਮਿਸ਼ਨ ਨੇ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੇ ਮਾਮਲੇ 'ਚ ਜਵਾਬ ਤਲਬੀ ਕੀਤੀ ਸੀ, ਉਹਦੇ 'ਤੇ ਪੰਜਾਬ ਸਰਕਾਰ ਨੇ ਕੀ ਜਵਾਬ ਦਿੱਤਾ ਉਹ ਵੀ ਜ਼ਿਕਰ ਕਰ ਦਿਆਂਗੇ। ਇੱਕ ਅੱਜ ਕੱਲ੍ਹ ਕਿਉਂਕਿ ਹਨੇਰੀਆਂ ਨੂਰੀਆਂ ਦਾ ਮੌਸਮ ਹੈ, ਇਸ ਕਰਕੇ 550 ਦੇ ਕਰੀਬ ਪਿੰਡ ਗੁਜਰਾਤ 'ਚੋਂ ਖਾਲੀ ਕਰਵਾਇਆ ਗਿਆ, ਉਹਦੇ ਪਿੱਛੇ ਕਾਰਨ ਕੀ ਵੀ ਜ਼ਿਕਰ ਕਰਾਂਗੇ। ਅਤੇ ਨਾਲ ਇਹ ਸਾਰੀਆਂ ਗੱਲਾਂ ਬਾਤਾਂ ਕਰਨ ਲਈ ਆਪਣੇ ਨਾਲ ਬਾਠ ਸਾਹਿਬ ਨੇ, ਹੋਰ ਬਾਠ ਸਾਹਿਬ ਸਿਹਤਾਂ ਕਿੱਦਾਂ? ਸਿਹਤਾਂ ਆਰਾਮ ਆ ਜੀ। ਕੁਛ ਦਵਾਈ ਲਈ ਜਾਂ ਨਹੀਂ? ਨਹੀਂ ਦਵਾਈ ਨਹੀਂ, ਦਿਸ਼ਾਂਦਾ ਪੀਤਾ ਸੀ। ਆਹ ਵਧੀਆ ਕੀਤਾ ਜੀ, ਪਰ ਨਹੀਂ ਹੁਣ ਗਰਮੀ ਨਾ ਕਰ ਜੇ ਕਦੇ। ਨਹੀਂ ਇੱਦਾਂ ਦਾ ਕੋਈ ਮਸਲਾ ਨਹੀਂ, ਕਿਉਂਕਿ ਮਾੜੇ ਬੰਦੇ ਨੇ ਉਹ ਚੀਜ਼ ਪੀਣੀ ਹੁੰਦੀ ਜਿਹੜੀ ਹੋਵੇ ਕੋਲ। ਇਹ ਸਾਡੇ ਕੋਲ ਤੁਹਾਡੇ ਵਾਂਗੂ ਚੁਆਇਸ ਨਹੀਂ ਹੁੰਦੀ। ਤੁਸੀਂ ਤਾਂ ਗਰਮੀ ਬਾਅਦ 'ਚ ਸ਼ੁਰੂ ਹੋਈ, ਤੁਸੀਂ ਪਹਿਲਾਂ ਉਂਗਲਾਂ 'ਤੇ ਗਿਣਨਾ ਆਪਣਾ ਡਲਹੌਜ਼ੀ ਜਾਣਾ, ਮਨਾਲੀ ਜਾਣਾ ਕਿ ਉੱਥੇ ਜਾਣਾ। ਸਾਨੂੰ ਹੁੰਦਾ ਪੱਖੀ ਲੈਣੀ ਕਿ ਉਹ ਕਰਨੀ ਕਿ ਆਹ ਕਰਨਾ। ਆਹ ਜਿਹੜਾ ਤੁਸੀਂ ਨਾਲ ਇਹਨਾਂ 'ਚੋਂ ਗਿਆ ਕੌਣ ਹੈ ਵੀ ਦੱਸੋ, ਮੈਂ ਤਾਂ ਕਿਧਰ ਗਿਆ, ਇਹ ਤਾਂ ਮਾੜੇ ਬੰਦੇ ਗਏ ਡਲਹੌਜ਼ੀ। ਜਾਮ ਲੱਗੇ ਹੋਏ ਨੇ ਭਾਈ, ਉੱਥੇ ਤਾਂ ਇੰਨੇ ਪੰਜਾਬੀ ਗਏ ਹੋਏ ਆ। ਪਰ ਤਾਂ ਤੁਸੀਂ ਕਹਿੰਦੇ ਯਾਰ ਮੈਂ ਗੱਲ ਚੀੜਦਾ। ਦੇਖੋ ਅੱਜ ਲੱਗਣਾ ਝੋਨਾ, ਸਾਨੂੰ ਤਾਂ ਫਿਕਰ ਉਹਦਾ ਲੱਗਣਾ ਸ਼ੁਰੂ ਹੋ ਗਿਆ ਕਿ ਅਸੀਂ ਤਾਂ ਭਾਈ ਉੱਥੋਂ ਪਨੀਰੀ ਪੱਟਣੀ ਆ ਅਤੇ ਝੋਨਾ ਲਾਉਣਾ, ਚਾਰ ਪੈਸੇ ਇਹਨਾਂ ਦਿਨਾਂ 'ਚ ਸਾਡੇ ਬਣਨੇ, ਤਾਂ ਫਿਰ ਅੱਗੇ ਜਾ ਕੇ ਕੰਮ ਤੁਰਨਾ। ਤੁਸੀਂ ਤਾਂ ਵੱਡੇ ਬੰਦੇ ਹੋ, ਝੋਨਾ ਮੁੜ ਕੇ ਵੇਚ ਲੈਣਾ, ਜੇ ਆੜਤੀਆਂ ਨੂੰ ਵਿਕਿਆ ਤਾਂ 50,000 ਉਹਨੇ ਰਬੜ ਪਾ ਕੇ ਤੁਹਾਨੂੰ ਦੇ ਜਾਣਾ, ਵੱਡੇ ਬੰਦੇ ਹੋ ਭਾਈ। ਇਹ ਤਾਂ ਇਹ ਨਾ ਮਤਲਬ ਲੱਗਦਾ ਹੁੰਦਾ ਜੀ, ਮਤਲਬ ਰਬੜ ਪਾ ਕੇ ਆੜਤੀਆਂ ਨਹੀਂ ਦੇਣ ਜਾਂਦਾ, ਜਦੋਂ ਵਿਚਾਰਾ ਰਬੜ ਦੀਆਂ ਚਪਲਾਂ ਪਾ ਕੇ 5-4 ਗੇੜੇ ਮਾਰਨੇ ਪੈਂਦੇ ਨਾ ਵੀ ਸ਼ਾਹ ਜੀ ਕਰੋ ਕਿਰਪਾ, ਉਹ ਥੋੜ੍ਹਾ ਉਹ ਬਹਿ ਜਾ ਯਾਰ, ਤੂੰ ਤੰਗ ਨਾ ਕਰੇ ਉਹ ਜਿਹੜਾ ਬਾਹਰ ਪੱਖਾ, ਕਿਉਂਕਿ ਮਤਲਬ ਕਦੀ ਆੜਦੇ ਤੁਸੀਂ ਵੀ ਮੇਰੇ ਖਿਆਲ ਜਾਣ ਦਾ ਮੌਕਾ ਮਿਲਿਆ ਹੋਣਾ, ਆੜਤੀ ਨੇ ਇੱਕ ਬਾਹਰ ਮਤਲਬ ਗੱਦਾ ਬਣਾਇਆ ਹੁੰਦਾ ਜਿੱਥੇ 5-4 ਟੁੱਟੀਆਂ ਜਾਂ ਕੁਰਸੀਆਂ ਹੁੰਦੀਆਂ ਹਨ, ਇੱਕ ਟੁੱਟਾ ਜਿਹਾ ਰਹਿਬਰ ਰੱਖਿਆ ਹੁੰਦਾ ਜਿਸ 'ਚੋਂ ਪਾਣੀ ਪੀਣਾ ਅਤੇ ਪੀ ਲਓ, ਨਹੀਂ ਪੀਣਾ ਨਾ ਪੀਓ। ਫਿਰ ਉਸ ਤੋਂ ਬਾਅਦ ਅਗਲੇ ਕਮਰੇ ਹੁੰਦੇ ਜੀ, ਬਿਲਕੁਲ ਪਿਛਲੇ ਵਾਲੇ ਕਮਰੇ ਦੇ ਵਿੱਚ ਸ਼ਾਹ ਜੀ ਹੁਣੀ ਬੈਠੇ ਹੁੰਦੇ, ਉੱਥੋਂ ਤੱਕ ਕੋਈ ਨਹੀਂ ਜਾਣ ਦਿੰਦਾ, ਕਿਉਂਕਿ ਉਹਦੇ ਵਿਚਾਲੇ ਵਾਲੇ ਮੁਨੀਮ ਜਿਹੜੇ ਉਹ ਬਹਿ ਜਾ ਯਾਰ ਤੈਨੂੰ ਕਿਉਂ ਆਖਿਆ ਨਾ, ਉੱਥੇ ਜਿਹੜਾ ਵਿਚਾਰਾ ਉਹ ਚੀਕੂ ਕਰਦਾ ਪੱਖਾ ਸੁਣਨਾ ਪੈਂਦਾ ਨਾ 1.5-2 ਘੰਟੇ ਦੇ, ਐਂਡ 'ਤੇ ਜਾ ਕੇ ਹਿਸਾਬ ਇਹ ਹੁੰਦਾ ਵੀ ਭਾਈ ਸਾਹਿਬ ਇੰਨੇ ਦੀ ਵੇਚੀ ਸੀ, ਇੰਨੇ ਪਿਛਲੇ ਕੱਟੇ ਗਏ, ਇੰਨਾ ਵਿਆਜ ਫੇਰ ਖਲੋਤਾ, ਅਤੇ ਬਹੁਤੀ ਗੱਲ ਆ, ਅਤੇ ਫਿਰ ਤੈਨੂੰ ਇੰਨੇ ਐਡਵਾਂਸ ਦੇ ਦਿੰਦੇ ਆ ਜੀ, ਤੇਰੇ ਵਾਲੀ ਦਾ ਕੁਛ ਨਹੀਂ ਬਚਿਆ। ਉਹ ਕਈ ਵਾਰੀ ਇਹ ਦੂਰੋਂ ਵੇਖਣ ਨੂੰ, ਉਹ ਕਹਿੰਦੇ ਦੂਰ ਦੇ ਢੋਲ ਸੁਹਾਵਣੇ ਨਹੀਂ ਲੱਗਦੇ। ਉਹ ਕਈ ਵਾਰੀ ਉੱਥੇ ਸ਼ਾਹ ਜੀ ਉਹਨਾਂ ਦੇ ਨਾ 5-7 ਟਿਫਨ ਦੇ ਵਿੱਚੋਂ ਡੱਬੇ ਨਿਕਲੇ ਹੁੰਦੇ ਆ, ਇਹਦੇ ਵਿੱਚ ਥੋੜ੍ਹੇ ਜਿਹਾ ਚੌਲ ਨੇ, ਇਹਦੇ ਵਿੱਚ ਥੋੜ੍ਹਾ ਜਿਹਾ ਸਲਾਦ ਕੱਟਿਆ ਹੋਇਆ, ਇਹਦੇ ਵਿੱਚ ਬਾਅਦ ਵਿੱਚ ਫਰੂਟ ਵੀ ਖਾਣਾ, ਫਿਰ ਕੁਝ ਮਿੱਠਾ ਵੀ ਹੈਗਾ ਨਾ, ਪੂਤਨੇ ਦੀ ਚਟਨੀ ਸ਼ਾਹ ਜੀ ਖਾਂਦੇ, ਕਿਉਂਕਿ ਬੈਠੇ ਦੀ ਤਾਂ ਗੈਸ ਹੋ ਜਾਂਦੀ ਹੈ, ਉਹਦੇ ਲਈ ਚਟਨੀ ਠੀਕ ਹੈ। ਪਰ ਉਹ ਜਿਹੜੀ ਗੈਸ ਸ਼ਾਹ ਜੀ ਨੂੰ ਹੁੰਦੀ ਹੈ ਉਹਦੇ ਨਾਲ ਕਿੰਨਾ ਪ੍ਰਭਾਵ ਪੈਂਦਾ ਪੰਜਾਬ ਦੀ ਕਿਸਾਨੀ 'ਤੇ ਜਾਂ ਬਾਕੀ ਪਾਸੇ, ਧਿਆਨ ਉਹ ਵੀ ਦੇਣਾ ਬਣਦਾ। ਪਰ ਮੈਂ ਇੱਕ ਤੁਹਾਨੂੰ ਸਲਾਹ ਜਿਹੜੀ ਪਿਛਲੇ ਦਿਨ ਦਿੱਤੀ ਸੀ ਨਾ ਕਿ ਅੱਜ ਕੱਲ੍ਹ ਤੁਸੀਂ ਰੋਹ ਹੁਣ ਥੋੜ੍ਹੀ ਜਿਹੀ ਘੱਟ ਪੀਆ ਕਰੋ, ਕਿਉਂਕਿ ਆਊਟ ਆਫ ਸੀਜ਼ਨ ਜਿਹਾ ਕੰਮ ਹੋ ਗਿਆ। ਨਹੀਂ ਨਹੀਂ ਉਹ ਤਾਂ ਐਵੇਂ ਕਹਿ ਲਓ ਕਿ ਵੀ ਕਿਸੇ ਨੇ ਕਿਹਾ ਜੀ ਅਤੇ ਪੰਗਾ ਲੈ ਲਿਆ, ਪੰਗਾ ਲੈ ਲਿਆ, ਮੈਂ ਇਹਨੂੰ ਉਧਾਰ ਕੇ, ਮੈਂ ਕਿਹਾ ਵੀ ਨਾ ਕਰੀਏ ਨਾ ਕਰੀਏ, ਪਰ ਮਤਲਬ ਹੁਣ ਕਿਹੋ ਜਿਹਾ ਮੰਨਣੀ ਪੈਂਦੀ, ਨਹੀਂ ਮੰਨਣੀ ਕਾਹਦੀ ਪੈਂਦੀ। ਮੈਂ ਕਈ ਵਾਰੀ ਦੇਖਿਆ ਕਿ ਜੇ ਕਿਤੇ ਮੈਂ ਕੁਝ ਖਾਣ ਪੀਣ ਨੂੰ ਕਿਤੇ ਰੇਹੜੀ 'ਤੇ ਰੁਕ ਵੀ ਜਾਵਾਂ ਤਾਂ ਤੁਸੀਂ ਬ੍ਰੇਕ ਮਾਰ ਕੇ ਕਿੱਦਾਂ ਜੀ ਹੁੰਦਾ ਕਿ ਭਾਈ ਅਗਲੇ ਨੇ ਕਹਿ ਦੇਣਾ ਆਓ ਚਾਹ ਦਾ ਗਲਾਸ ਕੱਪ ਪਲਾਈਏ, ਮੈਂ ਕਿੱਦਾਂ ਹੀ ਤਾਂ ਪੁੱਛਦਾ ਨਾ ਵੀ ਯਾਰ ਰੇਹੜੀਆਂ ਦਾ ਖਹਿੜਾ ਛੱਡੋ, ਕੁਝ ਚੰਗੇ ਥਾਂ ਤੁਹਾਨੂੰ ਖਵਾਈਏ, ਤੁਸੀਂ ਨਹੀਂ ਮੰਨਦੇ ਨੂੰ ਕੀ ਕਰੀਏ। ਅੱਛਾ ਗੱਲ ਸੁਣੋ, ਆਪਾਂ ਬਾਕੀ ਚੀਜ਼ਾਂ ਸਾਰੀਆਂ ਨਿਬੇੜ ਲਈਏ ਜੀ। ਇੱਕ ਸੁਣਿਆ ਜਿਹੜਾ ਸਟਾਰਟਿੰਗ ਦੇਣਾ ਵੀ ਝੋਨਾ ਅਜੇ ਤਾਂ ਆਪਾਂ ਨਹੀਂ ਛੱਡ ਪਾ ਰਹੇ ਜੀ, ਕਿਉਂਕਿ ਸਰਕਾਰਾਂ ਸਾਨੂੰ ਕੋਈ ਰਾਹ ਨਹੀਂ ਦੱਸਦੀਆਂ ਵੀ ਝੋਨੇ ਤੋਂ ਬਿਨਾਂ ਅਸੀਂ ਕੀ ਬੀਜਣਾ, ਪਰ ਜੇ ਸਰਕਾਰਾਂ ਨਹੀਂ ਦੱਸਦੀਆਂ ਤਾਂ ਆਪਾਂ ਜ਼ਰੂਰ ਕੋਈ ਨਾ ਕੋਈ ਅਲਟਰਨੇਟਿਵ ਲੱਭਣ ਦੀ ਕੋਸ਼ਿਸ਼ ਕਰੀਏ। ਬਾਕੀ
ਅਜੇ ਸਾਡੀਆਂ ਸਰਕਾਰਾਂ ਉਧਰਲੇ ਪਾਸੇ ਆਈਆਂ ਨਹੀਂ ਅਤੇ ਅਸੀਂ ਜਾ ਨਹੀਂ ਸਕਦੇ, ਇਸ ਕਰਕੇ ਜਦੋਂ ਪਾਣੀ ਲਾਉਣਾ ਤਾਂ ਐਂ ਕਰਿਓ ਐਤਕੀ ਪਾਈ ਉੱਥੇ ਪਾਣੀ ਤਾਂ ਖੇਤਾਂ 'ਚ ਹੋਣਾ ਆ, 5-7 ਬੂਟੇ ਲਾ ਦਿਓ, ਉਸੇ ਪਾਣੀ ਦੇ ਨਾਲ ਬੂਟੇ ਵੀ ਪਲ ਜਾਣਗੇ, ਝੋਨਾ ਤਾਂ ਆਪਾਂ ਵੱਢ ਲੈਣਾ, ਪਾਣੀ ਤਾਂ ਧਰਤੀ ਦੇ ਹੇਠੋਂ ਕੱਢ ਹੀ ਲੈਣਾ, ਉਹ ਇਸ ਕਰਕੇ ਉਹ ਬੂਟੇ ਲਾ ਕੇ ਜੇ ਪਾਲ ਲਿਓਗੇ ਤਾਂ ਸ਼ਾਇਦ ਜਿਹੜਾ ਦੁੱਖ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੇਣਾ ਉਸ ਦੁੱਖ ਦੇ ਵਿੱਚ ਥੋੜ੍ਹੀ ਜਿਹੀ ਘਾਟ ਆ ਜਾਏ। ਬਾਕੀ ਇੰਨਾ ਜ਼ਰੂਰ ਹੈ ਵੀ ਜਦੋਂ ਆਪਾਂ ਉੱਥੇ ਜਾ ਕੇ ਰੁੱਖ ਲਾਉਣ ਬਾਰੇ ਸੋਚਦੇ ਹਾਂ ਫਿਰ ਸੋਚਦੇ ਵੀ ਵੱਟ ਕਿਹੜੀ 'ਤੇ ਲਾਈਏ, ਅਤੇ ਜੇ ਸਾਂਝੀ ਵੱਟ ਹੋਈ ਤਾਂ ਉਹਦਾ ਰੌਲਾ ਪੈ ਜਾਣਾ, ਅਤੇ ਜੇ ਆਪਣੇ ਵਾਲੀ 'ਚ ਕਿਤੇ ਜ਼ਮੀਨ 'ਚ ਬੰਦਾ ਲਾਉਣ ਬਾਰੇ ਸੋਚੇ ਵੀ ਨਹੀਂ ਯਾਰ ਇਹ ਛੌਰਾ ਹੋ ਜਾਣਾ ਅਤੇ ਮੁੜ ਕੇ ਉੱਥੇ ਫਸਲ ਨਹੀਂ ਹੋਣੀ। ਮੇਰੇ ਖਿਆਲ ਨਾਲ ਹੋਰ ਕੁਛ ਨਹੀਂ ਤਾਂ ਜਿੱਥੇ ਆਪਣਾ ਮੋਟਰ ਵਾਲਾ ਕੋਠਾ ਐਟਲੀਸਟ ਉਹਦੇ ਘੇਰੇ ਘੇਰੇ ਤਾਂ ਕੁਛ ਬਣਾਇਆ ਜਾ ਸਕਦਾ, ਅਤੇ ਉਹਨਾਂ ਨਾਵਲ ਤੂਤਾਂ ਵਾਲਾ ਖੂਹ ਜੀ ਘੱਟੋ ਘੱਟ ਤੂਤਾਂ ਵਾਲੀ ਮੋਟਰੀ ਬਣਾ ਲਈ ਆਪਾਂ। ਨਹੀਂ ਉਹ ਬਹੁਤ ਜ਼ਰੂਰੀ ਆ, ਅਤੇ ਇੱਕ ਸੁਨੇਹਾ ਅੱਜ ਆਪਾਂ ਹੋਰ ਦੇ ਦੇਣਾ, ਜਲੰਧਰ ਦੇ ਵਿੱਚ 5-6 ਕੁਇੰਟਲ ਜਾਲੀ ਜਿਹੜੀਆਂ ਉਹ ਕੀੜੇ ਮਾਰ ਦਵਾਈਆਂ ਫੜੀਆਂ ਗਈਆਂ ਕੱਲ੍ਹ। ਭਾਈ ਹੁਣ ਜਦੋਂ ਵੀ ਕਿਸੇ ਭਾਵੇਂ ਆੜ੍ਹਤੀਏ ਤੋਂ ਖਰੀਦੋ, ਜਿਹਦੇ ਤੋਂ ਮਰਜ਼ੀ ਖਰੀਦੋ, ਕਿਉਂਕਿ ਸਮਾਨ ਉਹਨਾਂ ਨੇ ਸਾਰਾ ਰੱਖਿਆ ਹੁੰਦਾ, ਬਿੱਲ ਜ਼ਰੂਰ ਲਿਓ, ਬਿੱਲ ਲੈ ਲਿਓ, ਅਤੇ ਜਿਹੜੇ ਪੈਕਟ ਦੇ ਵਿੱਚੋਂ ਕੱਢ ਕੇ ਜਿਹੜੇ ਡੱਬੇ ਦੇ ਵਿੱਚੋਂ ਕੱਢ ਕੇ ਉਹ ਦਵਾਈਆਂ ਪਾਓਗੇ ਉਹ ਵੀ ਥੋੜ੍ਹੀਆਂ ਜਿਹੀਆਂ ਸਾਂਭ ਕੇ ਰੱਖਿਓ, ਰੱਖਿਓ ਉੱਪਰੀਆਂ, ਇਹ ਨਾ ਹੋਵੇ ਕਿ ਬੱਚਿਆਂ ਦਾ ਹੱਥ ਉੱਥੇ ਲੱਗੇ, ਕਿਉਂਕਿ ਐਤਕੀ ਆਪਣੀ ਲੁੱਟ ਤੁਸੀਂ ਆਪ ਬਚਾਉਣੀ ਹੈ, ਆਪਾਂ ਮੁੜ ਕੇ ਨਹੀਂ ਰੌਲਾ ਪੈਣਾ ਕਿ ਭਾਈ ਫਰਜ਼ੀ ਦਵਾਈਆਂ ਜਾਲੀ ਦਵਾਈਆਂ ਆ ਗਈਆਂ ਆਹ ਆ ਗਿਆ। ਐਤਕੀ ਬਿੱਲ ਵੀ ਲੈ ਲਿਓ, ਫਾਈਲ ਦੇ ਵਿੱਚ ਲਾ ਲਿਓ, ਤਾਂ ਜਿਹੜੇ ਡੱਬੇ ਡੁੱਬੇ ਹੋਏ ਨਾ ਉਹਨਾਂ ਨੂੰ ਉੱਪਰਲੀ ਜਗ੍ਹਾ ਦੇ ਉੱਤੇ ਟੰਗ ਕੇ ਰੱਖਿਓ ਜਦੋਂ ਤੱਕ ਤੁਹਾਨੂੰ ਇਹ ਨਹੀਂ ਲੱਗਦਾ ਕਿ ਭਾਈ ਇਹ ਕੰਮ ਕਾਰਗਰ ਹੋ ਗਿਆ। ਪ੍ਰੈਕਟੀਕਲ ਗੱਲ ਫਿਰ ਦੱਸਾਂ, ਆ ਜਾਓ, ਜਿਹੜੇ ਬੰਦੇ ਨੇ ਮਤਲਬ ਆ ਬਿੱਲ ਲੈਣਾ ਉਹਨੂੰ ਨਕਲੀ ਦਵਾਈ ਨਹੀਂ ਦਿੰਦੇ ਜੀ, ਕਿਉਂਕਿ ਉਹਨੂੰ ਪਤਾ ਵੀ ਜਿਹਨੇ ਬਿੱਲ ਲੈ ਲਿਆ ਤਾਂ ਇਹਨੇ ਸਾਡੇ ਗੱਲ 'ਚ ਸਾਫਾ ਪਾਉਣਾ। ਇਹ ਜਿਹੜੇ ਨਕਲੀ ਦਵਾਈਆਂ ਬਣਾਉਣ ਵਾਲੇ ਨੇ ਉਹਨਾਂ ਨੂੰ ਪਤਾ ਵੀ ਅਸੀਂ ਇਹਨੂੰ ਵੇਚਣਾ ਕਿੱਦਾਂ, ਉਹ ਨਕਲੀ ਦਵਾਈ ਸਿੱਧੀ ਦੁਕਾਨ 'ਤੇ ਘੱਟ ਵੇਖਦੀ ਹੈ ਅਤੇ ਥਰੂ ਸ਼ਾਹਜੀ ਜ਼ਿਆਦਾ ਵੇਖਦੀ ਹੈ ਜੀ, ਕਿਉਂਕਿ ਸ਼ਾਹਜੀ ਨੇ ਨਾ, ਹੁਣ ਮੰਨ ਲਓ ਵੀ ਅਗਲਾ ਬੰਦਾ ਕਹਿੰਦਾ ਵੀ ਜਨਾਬ ਹੋਰ ਕੁਛ ਨਹੀਂ, 5,000 ਦੇ ਦਿਓ, ਕੋਈ ਤੇਲ ਤੂਲ ਪਾਵਾਂਗੇ, ਝੋਨਾ ਲਾ ਲਾਂਗੇ, ਨਾਲੇ ਮਹਾਰਾਜ ਦਵਾਈ ਵੀ ਖਾਣੀ, ਦਵਾਈ ਤੂੰ ਕਾਹਦੀ ਖਾਣੀ, ਆ ਲੈ ਪਰਚੀ ਫਲਾਨੇ ਸਟੋਰ ਤੋਂ ਚੱਕ ਲਈ ਦਵਾਈ ਜੀ। ਹੁਣ ਜਿਹੜਾ ਬੰਦਾ ਪਰਚੀ ਲੈ ਕੇ ਵਿਚਾਰਾ ਦਵਾਈ ਲੈਣ ਜਾਣ ਡਿਆ ਅਤੇ ਉਹ ਮੁੜ ਕੇ ਉੱਥੋਂ ਵਾਲੇ ਮਤਲਬ ਜਿਹੜੇ ਦਵਾਈਆਂ ਵਾਲੇ ਸ਼ਾਹਜੀ ਆ ਉਹਨਾਂ ਨੇ ਆਖੇ ਵੀ ਸ਼ਾਹਜੀ ਬਿੱਲ ਦੇ ਦਿਓ, ਉਹਨੂੰ ਮਿਲੂ ਦਵਾਈ। ਅੱਜ ਜਿਹੜੀ ਤੁਸੀਂ ਹਰ ਰੋਜ਼ ਪਰਚੀ ਵਾਲੀ ਗੱਲ ਲੈ ਆਉਂਦੇ ਨਾ, ਕੱਲ੍ਹ ਵੀ ਤੁਸੀਂ ਪਰਚੀ ਦੀ ਗੱਲ ਕੀਤੀ ਸੀ ਕਿ ਪਰਚੀ ਪਤਾ ਨਹੀਂ ਕਿੱਥੋਂ ਆਉਂਦੀ ਆ, ਕਿਹੜੀ ਜੇਬ ਦੇ ਵਿੱਚ ਪੈਂਦੀ ਆ, ਹੁਣ ਇੱਥੇ ਵੀ ਪਰਚੀ, ਇਹ ਪਰਚੀ ਵਾਲਿਆਂ ਦੇ ਨਾਲ ਤੁਹਾਡਾ ਬਹੁਤ ਤੇਜ਼ ਲੱਗਦਾ। ਨਹੀਂ ਨਹੀਂ ਤੇਜ਼ ਨਹੀਂ ਗਾ, ਮੈਂ ਇਹ ਕਹਿ ਰਿਹਾ ਕਿ ਪੰਜਾਬ 80% ਪਰਚੀਆਂ ਦੇ ਸਿਰ 'ਤੇ ਚੱਲਦਾ। ਇਲੈਕਸ਼ਨ ਹੋਵੇ ਤਾਂ ਜਦੋਂ ਪਹਿਲਾਂ ਹੁੰਦਾ ਸੀ ਕਿ ਬੋਤਲ ਬੋਤਲ ਘਰ ਵੰਡਣੀ, ਹੁਣ ਕਹਿੰਦੇ ਪਰਚੀ ਦੇ ਦਿੰਦੇ ਕਿ ਭਾਈ ਫਲਾਨੇ ਠੇਕੇ ਤੋਂ ਜਿਹੜੀ ਚੀਜ਼ ਚੱਕਣੀ ਚੱਕ ਲਾ, ਅਸੀਂ ਪੇਪਰਾਂ ਤੋਂ ਪਾਸ ਹੋਣਾ ਤਾਂ ਅਸੀਂ ਪਰਚੀ ਲੈ ਕੇ ਪਾਸ ਹੋਣਾ, ਅਸੀਂ ਜੇ ਸਵਾਲਾਂ ਜਵਾਬਾਂ ਦਾ ਕੰਪੀਟੀਸ਼ਨ ਉਹ 'ਚ ਵੀ ਕਹਿੰਦੇ ਪਰਚੀ ਤਾਂ ਦਿਓ ਮਾੜੀ ਜੀ, ਮੈਨੂੰ ਨਹੀਂ ਸਮਝ ਆਉਂਦੀ। ਹੁਣ ਜਿਹੜੀ ਗੱਲ ਤੁਸੀਂ ਭੁੱਲ ਹੀ ਗਏ ਜਿਹੜੀ ਮਤਲਬ ਸਰਕਾਰੀ ਹਸਪਤਾਲ 'ਚ ਲੈਣ ਲਾ ਕੇ ਤੇ ਬੰਦਾ ਕਹਿੰਦਾ ਵੀ ਮੈਨੂੰ ਪਰਚੀ ਮਿਲ ਜਾਵੇ, ਅੱਜ ਦਵਾਈ ਮਿਲ ਜੂਗੀ, ਹੈ ਨਾ। ਤੇ ਜੇ ਆਪਾਂ ਉਧਰੋਂ ਪ੍ਰਾਈਵੇਟ ਹਸਪਤਾਲ 'ਚੋਂ ਨਿਕਲ ਚੱਲੀਏ ਤੇ ਫਿਰ ਅਗਲੇ ਕਹਿੰਦੇ ਵੀ ਠੀਕ ਆ ਬੰਦਾ ਭਾਵੇਂ ਤੁਹਾਡਾ ਗੁਜ਼ਰ ਵੀ ਗਿਆ, ਇੱਕ ਨਾ ਤੁਸੀਂ ਪਰਚੀ ਡਾਕਟਰ ਸਾਹਿਬ ਨੂੰ ਵਿਖਾ ਲਓ, ਸ਼ਾਇਦ ਬਿੱਲ ਘਟਾ ਦੇਣ। ਬਿੱਲ ਘਟਾ ਦੇ, ਮੈਂ ਤਾਂ ਕਹਿਣ ਡਿਆ ਵੀ ਆਪਾਂ ਚੱਲਦੇ ਹੀ ਪਰਚੀ 'ਤੇ ਹਾਂ, ਆਪਾਂ ਹੋਰ ਪਾਸੇ ਨਾਲ ਚੱਲ ਚੱਲੀਏ। ਮੈਨੂੰ ਇਹ ਕਿ ਆਪਣੀਆਂ ਗੱਲਾਂ 'ਚ ਵਾਹਵਾ ਕਰਨ ਵਾਲੀਆਂ ਆਪਾਂ ਮੋੜਾ ਕੱਟੀਏ, ਫਿਰ ਆ ਜਾਓ। ਫਿਰ ਗੱਲ ਆ ਵੀ ਜਿਹੜੀ ਪੰਜਾਬ ਵਾਲੀ ਸਰਕਾਰ ਇਹਦੇ ਨਾਲ ਸਟਾਰਟ ਹੈ, ਗ੍ਰਹਿ ਚਾਲ ਜੀ, ਉਹ ਲੱਗਦੀ ਹੈ ਵੀ ਗ੍ਰਹਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕੋਈ ਰਾਹੂ ਕੇਤੂ ਟਕਰਾ ਜੇ ਜਾਂ ਰਾਹੂ ਕੇਤੂ ਦੇ ਵਿਚਾਲੇ ਕੋਈ ਹੋਰ ਆਣ ਫਸੇ, ਇਹ ਸ਼ੁਕਰ ਸ਼ਨੀ ਦਾ ਉੱਪਰਲਾ ਥੱਲਾ ਹੋ ਸਕਦਾ ਕੁਛ ਨਾ ਕੁਛ, ਗੱਲਾਂ ਵਾਹਵਾ ਨੇ ਜਿਹਦਾ ਕਰਕੇ ਐਂ ਲੱਗਦਾ ਕਿ ਹੁਣ ਕੈਪਟਨ ਸਾਹਿਬ ਦੇ ਲਈ ਆਉਣ ਵਾਲਾ ਸਮਾਂ ਔਖਾ। ਇੱਕ ਇੱਕ ਕਰਕੇ ਮੈਨੂੰ ਲੱਗਦਾ ਆਪਾਂ ਡਿਸਕਸ ਕਰਦੇ ਹਾਂ। ਇੱਕ ਤਾਂ ਜਿਹੜੀ ਚੀਜ਼ ਇਸ ਵਕਤ ਸਾਹਮਣੇ ਜਾਪਦੀ ਆ ਉਹ ਆ ਜ਼ਿਮਨੀ ਚੋਣਾਂ ਵਾਲਾ ਰੌਲਾ, ਕਿਉਂਕਿ 2-3 ਥਾਵਾਂ ਦੇ ਉੱਪਰ ਤਾਂ ਲਗਭਗ ਕਲੀਅਰ ਹੀ ਆ, ਭਾਵੇਂ ਆਪਾਂ ਦਾਖੇ ਦੀ ਗੱਲ ਕਰ ਲਈਏ ਉੱਥੇ ਵੀ, ਕਿਉਂਕਿ ਫੂਲਕਾ ਸਾਹਿਬ ਤੋਂ ਬਾਅਦ ਉਹ ਸੀਟ ਵਾਹਵਾ ਚਿਰ ਦੀ ਇਹ ਆ ਵੀ ਹਾਂਜੀ ਹੁਣ ਕਿਹਦੀ ਝੋਲੀ ਪਊਗੀ। ਅਕਾਲੀ ਦਲ ਵਾਲੇ ਆਉਂਦੇ ਵੀ ਭਾਈ ਸਾਹਿਬ ਉਹ ਤਾਂ ਸਾਡਾ ਹੀ ਸੀਗਾ ਕੰਮ, ਐਡੀ ਛੇਤੀ ਇਹ ਜਾਣ ਦਿੰਦੇ ਹਲਕਾ। ਹੁਣ ਜਲਾਲਾਬਾਦ 'ਚੋਂ ਜੇ ਕਹੇ ਕਾਂਗਰਸ ਵੀ ਇਹ ਜਿੱਤ ਜਾਣਾ, ਇਹ ਤਾਂ ਉੱਦਾਂ ਇਹਨੇ ਜਿੱਦਾਂ ਬੰਦਾ ਕਹੇ ਵੀ ਹਾਂ ਹਾਂ ਚਲੋ ਸ਼ਾਇਦ ਮੁੰਗੇਰੀ ਲਾਲ ਕੇ ਹੁਸੀਨ ਸੁਪਨੇ ਆਪਾਂ ਨਾ ਦਿਖਾਈਏ, ਅਤੇ ਫਗਵਾੜੇ ਵਾਲੀ ਸੀਟ 'ਚ ਉਹ ਕਹਿਣ ਵੀ ਹਾਂਜੀ ਅਸੀਂ ਦੁਬਾਰਾ ਕੱਢ ਲੈਣੀ ਆ, ਔਖਾ ਨਹੀਂ। ਦੇਖੋ ਸੰਧਾਲੀਆ ਸਾਹਿਬ, ਪਹਿਲੀ ਗੱਲ ਕਿ ਸਵਾਲ ਕਿਉਂ ਪੈਦਾ ਹੋਇਆ ਕਿ ਕਪਤਾਨ ਸਾਹਿਬ ਦੇ ਲਈ ਅਗਲਾ ਰਾਹ ਔਖਾ ਕਿਉਂ? 2.5 ਸਾਲ ਨਿਕਲ ਗਏ ਤਕਰੀਬਨ, 2.5 ਸਾਲ ਰਹਿ ਗਏ, 2019 ਚੱਲਦਾ ਅਤੇ 2021 ਦੇ ਜੂਨ ਮਹੀਨੇ ਤੱਕ ਹੀ ਕੰਮ ਕਾਰ ਜਿਹੜੇ ਉਹ ਹੋਣੇ ਆ, ਉਹਦੇ ਤੋਂ ਅੱਗੇ ਨਹੀਂ ਹੋਣੇ, ਪੂਰੇ 2 ਸਾਲ ਨੇ ਮੁਕੰਮਲ। ਇਹਨਾਂ 2 ਸਾਲਾਂ ਦੇ ਵਿੱਚ ਜੇ ਤਾਂ ਕੈਪਟਨ ਸਾਹਿਬ ਚੱਜ ਦੇ ਕੰਮ ਕਰ ਗਏ ਤਾਂ ਸਰਕਾਰ ਜਾਂ ਉੱਪਰ ਨੂੰ ਦੂਜੀ ਵਾਰੀ ਵੀ ਬਣ ਸਕਦੀ ਹੈ, ਪਰ ਜੇ ਗਤੀ ਰਫਤਾਰ ਸੀਮਾ ਰੇਖਾ ਸਾਰਾ ਕੁਝ ਇੱਦਾਂ ਦਾ ਹੀ ਰਿਹਾ ਫਿਰ ਕਪਤਾਨ ਸਾਹਿਬ ਦੇ ਲਈ ਕੰਮ ਔਖਾ ਵੀ ਹੋ ਸਕਦਾ। ਅੜਿੱਕੇ ਕਿਹੜੇ ਕਿਹੜੇ ਨੇ, ਉਹ ਕਿਹੜੀਆਂ ਮੁਸ਼ਕਲਾਂ ਨੇ ਜਿਨ੍ਹਾਂ ਨੂੰ ਟੱਪ ਕੇ ਕਪਤਾਨ ਸਾਹਿਬ ਨੂੰ 2022 ਵਾਲਾ ਜਿਹੜਾ ਪੰਜਾਬ ਵਿਧਾਨ ਸਭਾ ਦਾ ਮੈਦਾਨ ਹੈ ਉਹ ਜਿੱਤਣਾ ਪੈਣਾ? ਉਹਦੇ ਵਿੱਚ ਆ ਤੁਸੀਂ ਚੰਗੀ ਗੱਲ ਕੀਤੀ ਕਿ ਜ਼ਿਮਨੀ ਚੋਣਾਂ ਨੇ, ਹੁਣੇ ਹੁਣੇ ਕਪਤਾਨ ਸਾਹਿਬ ਕਹਿੰਦੇ ਆ ਕਿ ਅਸੀਂ 13 ਦੇ ਵਿੱਚੋਂ 8 ਸੀਟਾਂ ਜਿੱਤੀਆਂ, ਸਾਡੀਆਂ 2% ਵੋਟਾਂ
ਲੋਕ ਚਾਹੁੰਦੇ ਆ ਕਿ ਸਕੂਲਾਂ ਦੇ ਵਿੱਚ ਜੇ ਅਧਿਆਪਕ ਹੈ ਨਹੀਂ ਤਾਂ ਆਉਣ ਹਸਪਤਾਲਾਂ ਦੇ ਵਿੱਚੋਂ ਸਾਨੂੰ ਪੂਰੀਆਂ ਦਵਾਈਆਂ ਮਿਲਣ। ਲੋਕ ਚਾਹੁੰਦੇ ਆ ਕਿ ਭਾਈ ਹਰ ਦੂਸਰੇ ਤੀਸਰੇ ਮਹੀਨੇ ਕੋਈ ਨਾ ਕੋਈ ਅਖਬਾਰ ਦੇ ਵਿੱਚ ਇਸ਼ਤਿਹਾਰ ਆਵੇ ਕਿ ਭਾਈ 5,000 ਜਾਂ 6,000 ਬੰਦਾ ਭਰਤੀ ਕਰਨਾ। ਲੋਕ ਇਹ ਵੀ ਚਾਹੁੰਦੇ ਆ ਕਿ ਥਾਣਿਆਂ ਕਚਹਿਰੀਆਂ ਦੇ ਵਿੱਚ ਸਾਡੀ ਖੱਜਲ ਖਰਾਬੀ ਬੰਦ ਹੋਵੇ, ਪਰ ਬੰਦ ਹੋਈ ਕਿ ਨਹੀਂ ਹੋਈ ਜ਼ਿਮਨੀ ਚੋਣਾਂ ਦੇ ਨਤੀਜੇ ਦੱਸਣਗੇ। ਹੁਣ 2 ਸੀਟਾਂ ਖਾਲੀ ਹੋ ਚੁੱਕੀਆਂ। ਸੋਮ ਪ੍ਰਕਾਸ਼ ਹੋਰੀ ਹੁਸ਼ਿਆਰਪੁਰ ਦੇ MP ਬਣ ਗਏ। ਫਗਵਾੜੇ ਦੇ MLA ਸੀ, ਅਸਤੀਫਾ ਦੇਣਾ ਪੈਣਾ ਸੀ, ਦੇਤਾ ਫਗਵਾੜੇ ਵਾਲੀ ਸੀਟ ਖਾਲੀ। ਉੱਧਰ ਸੁਖਬੀਰ ਸਿੰਘ ਬਾਦਲ ਸਾਹਿਬ ਉਹ ਫਿਰੋਜ਼ਪੁਰ ਦੇ MP ਬਣ ਗਿਆ, ਜਲਾਲਾਬਾਦ ਤੋਂ MLA ਸੀ, ਅਸਤੀਫਾ ਦੇਣਾ ਪੈਣਾ ਸੀ, ਦਿੱਤਾ। ਹੁਣ ਦੋਵਾਂ ਸੀਟਾਂ ਤੋਂ ਕਾਂਗਰਸ ਪਾਰਟੀ ਦੇ ਲਈ ਬਹੁਤ ਔਖੀ ਘੜੀ। 30,000 ਤੋਂ ਵੱਧ ਦੀ ਲੀਡ ਹੈ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਜਲਾਲਾਬਾਦ ਤੋਂ। ਮਸਲਾ ਲੀਡ ਦਾ ਨਹੀਂ, ਜ਼ਿਮਨੀ ਚੋਣਾਂ ਦੇ ਵਿੱਚ ਲੀਡ ਟੁੱਟ ਜਾਂਦੀ ਹੁੰਦੀ ਹੈ, ਪਰ ਕਾਂਗਰਸ ਪਾਰਟੀ ਉੱਥੇ ਉਮੀਦਵਾਰ ਕਿਹਨੂੰ ਬਣਾਏਗੀ? ਜਿਹੜਾ ਬੰਦਾ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜਾਂ ਫਿਰੋਜ਼ਪੁਰ ਲੋਕ ਸਭਾ ਹਲਕੇ ਦੇ ਵਿੱਚ ਕਾਂਗਰਸ ਪਾਰਟੀ ਦਾ ਸਭ ਤੋਂ ਵੱਡਾ ਬੰਦਾ ਸੀ ਸੁਨੀਲ ਜਾਖੜ, ਉਹ ਬੰਦਾ ਪਹਿਲਾਂ ਤਾਂ ਆਪਣਾ ਸਮਾਨ ਚੱਕ ਕੇ ਗੁਰਦਾਸਪੁਰ ਚਲੇ ਗਿਆ, ਉਹਦੇ ਤੋਂ ਬਾਅਦ ਗੁਰਦਾਸਪੁਰ ਤੋਂ ਵੀ ਹਾਰ ਗਿਆ, ਅਤੇ ਇਸ ਵੇਲੇ ਜਾਖੜ ਸਾਹਿਬ ਦੀਆਂ ਆਪਣੇ ਇਲਾਕੇ 'ਚ ਸਰਗਰਮੀਆਂ ਨਹੀਂ। 7-8 ਬੰਦੇ ਨੇ ਕਾਂਗਰਸ ਪਾਰਟੀ ਦੇ ਜਿਹੜੇ ਕਹਿੰਦੇ ਆ ਕਿ ਟਿਕਟ ਤੁਸੀਂ ਜਲਾਲਾਬਾਦ ਤੋਂ ਸਾਨੂੰ ਦਿਓ, ਪਰ ਉੱਥੇ ਕੰਮ ਕੋਈ ਨਹੀਂ ਕਰ ਰਿਹਾ। ਜੇ ਤਾਂ ਨਿੱਠ ਕੇ ਕੰਮ ਕੀਤਾ ਜਾਏ, ਜਾਂ ਤਾਂ ਕਹੀਏ ਕਿ ਕਪਤਾਨ ਸਾਹਿਬ ਨੇ ਜਾ ਕੇ ਉੱਥੇ ਸੰਗਤ ਦਰਸ਼ਨ ਹੀ ਸ਼ੁਰੂ ਕਰਤੇ ਆ, ਜਾਂ ਕਪਤਾਨ ਸਾਹਿਬ ਪਿੰਡ ਪਿੰਡ ਘੁੰਮ ਕੇ ਗ੍ਰਾਂਟਾਂ ਵੰਡਿਆ ਆ ਜਿਹਦੇ ਕਰਕੇ ਅਕਾਲੀਆਂ ਦੇ ਬਰਾਬਰ ਹੋਣਗੇ। ਸਭ ਤੋਂ ਵੱਡੀ ਮਾਰ ਜੇ ਕਿਤੇ ਕੈਪਟਨ ਅਮਰਿੰਦਰ ਸਿੰਘ ਨੂੰ ਪਈ ਤਾਂ ਉਹ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਤੋਂ ਪੈਜੂ। ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਟਿੱਲ ਪੂਰਾ ਲਾਉਣਾ ਕਿ ਮੈਂ ਇੱਥੋਂ ਲਗਾਤਾਰ MLA ਰਿਹਾ ਅਤੇ ਅਕਾਲੀ ਦਲ ਸੀਟ ਇਹ ਹਰੇ ਨਾ, ਅਗਲਿਆਂ ਨੇ ਡੇਰਾ ਲਾਣਾ ਜਾ ਕੇ ਉੱਥੇ, ਉੱਥੇ ਵਿਕਰਮ ਸਿੰਘ ਮਜੀਠੀਆ ਹੋਰੀ ਵੀ ਆ ਜਾਣੇ ਆ, ਉੱਥੇ ਬਾਕੀ ਸਾਰੇ ਬੰਦੇ ਵੀ ਆ ਜਾਣੇ ਆ। ਗੱਲ ਪਤਾ ਕੀ ਹੈ, ਦੇਖੋ ਅੱਗੇ ਤਾਂ ਅਗਲਿਆਂ ਨੇ ਫਿਰੋਜ਼ਪੁਰ ਦੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਬੰਦੇ ਇਕੱਠੇ ਕੀਤੇ, ਅਤੇ 9 ਦੇ 9 ਵਾਲੇ ਇੰਚਾਰਜ ਇਕੱਲੇ ਜਲਾਲਾਬਾਦ 'ਚ ਰਹਿ ਜਾਣੇ ਜੀ। ਤੁਸੀਂ ਆਪ ਦੇਖੋ ਨਾ ਕਿੱਥੇ 15-16 ਲੱਖ ਵੋਟ ਜਿਹੜੀ ਉਹਨੂੰ ਕੇਟਰ ਕਰਨਾ ਅਤੇ ਕਿੱਥੇ 1.5-2 ਲੱਖ 'ਤੇ ਆ ਜਾਣਾ। ਦੇਖੋ ਸਭ ਤੋਂ ਵੱਡੀ ਗੱਲ ਜਿਹੜੀ ਇੱਥੇ, ਜਦੋਂ ਵਿਕਰਮ ਸਿੰਘ ਮਜੀਠੀਆ ਹੋਰੀ ਕਿਤੇ ਜਾ ਕੇ ਬਹਿ ਜਾਂਦੇ, ਪੰਜਾਬ ਦਾ ਸਾਰਾ ਯੂਥ ਅਕਾਲੀ ਦਲ ਉੱਥੇ ਚਲੇ ਜਾਂਦਾ, ਕਿਉਂਕਿ ਉਹਨਾਂ 'ਤੇ ਪ੍ਰਭਾਵ ਹੈਗਾ, ਅਤੇ ਕਾਂਗਰਸ ਪਾਰਟੀ ਦਾ ਯੂਥ ਵਿੰਗ ਕਿੱਥੇ ਹੈ? ਕਾਂਗਰਸ ਪਾਰਟੀ ਦਾ ਯੂਥ ਵਿੰਗ ਉਹ ਤਾਂ ਆਪਣੀਆਂ ਵੋਟਾਂ ਦੇ ਵਿੱਚ ਉਲਝ ਜਾ ਕੇ ਪਾਈ, ਜਦੋਂ ਦੁਬਾਰਾ ਯੂਥ ਵਿੰਗ ਦੀਆਂ ਵੋਟਾਂ ਪੈਣੀਆਂ ਸਾਡੀਆਂ ਪ੍ਰਧਾਨਗੀਆਂ ਕਿੱਥੇ ਜਾਣੀਆਂ? ਸੋ ਕਾਂਗਰਸ ਪਾਰਟੀ ਦੇ ਕੋਲ ਇਸ ਵੇਲੇ ਯੂਥ ਵਿੰਗ ਦੇ ਪੱਖ ਤੋਂ ਬਹੁਤ ਵੱਡਾ ਘਾਟਾ, ਕਾਂਗਰਸ ਪਾਰਟੀ ਦੇ ਸਾਹਮਣੇ ਬਹੁਤ ਵੱਡੇ ਸਵਾਲ ਨੇ, ਕਿਉਂਕਿ ਜਲਾਲਾਬਾਦ ਦੇ ਲੋਕਾਂ ਨੇ ਸਵਾਲ ਪੁੱਛਣੇ ਆ ਕਿ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ, ਵਾਅਦੇ ਪੂਰੇ ਕਿਉਂ ਨਹੀਂ ਹੋਏ? ਤੁਸੀਂ ਸਾਡੇ ਨਾਲ ਆਹ ਪ੍ਰੋਮਿਸ ਕੀਤਾ ਸੀ, ਉਹ ਪ੍ਰੋਮਿਸ ਜਿਹੜਾ ਉਹ ਪੂਰਾ ਕਿਉਂ ਨਹੀਂ ਹੋਇਆ? ਅਤੇ ਇਸ ਕਰਕੇ ਜੇ ਕਿਤੇ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਆਉਣ ਵਾਲੀ ਜ਼ਿਮਨੀ ਚੋਣ ਦੇ ਵਿੱਚ ਕੈਪਟਨ ਸਾਹਿਬ ਦਾ ਉਮੀਦਵਾਰ ਮੂਧੜੇ ਮੂੰਹ ਡਿੱਗ ਪਿਆ, ਤਾਂ ਹਾਲਾਤ ਉਸ ਤਰ੍ਹਾਂ ਦੇ ਹੋ ਸਕਦੇ ਆ। ਜਦੋਂ ਬਾਦਲ ਸਾਹਿਬ ਦੀ ਸਰਕਾਰ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਦਾ ਪ੍ਰਧਾਨ ਬਣ ਕੇ ਕਮਲਜੀਤ ਸਿੰਘ ਲਾਲੀ ਨੂੰ ਆਦਮਪੁਰ ਹਲਕੇ ਤੋਂ 6 ਵੋਟਾਂ ਨਾਲ ਜਿਤਾ ਲਿਆ ਸੀ। ਕਮਲਜੀਤ ਲਾਲੀ ਕਾਹਦਾ ਜਿੱਤਿਆ, ਮੁੜ ਕੇ ਕੰਮ ਪੁੱਠਾ ਹੀ ਪੈ ਗਿਆ ਅਤੇ ਕੈਪਟਨ ਸਾਹਿਬ ਮੁੱਖ ਮੰਤਰੀ ਬਣ ਗਏ। ਜਦੋਂ ਮਨਪ੍ਰੀਤ ਬਾਦਲ ਗਿੱਦੜਬਾਹਾ ਦੀ ਜ਼ਿਮਨੀ ਚੋਣ ਜਿੱਤਿਆ ਸੀ, ਉਹਦੇ ਤੋਂ ਪਹਿਲਾਂ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਬਾਦਲ ਸਾਹਿਬ 1 ਨਹੀਂ 2 ਨਹੀਂ 3 ਵਾਰੀ ਵੀ ਮੁੱਖ ਮੰਤਰੀ ਬਣ ਜਾਣਗੇ। ਉਹ ਗਿੱਦੜਬਾਹਾ ਦੀ ਜ਼ਿਮਨੀ ਚੋਣ ਨੇ ਸਭ ਕੁਝ ਪਲਟਾ ਕੇ ਰੱਖ ਦਿੱਤਾ ਸੀ। ਇਸੇ ਤਰੀਕੇ ਹਰਿਆਣੇ ਦੀ ਜੀਂਦ ਵਾਲੀ ਚੋਣ ਵੀ ਤਾਂ ਲੋਕ ਇੱਦਾਂ ਹੀ ਲੜਦੇ ਸੀ। ਸੋ ਕੁੱਲ ਮਿਲਾ ਕੇ ਜਲਾਲਾਬਾਦ ਦਾ ਕਿਲਾ ਕੈਪਟਨ ਸਾਹਿਬ ਦੀ ਸਰਕਾਰ ਦੇ ਲਈ, ਕਾਂਗਰਸ ਪਾਰਟੀ ਦੇ ਲਈ ਟੱਪਣਾ ਬੜਾ ਔਖਾ, ਅਤੇ ਦੂਜੇ ਪਾਸੇ ਅਕਾਲੀਆਂ ਨੂੰ ਲੱਗਦਾ ਕਿ ਜੇ 2022 'ਚ ਸਾਡੀ ਸਰਕਾਰ ਨਿਕਲਣੀ ਆ ਤਾਂ ਇੱਥੋਂ ਨਿਕਲਣੀ। ਬਿਲਕੁਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਆ ਜਿਹੜੀਆਂ ਜ਼ਿਮਨੀ ਚੋਣਾਂ ਨੇ, 3 ਤਾਂ ਲੱਗਦੀਆਂ ਨੇ, ਜਲਾਲਾਬਾਦ, ਦਾਖਾ ਅਤੇ ਆਪਣਾ ਫਗਵਾੜੇ ਵਾਲੀ। ਇਹਦੇ ਵਿੱਚ 2 ਤਾਂ ਮੇਰਾ ਖਿਆਲ ਉਹਨਾਂ ਨੇ ਖੁਦ ਜਿੱਦਾਂ ਨਾ ਵੀ ਮਤਲਬ ਐਂ ਗਲ 'ਚ ਪਾ ਕੇ ਪਰਨਾ, ਅਤੇ ਆਪ ਆਪਣੇ ਗਲ, ਮਤਲਬ ਲੋਕਾਂ ਨੂੰ ਲੱਗਿਆ ਵੀ ਅਗਲੇ ਦੇ ਗਲ 'ਚ ਪਰਨਾ ਪਾਇਆ, ਪਰ ਸਾਫਾ ਆਪਣੇ ਗਲ 'ਚ ਪੈ ਗਿਆ ਜੀ। ਮੈਂ ਮਾਨਸ਼ਾਹੀਆ ਸਾਹਿਬ ਵਾਲੀ ਅਤੇ ਸੰਦੂਆ ਸਾਹਿਬ ਵਾਲੀ ਗੱਲ ਕਰ ਰਿਹਾ, ਉਹਨਾਂ ਨੇ ਵੀ ਆਪਣੇ ਆਪਣੇ ਹਲਕੇ ਦਾ ਵਿਕਾਸ ਕਰਾਉਣ ਲਈ ਕਾਂਗਰਸ ਪਾਰਟੀ ਜੁਆਇਨ ਕਰ ਲਈ ਸੀ ਪਿਛਲੇ ਦਿਨੀ। ਹੁਣ ਗੱਲ ਇਹ ਵੀ ਆਲਰੇਡੀ ਇੰਨੇ ਜ਼ਿਆਦਾ MLA ਨੇ ਕਿ ਵੀ ਉਹਨਾਂ ਨੂੰ ਐਡਜਸਟ ਕਰਨਾ ਔਖਾ ਹੋਇਆ ਪਿਆ, ਕਿਉਂਕਿ ਇੱਕ ਹਲਕੇ 'ਚੋਂ MLA ਆ, ਕੋਈ ਕਹਿੰਦਾ ਮੈਨੂੰ ਮੰਤਰੀ ਬਣਾ ਦਿਓ, ਜਿਹੜਾ ਮਾੜਾ ਮੋਟਾ ਟਿਕਟ ਦਾ ਰੁਸਿਆ ਸੀ ਉਹ ਕਹਿੰਦਾ ਚੇਅਰਮੈਨ ਹੀ ਦੇ ਦਿਓ ਕੁਰਸੀ, ਉਹ ਵੀ ਖਾਲੀ ਤੁਰੀ ਫਿਰਦੀ ਹੈ। ਹੁਣ ਉਹਦੇ ਵਿੱਚ ਵੀ ਬੰਦੇ ਜਿਹੜੇ ਗਾਂਹ ਦੀ ਗਾਂਹ ਜਦੋਂ ਆਪਾਂ ਸੀਟਾਂ ਦਾ ਰੌਲਾ ਪਾ ਕੇ ਬਹਿ ਜਾਂਦੇ ਹਾਂ, ਅਤੇ ਫਿਰ ਨਾਰਾਜ਼ਗੀਆਂ ਜਿਹੜੀਆਂ ਲੋਅਰ ਲੈਵਲ 'ਤੇ ਵੱਧਦੀਆਂ ਨੇ, ਉਹਨਾਂ ਨੂੰ ਤਾਂ ਕੇਟਰ ਕਰਨਾ ਪੈਣਾ ਨਾ, ਕਿਉਂਕਿ ਚੇਅਰਮੈਨ ਵਾਲਾ ਰੌਲਾ ਤਾਂ ਅਜੇ ਵੀ ਪੈ ਜਾਂਦਾ। ਦੇਖੋ ਸੰਧਾਲੀਆ ਸਾਹਿਬ, ਜਿਹੜਾ ਤੁਸੀਂ ਮਨਸ਼ਾਹੀਆ ਸਾਹਿਬ ਦਾ ਜ਼ਿਕਰ ਕੀਤਾ, ਇੱਧਰਲੇ ਪਾਸਿਓਂ ਦੂਜੇ ਜਿਹੜੇ ਬਹੁਤ ਅੱਛੇ ਜਿਹੜੇ MLA ਆਪਣੇ ਆਪ ਦੇ ਵਿੱਚ ਅਮਰਜੀਤ ਸਿੰਘ ਸੰਦੂਆ ਸਾਹਿਬ ਕਹਿੰਦੇ ਸੀ ਕਿ ਮੇਰੇ ਤੋਂ ਵਧੀਆ MLA ਕੋਈ ਨਹੀਂ, ਉਹ 2 ਬਹੁਤ ਵੱਡੀ ਮੁਸੀਬਤ ਬਣਨਗੇ। ਜਿੱਦਣ ਉਹਨਾਂ ਦੇ ਅਸਤੀਫੇ ਮਨਜ਼ੂਰ ਹੋ ਗਏ ਨਾ, ਜ਼ਿਮਨੀ ਚੋਣਾਂ ਸਾਹਮਣੇ ਆ ਗਈਆਂ, ਸਭ ਤੋਂ ਵੱਡਾ ਰੌਲਾ ਪੈਣਾ ਕਿ ਕੈਪਟਨ ਸਾਹਿਬ ਟਿਕਟ ਕਿਹਨੂੰ ਦੇਣ। ਇਹ 2 ਬੰਦੇ ਕਾਂਗਰਸ 'ਚ ਗਏ ਹੋਣੇ, ਵਾਅਦਾ ਤਾਂ ਅੰਦਰ ਖਾਤੇ ਇਹਨਾਂ ਦੇ ਨਾਲ ਕੀਤਾ ਹੋਣਾ ਕਿ ਉਮੀਦਵਾਰ ਤੁਹਾਨੂੰ ਬਣਾਵਾਂਗੇ, ਅਤੇ ਜਿਸ ਤਰੀਕੇ ਅਮਰਜੀਤ ਸੰਦੂਆ ਦਾ ਵਿਰੋਧ ਕੀਤਾ ਸੀ ਕਾਂਗਰਸੀਆਂ ਨੇ ਮਨੀਸ਼ ਤਿਵਾੜੀ ਦੀ ਜਿੱਤ ਤੋਂ ਬਾਅਦ ਉਹਦੇ ਘਰੇ ਵਧਾਈਆਂ ਦੇਣ ਜਾਂਦੇ ਦਾ, ਇਹਦਾ ਮਤਲਬ ਹੈ ਕਿ ਭਾਵੇਂ ਪੁਰਾਣੇ ਬੰਦੇ ਨੂੰ ਟਿਕਟ ਦੇ ਦੇਣ
ਇਹਨਾਂ ਦੇ ਨਵੇਂ ਬੰਦਿਆਂ ਦੇ ਗਿਆ ਨੇ ਉਹਨਾਂ ਦੇ ਪੈਰ ਨਹੀਂ ਲੱਗਣ ਦੇਣੇ, ਅਤੇ ਜੇ ਨਵੀਂ ਕਿਸੇ ਨੂੰ ਟਿਕਟ ਦਿੱਤੀ ਤਾਂ ਪੁਰਾਣਿਆਂ ਨੇ ਪੈਰ ਨਹੀਂ ਲੱਗਣ ਦੇਣੇ। ਆਪਸੀ ਧੜੇਬੰਦੀ ਨੂੰ ਖਤਮ ਕਰਕੇ ਕੰਮ ਸਿਰੇ ਕਿੱਦਾਂ ਚੜਾਉਣਾ, ਕੈਪਟਨ ਅਮਰਿੰਦਰ ਸਿੰਘ ਦੇ ਲਈ ਇਹ ਕੰਮ ਮਾਊਂਟ ਐਵਰੈਸਟ ਚੜ੍ਹਨ ਤੋਂ ਛੋਟਾ ਨਹੀਂ ਹੋਣਾ। ਬਾਕੀ ਤੁਸੀਂ ਚੇਅਰਮੈਨੀਆਂ ਦੀ ਗੱਲ ਕੀਤੀ, ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਜਦੋਂ ਟਿਕਟਾਂ ਵੰਡੀਆਂ ਉਦੋਂ ਵਾਰ ਵਾਰ ਕਿਹਾ ਸੀ ਕਿ ਭਾਈ ਜਿਹੜਾ ਕਾਂਗਰਸ ਪਾਰਟੀ ਦਾ ਲੀਡਰ ਟਿਕਟ ਦੀ ਦਾਅਵੇਦਾਰੀ ਨਹੀਂ ਕਰੂਗਾ ਮੈਂ ਉਹਨੂੰ ਚੇਅਰਮੈਨ ਬਣਾਊਂ, ਮੈਂ ਉਹਨੂੰ ਕਮਿਸ਼ਨ ਦਾ ਮੈਂਬਰ ਬਣਾਊਂ। ਬਸ ਤੁਸੀਂ ਐਂ ਕਰੋ ਜੇ ਅਰਜ਼ੀਆਂ ਦਿੱਤੀਆਂ ਵੀ ਆ ਤਾਂ ਵਾਪਸ ਲੈ ਲਓ। ਸੈਂਕੜੇ ਬੰਦਿਆਂ ਨੇ ਅਰਜ਼ੀਆਂ ਵਾਪਸ ਲਈਆਂ ਸੀ ਇਸ ਆਸ ਦੇ ਵਿੱਚ ਕਿ ਵਿਧਾਨ ਸਭਾ ਦੀ ਚੋਣ ਤਾਂ ਪਤਾ ਨਹੀਂ ਹਰ ਜੀਏ, ਸਰਕਾਰ ਪਤਾ ਨਹੀਂ ਬਣੇ ਕਿ ਨਾ ਬਣੇ, ਆਪਾਂ ਇੱਦਾਂ ਪੈਸੇ ਖਰਚਣੋਂ ਵੀ ਬਚ ਜਾਂਗੇ ਜਿਹੜੇ ਇਲੈਕਸ਼ਨ ਦੇ ਉੱਤੇ ਲੱਗਣੇ ਆ। ਬਾਅਦ ਵਿੱਚ ਚੇਅਰਮੈਨੀ ਤਾਂ ਵੱਟ 'ਤੇ ਪਈ ਹੈ, ਹੁਣ 2.5 ਸਾਲ 2.5 ਸਾਲ ਹੋ ਗਿਆ, ਉਹ ਬੰਦੇ ਫਤੋਈਆਂ ਸਵਾਈ ਬੈਠੇ ਆ, ਬੂਟ ਜਰਾਬਾਂ ਪਾਈ ਬੈਠੇ ਆ, ਕੁੜਤੇ ਪਜਾਮੇ ਪ੍ਰੈਸ ਕਰਾਈ ਬੈਠੇ ਆ, ਨਾਲ ਦੀ ਨਾਲ ਰਿਸ਼ਤੇਦਾਰੀਆਂ ਦੇ ਵਿੱਚ ਕਹਿ ਬੈਠੇ ਆ ਐਤਕੀ ਬੇਬੇ ਐਤਕੀ ਤਾਂ ਮੈਂ ਆ ਗਿਆ, ਅਗਲੀ ਵਾਰੀ ਗੱਡੀ ਦੇ ਮੂਹਰੇ ਨਾ ਚੇਅਰਮੈਨ ਲਿਖਿਆ ਹੋਊਗਾ। ਸਹੁਰਿਆਂ ਦੇ ਜਾ ਕੇ ਕਈ ਬੰਦੇ ਉਹਦੀ ਚੌੜੇ ਹੋਏ ਫਿਰਦੇ ਆ, ਅਗਲੀ ਵਾਰੀ ਤੁਸੀਂ ਨਾ ਹੁਣ ਮੈਨੂੰ ਸੰਧੂ ਸਾਹਿਬ ਨਹੀਂ ਚੇਅਰਮੈਨ ਸਾਹਿਬ ਕਹਿਣਾ, ਅਗਲੀ ਵਾਰੀ ਮੈਨੂੰ ਹੁਣ ਚੀਮਾ ਸਾਹਿਬ ਨਹੀਂ ਚੇਅਰਮੈਨ ਸਾਹਿਬ ਕਹਿਣਾ, ਅਤੇ 5-7 ਗੇੜੇ ਉਸ ਤੋਂ ਬਾਅਦ ਹੋਰ ਲੱਗ ਗਏ। ਹੁਣ ਤਾਂ ਸਹੁਰੇ ਵੀ ਬਿਟ ਬਿਟ ਝਾਕਣ ਲੱਗ ਪਏ, ਚੇਅਰਮੈਨ ਸਾਹਿਬ ਕਿੱਥੇ ਗਈ, ਚੇਅਰਮੈਨ ਨਹੀਂ, ਕਹਿੰਦੇ ਕਪਤਾਨ ਸਾਹਿਬ ਨੇ ਐਤਕੀ ਸੱਦਿਆ ਹੀ ਨਹੀਂ। ਸੋ ਉਹ ਸਾਰੇ ਬੰਦੇ ਜੇ ਤਾਂ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਉਹ ਬੰਦੇ ਖੁਸ਼ ਹੋ ਜਾਣਗੇ, ਜੇ ਨਹੀਂ ਦਿੱਤੀਆਂ ਜਾਂਦੀਆਂ ਤਾਂ ਅਗਲੀਆਂ ਚੋਣਾਂ ਦੇ ਵਿੱਚ ਉਹਨਾਂ ਤੋਂ ਕੰਮ ਕਿਵੇਂ ਕਰਾਉਣਾ। ਪਰ ਇਹਦੇ ਤੋਂ ਵੀ ਇੱਕ ਵੱਡਾ ਮਸਲਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਚੁਣੌਤੀ ਬਣ ਕੇ ਖੜ੍ਹਨਾ, ਚੇਅਰਮੈਨੀਆਂ ਕਿੰਨੀਆਂ ਨੇ, 150, 200, 250, ਬੜੀ ਹੱਦ 350 ਬੰਦੇ ਕਿੰਨੇ ਨੇ, 2500 ਤੋਂ ਵੀ ਉੱਪਰ ਹੋਣੇ ਆ। ਜੇ 300, 350 ਮੰਨ ਲਓ 500 ਬੰਦਾ ਵੀ ਐਡਜਸਟ ਕਰਤਾ ਅਤੇ ਬਾਕੀ 2500 ਬੰਦੇ ਨੇ ਜਿਹੜੇ ਝੰਡੇ ਚੱਕਣੇ ਆ ਨਾ ਬਗਾਵਤ ਵਾਲੇ, ਉਹਨਾਂ ਨੂੰ ਸ਼ਾਂਤ ਕਿਵੇਂ ਕਰਨਾ, ਇਹ ਵੀ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਚੁਣੌਤੀ ਹੋਣੀ ਹੈ। ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਹੁਣ ਜਿਹੜੇ ਹੈ ਉਹ ਗੁੱਠੇ ਵੱਜਣ ਵਾਲੇ ਹੈ, ਝੰਡੀਆਂ ਕਈਆਂ ਨੂੰ ਮਿਲਣ ਵਾਲੀਆਂ, ਦੇਖਿਓ ਕਿੱਦਾਂ ਫਿਰ ਕਾਰਾਂ ਦੇ ਮੂਹਰੇ ਵੱਡੀਆਂ ਵੱਡੀਆਂ ਪਲੇਟਾਂ ਲਿਖੀਆਂ ਜਾਂਦੀਆਂ, ਚੇਅਰਮੈਨ ਸਾਹਿਬ, ਉਪ ਚੇਅਰਮੈਨ ਸਾਹਿਬ, ਮੈਂਬਰ ਸਾਹਿਬ, ਅਤੇ ਫਿਰ ਥਾਣੇ ਕਚਹਿਰੀਆਂ ਦੇ ਵਿੱਚ ਵੀ ਮੇਲੇ ਲੱਗਣਗੇ। ਚੱਕਰ ਪਤਾ ਕੀ ਹੈ ਇੱਥੇ, ਹੁਣ ਅਗਲੀ ਗ੍ਰਹਿ ਚਾਲ ਵਾਲੀ ਗੱਲ ਵੇਟਣ ਨੂੰ ਫਿਰਦੀ ਹੈ, ਉਹ ਇਹ ਹੈ ਕਿ ਵੀ ਮੰਨ ਲਓ ਜਿਹੜੇ ਜਿਹੜੇ ਬੰਦੇ ਨੂੰ ਐਡਜਸਟ ਕੀਤਾ ਗਿਆ ਉਹਦੇ ਨਾਲ ਵਿਰੋਧ ਵਾਲਾ ਬੰਦਾ ਤਾਂ ਹੋਣਾ ਹੀ ਹੋਣਾ ਡੈਫੀਨੇਟਲੀ। ਦੂਜੀ ਗੱਲ ਇਹ ਹੈ ਕਿ ਜਦੋਂ ਅਗਲੇ ਨੂੰ ਪਤਾ ਵੀ ਯਾਰ 2.5 ਸਾਲ ਤਾਂ ਪਹਿਲਾਂ ਹੀ ਲੰਘਾ ਤੇ, ਮੰਨ ਲਓ ਨਾ ਕਾੜਨੀ ਦਾ ਢੱਕਣ ਪਤਾ ਵੀ ਮਲਾਈ ਹੈਗੀ ਆ ਜੀ, ਅਤੇ ਮੈਨੂੰ ਤੁਸੀਂ ਆਖੋ ਕੋਈ ਨਹੀਂ ਕੋਈ ਨਹੀਂ ਯਾਰ ਤੇਰੀ ਕੋਈ ਨਹੀਂ ਛਾਗਲੀ ਤੋਂ, ਮੈਨੂੰ ਪਤਾ ਹੋਵੇ ਵੀ ਯਾਰ ਟਾਈਮ ਉਧਰੋਂ ਤੁਰਿਆ ਜਾਂਦਾ, ਇਹ ਮੈਨੂੰ ਮੌਕਾ ਨਹੀਂ ਦੇਣ ਡਿਆ ਹੈ ਨਾ, ਅਤੇ ਜਦੋਂ ਐਂਡ ਜੇ 'ਤੇ ਜਾ ਕੇ ਮੌਕਾ ਮਿਲਣਾ ਤਾਂ ਫਿਰ ਉਧਰੋਂ ਤਾਂ ਇਹ ਹੋਣਾ ਵੀ ਆਪਾਂ ਜਿਹੜੀ ਇਮੇਜ ਹੈ ਉਹ ਇਹ ਬਣਾਈਏ ਕਿ ਲੋਕਾਂ ਦੇ ਵਿੱਚ ਬੜੀ ਪਾਰਦਰਸ਼ਤਾ ਵਾਲੀ ਸਰਕਾਰ ਹੈ, ਆਪਾਂ ਕਰਪਸ਼ਨ ਖਤਮ ਕਰ ਦਿੱਤੀ, ਆਪਾਂ ਸਾਰਾ ਕੁਛ ਖਤਮ ਕਰਤਾ, ਲੋਕ ਬੜੇ ਖੁਸ਼ ਨੇ, ਅਤੇ ਜਦੋਂ ਉਧਰੋਂ ਬੰਦਾ ਮਿਲਿਆ ਹੋਇਆ ਵੀ ਹਾਂ ਭਾਈ ਸਾਹਿਬ 2.5 ਸਾਲ ਉਧਰੋਂ ਮੈਨੂੰ ਤੰਗ ਕੀਤਾ, ਇੱਧਰ ਹੁਣ ਮਲਾਈ ਨੂੰ ਹੱਥ ਮੇਰਾ ਪਿਆ ਅਤੇ ਮੈਂ ਕਾਰਡ ਨਹੀਂ ਛੱਡਣੀ, ਨਹੀਂ ਰੌਲਾ ਤਾਂ ਪਊਗਾ ਹੀ ਫਿਰ। ਨਹੀਂ ਉਦੋਂ ਬਹੁਤ ਰੌਲਾ ਪੈਂਦਾ, ਅਗਲਾ ਆਪਣੇ ਖਰਚੇ ਵੀ ਦੇਖਦਾ, ਮੈਂ ਅੱਛਾ ਵਿਧਾਨ ਸਭਾ ਦੀਆਂ ਚੋਣਾਂ 'ਚ ਰੈਲੀਆਂ ਕਿੰਨੀਆਂ ਕਰਾਈਆਂ, ਮੈਂ ਰੋਡ ਸ਼ੋਅ ਕਿੰਨੇ ਕਰਾਏ, ਮੈਂ ਪਰਚੀਆਂ ਕਿੰਨੀਆਂ ਕੁ ਦਿੱਤੀਆਂ, ਅਗਲੇ ਨੇ ਤਾਂ ਹਰ ਇੱਕ ਚੀਜ਼ ਵੇਖਣੀ ਆ ਕਿ ਪੋਸਟਰ ਵੀ ਛਪਾਏ ਨੇ, ਉਹਦੇ ਤੋਂ ਬਾਅਦ ਵੱਡੇ ਬੈਨਰ, ਪਹਿਲਾਂ ਵੋਟਾਂ ਪਾਉਣ ਦੇ ਬਾਅਦ ਵਿੱਚ ਧੰਨਵਾਦ ਦੇ, ਅਤੇ ਉਹ ਸਾਰੇ ਖਰਚੇ ਖੁਰਚੇ ਕਰਕੇ ਅਗਲੇ ਨੇ ਮਲਾਈ ਨੂੰ ਹੱਥ ਫਿਰ ਚਮਚੇ ਨਾ ਨਹੀਂ ਪਾਉਣਾ, ਬੁੱਕਣਾ ਹੀ ਪਾਉਣਾ, ਉਹ ਤਾਂ ਕਾੜ ਨਹੀਂ ਚੱਕਣ ਨੂੰ ਫਿਰ ਨਹੀਂ ਕਹਿਣਾ ਕਿਸੇ ਨੇ। ਅੱਛਾ, ਇਸ ਤੋਂ ਇਲਾਵਾ ਜਿਹੜੀਆਂ ਬਾਕੀ ਚੀਜ਼ਾਂ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਜਿੱਦਾਂ ਕਪਤਾਨ ਸਾਹਿਬ ਦੇ ਵਾਅਦੇ ਨੇ, ਕੋਈ ਸਮਾਰਟਫੋਨ ਦਾ ਹੋ ਗਿਆ, ਘਰ ਘਰ ਨੌਕਰੀ ਹੋ ਗਈ, ਕਿਸਾਨ ਕਰਜ਼ਾ ਮਾਫ਼ੀ ਹੋ ਗਈ, ਇਹ ਸਾਰਾ ਕੁਛ ਤਾਂ ਇਹਨਾਂ 2 ਸਾਲਾਂ ਦੇ ਵਿੱਚ ਪੂਰਾ ਕਰਨਾ ਹੀ ਪੈਣਾ। ਪਰ ਮੈਨੂੰ ਇਹ ਜਿਹੜੀ ਗੱਲ ਲੱਗਦੀ ਆ ਹੁਣ, ਕਿਉਂਕਿ ਮੈਂ ਨਾ ਇਹਦਾ ਕਨੈਕਸ਼ਨ ਇੱਕ ਵਾਇਆ ਦਿੱਲੀ ਵੀ ਜੋੜਨਾ ਚਾਹੁੰਦਾ, ਕਿਉਂਕਿ ਹੁਣ ਤੁਸੀਂ ਦੇਖੋ ਕਿ ਜਿਸ ਮੈਜੋਰਟੀ ਦੇ ਨਾਲ ਭਾਜਪਾ ਦੀ ਸਰਕਾਰ ਆਈ ਸੈਂਟਰ ਦੇ ਵਿੱਚ, ਹੁਣ ਮੋਦੀ ਸਾਹਿਬ ਜਾਂ ਸ਼ਾਹ ਦੀ ਜੋੜੀ, ਕਿਉਂਕਿ ਉਹਨਾਂ ਨੇ ਕੱਲ੍ਹ ਫਿਰ ਉਹਨਾਂ ਨੂੰ ਕਹਿਤਾ ਵੀ ਨਹੀਂ ਸ਼ਾਹ ਜੀ ਪ੍ਰਧਾਨ ਤੁਸੀਂ ਰਹਿਣਾ, ਇਹਦਾ ਮਤਲਬ ਹੁਣ ਸ਼ਾਹ ਹੋਰਾਂ ਦੇ ਉੱਪਰ ਉਹਨਾਂ ਨੂੰ ਯਕੀਨ ਆ, ਅਤੇ ਸ਼ਾਹ ਹੋਰੀ ਜਿੱਦਾਂ ਜੰਮੂ ਕਸ਼ਮੀਰ ਵੱਲ ਵੀ ਵੇਖਣ ਲੱਗ ਪਏ 6 ਮਹੀਨੇ ਦਾ, ਮੈਂ ਕਿਹਾ ਰਾਸ਼ਟਰਪਤੀ ਰਾਜ ਉੱਥੇ ਵਧਾਤਾ ਵੀ ਉਹਨੇ ਚਿਰ ਤੱਕ ਆਪਾਂ ਸੈਟਲਮੈਂਟ ਕਰ ਲੈਂਦੇ ਹਾਂ। ਹੁਣ ਬਾਕੀ ਜਦੋਂ ਸਟੇਟਾਂ ਦੇ ਵਿੱਚ ਉਹਨਾਂ ਮੋਹਰੇ ਖੰਘਦਾ ਕੋਈ ਨਹੀਂ, ਜਿਹੜੀਆਂ 3-4 ਥਾਵਾਂ ਦੇ ਉੱਪਰ ਸਟੇਟਾਂ 'ਚ ਕਾਂਗਰਸ ਦੀਆਂ ਸਰਕਾਰਾਂ ਉਹ ਵੀ ਅਗਲੇ ਤੋਂ ਢਾਉਣ ਨੂੰ ਫਿਰਦੇ ਆ, ਅਤੇ ਫਿਰ ਲੈ ਦੇ ਕੇ ਸਿਰਫ ਕੈਪਟਨ ਸਾਹਿਬ ਹੀ ਬਚ ਜਾਣੇ, ਅਤੇ ਪੰਜਾਬ ਅੱਗੇ ਕਹਿੰਦਾ ਕੇਂਦਰ ਸਾਨੂੰ ਦਿੰਦਾ ਕੱਖ ਨਹੀਂ, ਅਤੇ ਜਦੋਂ ਅਗਲੇ ਨੂੰ ਪਤਾ ਆ ਵੀ ਜੇ ਭਾਈ ਸਾਹਿਬ 2-2.5 ਸਾਲਾਂ ਦੇ ਵਿੱਚ ਉਧਰੋਂ ਹੱਥ ਘੁੱਟਿਆ, ਇੱਧਰੋਂ ਵੋਟਾਂ ਵਾਲਾ ਕੰਮ ਘੁੱਟਿਆ ਗਿਆ, ਅਤੇ ਫਿਰ 2 ਸਾਲ ਹੋਰ ਘੁੱਟ ਲਓ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ, ਰੌਲਾ ਪੈਣਾ। ਦੇਖੋ ਕੈਪਟਨ ਅਮਰਿੰਦਰ ਸਿੰਘ ਹੋਰੀ ਵੈਸੇ ਬਹੁਤ ਹੀ ਜ਼ਿਆਦਾ ਕਿਸੇ ਨਾਲ ਵਿਗਾੜਦੇ ਨਹੀਂ, ਉਹ ਬਹੁਤਾ ਕੋਈ ਤੱਤਾ ਬਿਆਨ ਨਹੀਂ ਦਿੰਦੇ ਹੁੰਦੇ ਕੇਂਦਰ ਦੇ ਖਿਲਾਫ਼ ਜਾਂ ਕਿਸੇ ਹੋਰ ਦੇ ਖਿਲਾਫ਼, ਜੇ ਕਿਤੇ ਬਹੁਤੀ ਲੋੜ ਪੈ ਜਾਏ ਉਦੋਂ ਦਿੰਦੇ ਆ। ਪਰ ਹੁਣ ਦੇਖੋ 5-7 ਸੂਬਿਆਂ ਨੂੰ ਛੱਡ ਲਈਏ ਤਾਂ ਜਿਹੜਾ ਸੂਬਾ ਭਾਰਤੀ ਜਨਤਾ ਪਾਰਟੀ ਦੀ ਅੱਖ 'ਚ ਰੜਕਣਾ ਉਹ ਪੰਜਾਬ ਆ, ਇਸ ਕਰਕੇ ਨਹੀਂ ਰੜਕਣਾ ਕਿ ਉਹ ਸੂਬੇ ਨੂੰ ਕੁਝ ਗਲਤ ਕਰਨਾ ਚਾਹੁੰਦੇ, ਇਸ ਕਰਕੇ ਰੜਕਣਾ ਕਿ ਭਾਈ ਉੱਥੇ ਸਾਡੀ ਸਰਕਾਰ ਕਿਉਂ ਨਹੀਂ, ਉੱਥੇ ਸਾਡੀ ਪਾਰਟੀ ਮਾਝੇ ਮਾਲਵੇ ਦੁਆਬੇ ਦੇ ਵਿੱਚ ਆਪਣਾ ਝੰਡਾ ਲਹਿਰਾਉਂਦੀ ਕਿਉਂ ਨਹੀਂ। ਤਾਂ ਫਿਰ ਉਹਦੇ ਲਈ ਸਭ ਤੋਂ ਜ਼ਰੂਰੀ ਹੈ ਕਿ ਭਾਈ ਸੂਬਾ ਸਰਕਾਰ ਦਾ ਅਕਸ ਧੁੰਦ
ਪੈਸੇ ਮਿਲਣੇ ਆ, ਕੈਸ਼ ਕ੍ਰੈਡਿਟ ਲਿਮਿਟ ਸ਼ਾਇਦ ਹੁੰਦੀ ਆ, ਉਹਦੇ ਚਾਰ ਦਿਨ ਅੱਗੇ ਪਿੱਛੇ ਕਰ ਦੇਣ, ਕਿਸਾਨਾਂ ਨੂੰ ਚਾਰ ਪੈਸੇ ਨਾ ਮਿਲਣ, ਉੱਧਰੋਂ ਮਜ਼ਦੂਰ ਉਹਨਾਂ ਨੂੰ ਵੱਢ ਵੱਢ ਕੇ ਖਾਈ ਜਾਣ, ਆਪਣੇ ਆਪ ਦੇ ਵਿੱਚ ਹੀ ਕੰਮ ਰੁਲ ਜਾਣ। ਜਦੋਂ ਕਪਤਾਨ ਸਾਹਿਬ ਵਾਰ ਵਾਰ ਕਹਿੰਦੇ ਆ ਕਿ ਭਾਈ ਸਾਨੂੰ ਘੱਟੋ ਘੱਟ ਇੰਨਾ ਮੁੱਲ ਦਿਓ ਕਣਕ ਦਾ, ਇੰਨਾ ਮੁੱਲ ਦਿਓ ਝੋਨੇ ਦਾ, ਉੱਥੇ ਅਗਲੇ ਫੁੱਲ ਸਟੋਪ ਲਾ ਦੇਣ, ਆਪੇ ਹੀ ਕੰਮ ਜਿਹੜਾ ਦੂਸਰੇ ਪਾਸੇ ਨੂੰ ਹੋ ਜਾਣਾ। ਸਭ ਤੋਂ ਵੱਡੀ ਗੱਲ, ਪੰਜਾਬ ਦੇ ਸਿਰ ਕਰਜ਼ਾ ਬੜਾ ਚੜਿਆ। ਜੇ ਕੇਂਦਰ ਦੀ ਸਰਕਾਰ ਨੇ ਕਿਤੇ ਚੂੜੀ ਟਾਈਟ ਕਰ ਦਿੱਤੀ ਕਿ ਭਾਈ ਕਰਜ਼ਾ ਤਾਂ ਚੜਿਆ, ਛੇਤੀ ਕਿਸ਼ਤਾਂ ਮੋੜੋ, ਛੇਤੀ ਵਿਆਜ ਦਿਓ, ਤੁਹਾਨੂੰ ਅਸੀਂ ਆ ਨਵਾਂ ਕਰਜ਼ਾ ਨਹੀਂ ਦੇਣਾ, ਨਵੇਂ ਪੈਸੇ ਤੁਹਾਨੂੰ ਤਾਂ ਮਿਲਣਗੇ, ਸਾਨੂੰ ਪਹਿਲਾਂ ਹਿਸਾਬ ਕਿਤਾਬ ਦਿਓ, ਆਪੇ ਹੀ ਚੂੜੀ ਕੱਸ ਹੋ ਗਈ। ਸੰਧਾਲੀਆ ਸਾਹਿਬ ਦੋ ਚਾਰ ਨੁਕਤੇ ਨੇ ਜਿਹਨਾਂ ਨੁਕਤਿਆਂ ਨੂੰ ਜੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਨੇ ਹੁਣ ਨਾ ਸਮਝਿਆ ਤਾਂ 2 ਸਾਲਾਂ ਦੇ ਵਿੱਚ ਕੰਮ ਬਹੁਤ ਖਰਾਬ ਹੋ ਜੂ। ਬਰਗਾੜੀ ਵਾਲਾ ਮਸਲਾ, ਲੋਕ ਇਨਸਾਫ ਭਾਲਦੇ ਆ, ਠੀਕ ਹੈ SIT ਬਣੀ ਹੋਈ ਹੈ, ਠੀਕ ਹੈ ਚਲਾਨ ਪੇਸ਼ ਕੀਤੇ ਜਾ ਰਹੇ ਆ, ਪਰ ਜੇ ਲੋਕਾਂ ਦੀ ਸੰਤੁਸ਼ਟੀ ਇਸ ਮੁੱਦੇ 'ਤੇ ਨਾ ਹੋਈ ਤਾਂ ਕਪਤਾਨ ਸਾਹਿਬ ਨੂੰ ਜਿੰਨੀ ਹਮਦਰਦੀ 2017 ਦੀ ਵਿਧਾਨ ਸਭਾ ਚੋਣ 'ਚ ਮਿਲੀ ਸੀ ਉਹ ਕੰਮ ਉਲਟ ਹੋ ਸਕਦਾ। ਦੂਸਰੀ ਗੱਲ, ਸਮਾਰਟਫੋਨਾਂ ਦਾ ਜ਼ਿਕਰ ਕੀਤਾ, ਇਹ ਨੌਜਵਾਨ ਤਬਕੇ ਨਾਲ ਸੰਬੰਧਿਤ ਗੱਲ ਹੈ, ਇਹਦੇ ਨਾਲ ਨਾਲ ਘਰ ਘਰ ਨੌਕਰੀ ਦਾ ਮਸਲਾ, ਇਹਦੇ ਨਾਲ ਸਮਾਰਟਫੋਨ, ਘਰ ਘਰ ਨੌਕਰੀ, ਅਤੇ ਤੀਸਰੀ ਗੱਲ ਨਸ਼ੇ। ਇਹ ਤਿੰਨੋਂ ਚੀਜ਼ਾਂ ਨੌਜਵਾਨਾਂ ਦੇ ਨਾਲ ਜੁੜਦੀਆਂ। ਅੱਜ 2-4 ਦਿਨ ਪਹਿਲੇ ਕੈਪਟਨ ਸਾਹਿਬ ਨੇ ਕਿਹਾ ਕਿ ਜਿਹੜਾ ਬੰਦਾ ਨਸ਼ੇ ਤਸਕਰਾਂ ਨੂੰ ਫੜਾਊਗਾ ਇਨਾਮ ਦੇਵਾਂਗੇ, ਜਿਹੜਾ ਪੁਲਿਸ ਆਫਿਸਰ ਛੇਤੀ ਕੀਤੇ ਕੇਸ ਸਮੇਟੂਗਾ, ਉਹਨਾਂ ਦੀਆਂ ਪ੍ਰੋਪਰਟੀਜ਼ ਜ਼ਬਤ ਕਰਾਊਗਾ, ਉਹਨੂੰ ਵੀ ਇਨਾਮ ਦੇਵਾਂਗੇ। ਇਹਦਾ ਮਤਲਬ ਕਿ ਕਪਤਾਨ ਸਾਹਿਬ ਨੂੰ ਵੀ ਪਤਾ ਹੈ ਕਿ ਇੱਕ ਬਹੁਤ ਵੱਡਾ ਮੁੱਦਾ, ਕਿਉਂਕਿ ਲੋਕ ਸਭਾ ਦੀਆਂ ਚੋਣਾਂ 'ਚ ਜਦੋਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਵੋਟਾਂ ਮੰਗਣ ਜਾਂਦੀ ਸੀ, ਲੋਕਾਂ ਨੇ ਵੀਡੀਓ ਬਣਾ ਬਣਾ ਵਿਖਾਈਆਂ, ਲੋਕਾਂ ਨੇ ਸਵਾਲ ਕੀਤੇ ਕਿ ਭਾਈ ਇਹ ਮੁੱਦਾ ਹੈਗਾ, ਤਾਂ ਹੀ ਕਪਤਾਨ ਸਾਹਿਬ ਨੂੰ ਇਨਾਮਾਂ ਦਾ ਐਲਾਨ ਕਰਨਾ ਪਿਆ। ਅਤੇ ਜੇ ਇਹਨਾਂ ਮੁੱਦਿਆਂ ਦੇ ਉੱਤੇ ਕਾਰਗਰ ਢੰਗ ਦੇ ਨਾਲ ਕੰਮ ਨਾ ਹੋਇਆ ਤਾਂ ਪੰਜਾਬ ਦੇ ਲੋਕ ਅੱਕਿਓ ਬਹੁਤ ਆ, ਪੰਜਾਬ ਦੇ ਲੋਕ ਥੱਕਿਓ ਬਹੁਤ ਆ। ਹਾਲਾਂਕਿ ਉਹਨਾਂ ਦੇ ਕੋਲ ਕੋਈ ਬਿਹਤਰੀਨ ਬਦਲ ਨਹੀਂ ਅਜੇ ਤੱਕ ਸਿਆਸੀ ਤੌਰ 'ਤੇ, ਪਰ ਵਿਰੋਧ ਕਰਨ ਲੱਗੇ ਮਿੰਟ ਲਾਉਂਦੇ ਹੁੰਦੇ। ਆਹ ਜਿਹੜੀ ਵਿਰੋਧ ਵਾਲੀ ਗੱਲ ਤੁਸੀਂ ਕੀਤੀ ਨਾ, ਵਿਰੋਧ ਤੋਂ ਬਣਦੀ ਹੈ ਵਿਰੋਧੀ ਧਿਰ ਜੀ। ਆਉਣ ਵਾਲੇ 2 ਸਾਲਾਂ ਦੇ ਵਿੱਚ ਮੈਨੂੰ ਲੱਗਦਾ ਇਹ ਵੀ ਕੰਮ ਇੱਕ ਚੱਲਣਾ, ਕਿਉਂਕਿ ਜਦੋਂ ਆਪਾਂ ਪਿਛਲੀਆਂ ਸਰਕਾਰਾਂ ਦਾ ਕੰਮ ਦੇਖਦੇ ਨਾ, ਜਦੋਂ ਆਮ ਆਦਮੀ ਪਾਰਟੀ ਨਹੀਂ ਸੀ ਹੁੰਦੀ, ਦੂਜਾ ਤੱਜਾ ਮੋਰਚਾ ਜਿਹੜਾ ਪੱਟਣ ਵਾਲਾ ਕਈਆਂ ਵਾਲੇ ਬੰਦੇ ਮੋਢੇ 'ਤੇ ਰੱਖ ਕੇ ਨਹੀਂ ਸੀ ਤੁਰੇ, ਉਦੋਂ ਇਹ ਕੰਮ ਹੁੰਦਾ ਸੀ ਵੀ ਅਕਾਲੀ ਭਾਜਪਾ ਅਤੇ ਕਾਂਗਰਸ। ਆਪਾਂ ਇਹ ਵੀ ਦੇਖਿਆ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਨੇ ਪਿਛਲੇ 10 ਸਾਲ ਰਾਜ ਕੀਤਾ, ਉਦੋਂ ਜਦੋਂ ਕਾਂਗਰਸ ਵਿਰੋਧੀ ਧਿਰ 'ਚ ਹੁੰਦੀ ਸੀ ਤਾਂ ਬੜਾ ਨਾ ਮਾਤਰ ਜਿਹਾ ਕੰਮ ਹੁੰਦਾ ਸੀ। ਜਦੋਂ ਚੇਤਾ ਜਿਹਾ ਆਉਣਾ ਨਾ ਵੀ 3 ਕੁ ਦਿਨ ਚੰਡੀਗੜ੍ਹ ਵਿਧਾਨ ਸਭਾ ਸੈਸ਼ਨ ਹੋਣਾ, ਅੱਛਾ ਫਿਰ ਕੀ ਕਰਾਂ, ਕੋਈ ਨਹੀਂ ਯਾਰ ਤਖਤੀਆਂ ਦੇ ਪ੍ਰਿੰਟ ਆਊਟ ਕੱਢ ਲਓ, ਕਾਲੇ ਜਿਹੇ ਚੋਗੇ ਸਵਾ ਲਓ, ਅਤੇ ਫਿਰ ਆਪਾਂ ਬਾਹਰ ਗਮਲਿਆਂ 'ਤੇ ਬਹਿ ਬੂ ਲਵਾਂਗੇ, ਹੋਰ ਕੀ ਕਰਨਾ, ਰੌਲਾ ਰੱਪਾ ਜਿਹਾ ਪੈ ਜਾਣਾ, ਹਾਂਜੀ ਸਾਨੂੰ ਬੋਲਣ ਦਿੱਤਾ, ਐਂ ਹੋ ਗਿਆ ਜੀ, ਜਿਉਂ ਹੋ ਗਿਆ, ਉਹਦੇ ਵਿੱਚ ਚੱਲ ਚੁੱਪ, ਨਾਲ ਹੀ ਵਿਧਾਨ ਸਭਾ ਦਾ ਸੈਸ਼ਨ ਖਤਮ ਅਤੇ ਨਾਲ ਹੀ ਆਪਣਾ ਕੰਮ ਖਤਮ। ਹੁਣ ਜਿਹੜਾ ਕੰਮ ਹੈ ਇਸ ਵਕਤ, ਉਹ ਦੇਖੋ ਕਿ ਵਿਰੋਧੀ ਧਿਰ ਬਣਨ ਦੇ ਲਈ ਕਿੰਨਾ ਹੀ ਦੌੜ ਲੱਗੀ ਹੋਈ ਆ। ਇੱਕ ਪਾਸੇ ਆਮ ਆਦਮੀ ਪਾਰਟੀ, ਉਹ ਆਪਣੇ ਆਪ ਨੂੰ ਸਰਵਾਈਵ ਕਰਨ ਬਾਰੇ ਸੋਚ ਰਹੀ ਵੀ ਅਸੀਂ ਦੁਬਾਰਾ ਤੋਂ ਰਿਵਾਈਵ ਹੋਣਾ, ਭਾਵੇਂ ਸਾਡੇ ਬੰਦੇ ਆ ਜਾਣ ਵਾਪਸ। ਅਕਾਲੀ ਦਲ ਦੇ ਲਈ ਬਹੁਤ ਵੱਡੀ ਚੁਣੌਤੀ ਹੈ ਵੀ ਜੇ ਜਿਸ ਹਿਸਾਬ ਨਾਲ ਸਾਡਾ ਮਤਲਬ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਤੀਲਾ ਮਾਂਜਿਆ ਗਿਆ ਅਤੇ ਸਿਰਫ 2 ਕੌਲੀਆਂ ਹਿੱਸੇ ਆਈਆਂ ਨੇ, ਉਹਦਾ ਕਰਕੇ ਦੁਬਾਰਾ ਚੌਂਕੇ ਦੇ ਵਿੱਚ ਫਿਰ ਚਹਿਲ ਪਹਿਲ ਚਾਹੀਦੀ, ਉਹਨਾਂ ਨੇ ਕੋਸ਼ਿਸ਼ ਕਰਨੀ। ਭਾਜਪਾ ਦੀ ਗੱਲ ਆਪਾਂ ਆਲਰੇਡੀ ਕਰ ਚੁੱਕੇ ਹਾਂ ਵੀ ਉਹ ਵੀ ਹੁਣ ਸੋਚ ਰਹੀ ਹੈ ਵੀ ਪੰਜਾਬ ਦੇ ਵਿੱਚ ਅਸੀਂ ਜ਼ਰੂਰ ਅਕਾਲੀਆਂ ਦੇ ਨਾਲ ਲੱਗਣਾ, ਇਕੱਲਿਆਂ ਨੂੰ ਵੀ ਕੁਛ ਨਾ ਕੁਛ ਕਰਕੇ ਦੇਖਣਾ ਚਾਹੀਦਾ। ਕੱਲ੍ਹ ਆਪਾਂ ਜ਼ਿਕਰ ਕੀਤਾ ਸੀ ਖਹਿਰਾ ਸਾਹਿਬ ਦਾ, ਬੈਂਸ ਹੋਰਾਂ ਦਾ, ਗਾਂਧੀ ਹੋਰਾਂ ਦਾ, ਟਕਸਾਲੀ ਅਕਾਲੀ ਦਲ ਜਿਹੜਾ, ਉਹਨਾਂ ਦੀ ਆਪਾਂ ਗੱਲ ਕਰ ਲਈ। ਮਤਲਬ ਬਹੁਤ ਸਾਰੀਆਂ ਧਿਰਾਂ ਨੇ ਜਿਹੜੀਆਂ ਆਪਣੇ ਆਪ ਨੂੰ ਉਭਾਰਨ ਦੀ ਕੋਸ਼ਿਸ਼ ਕਰ ਰਹੀਆਂ। ਇਹਦਾ ਮਤਲਬ ਹਰ ਮੁੱਦੇ ਦੇ ਉੱਪਰ ਵਿਰੋਧ ਵੀ ਹੋਊਗਾ, ਹਰ ਮੁੱਦੇ ਦੇ ਉੱਪਰ ਟੱਕਰ ਵੀ ਦੇਣ ਦੀ ਕੋਸ਼ਿਸ਼ ਕਰਨਗੇ। ਹੁਣ ਸਰਕਾਰ ਦੀ ਕੋਈ ਵੀ ਨੀਤੀ ਹੋਊਗੀ ਤਾਂ ਇੱਕ ਨਹੀਂ ਦੂਜਾ, ਦੂਜਾ ਨਹੀਂ ਤੀਜਾ, ਤੀਜਾ ਨਹੀਂ ਚੌਥਾ, ਕੋਈ ਨਾ ਕੋਈ ਘੁੰਡੀ ਕੱਢ ਕੇ ਲਿਆਊਗਾ ਅਤੇ ਫਿਰ ਉਹਦਾ ਜਵਾਬ ਵੀ ਦੇਣਾ ਪੈਣਾ। ਕਪਤਾਨ ਸਾਹਿਬ ਦੇ ਲਈ ਇਹ ਮਸਲਾ 2 ਪੱਖਾਂ ਦਾ, ਇੱਕ ਤਾਂ ਵਿਰੋਧੀ ਧਿਰ 5-7 ਧਿਰਾਂ ਦੇ ਵਿੱਚ ਵੰਡੀ ਹੋਆ, ਕਪਤਾਨ ਸਾਹਿਬ ਕਹਿੰਦੇ ਵਧੀਆ, ਇਕੱਠੇ ਹੋ ਕੇ ਕੋਈ ਵਿਰੋਧ ਨਹੀਂ ਕਰਦੇ, ਅਤੇ ਦੂਸਰਾ ਇਹੀ ਮਸਲਾ ਸਭ ਤੋਂ ਵੱਡੀ ਮੁਸੀਬਤ ਵੀ ਬਣ ਸਕਦਾ। ਆਮ ਆਦਮੀ ਪਾਰਟੀ ਕਹਿੰਦੀ ਕਿ ਤੁਸੀਂ ਬਿਜਲੀ ਦੇ ਬਿੱਲ ਵਧਾਏ, ਬਿਜਲੀ ਦੀਆਂ ਕੀਮਤਾਂ ਵਧਾਈਆਂ, ਅਸੀਂ ਵਿਰੋਧ ਕਰਨਾ। ਅਕਾਲੀ ਦਲ ਕਹਿੰਦਾ ਕਿ ਤੁਸੀਂ ਸਾਨੂੰ ਬਦਨਾਮ ਕਰਦੇ ਸੀ, ਨਸ਼ਾ ਤੁਹਾਡੇ ਰਾਜ ਦੇ ਵਿੱਚ ਵੀ ਵਿਕੀ ਜਾਂਦਾ, ਅਸੀਂ ਵਿਰੋਧ ਕਰਨਾ। ਉਧਰੋਂ ਜੇ ਸੁਖਪਾਲ ਸਿੰਘ ਖਹਿਰਾ ਹੋਰੀ ਜਾਂ ਬਾਕੀ ਬੰਦੇ ਕਹਿਣ ਕਿ ਅਸੀਂ ਨਹਿਰੀ ਪਾਣੀਆਂ ਦੇ ਮੁੱਦੇ 'ਤੇ ਜਾਂ ਬਾਕੀ ਮੁੱਦਿਆਂ ਦੇ ਉੱਤੇ ਵਿਰੋਧ ਕਰਨਾ, ਇਹਦਾ ਮਤਲਬ ਹੈ ਕਿ ਚਾਰਾਂ ਪਾਸਿਆਂ ਤੋਂ ਸਰਕਾਰ ਘਿਰੂ। ਅਜੇ ਤਾਂ ਇੱਕ ਅੱਧੀ ਧਿਰ ਨੇ ਕਰਮਚਾਰੀਆਂ ਦੇ ਨਾਲ ਜਾ ਕੇ ਰਲਣਾ, ਅਜੇ ਤਾਂ ਇੱਕ ਅੱਧੀ ਸਿਆਸੀ ਧਿਰ ਨੇ ਪੈਨਸ਼ਨਰ ਜਿਹੜੇ ਨੇ ਉਹਨਾਂ ਦੇ ਨਾਲ ਜਾ ਕੇ ਰਲਣਾ, ਕਿਉਂਕਿ ਕਰਮਚਾਰੀ ਕਹਿੰਦੇ ਕਿ ਸਾਡੀਆਂ ਪੁਰਾਣੀਆਂ ਕਿਸ਼ਤਾਂ ਨਹੀਂ ਮਿਲੀਆਂ, ਸਾਡੇ ਬਕਾਏ ਨਹੀਂ ਮਿਲੇ, ਅਤੇ ਜੇ ਉਹਨਾਂ ਨੇ ਆਣ ਕੇ ਸੜਕਾਂ ਦੇ ਉੱਤੇ ਦਰੀ ਵਿਛਾਈ, ਵਿਰੋਧੀ ਧਿਰਾਂ ਉਸ ਦਰੀ ਦੇ ਇੱਕ ਨੁੱਕਰ 'ਤੇ ਆ ਕੇ ਵੀ ਬਹਿ ਗਈਆਂ, ਤਾਂ ਕਪਤਾਨ ਸਾਹਿਬ ਦੇ ਲਈ ਕੰਮ ਸੱਚੀ ਮੁੱਚੀ ਔਖਾ ਹੋ ਜੂ। ਦੇਖੋ ਇੱਕ ਗੱਲ ਤਾਂ ਪੱਕੀ ਹੈ, ਜੇ ਕਿਸਾਨ ਜਥੇਬੰਦੀਆਂ ਨੇ ਸੰਗਰੂਰ ਵਰਗੇ ਲੋਕ ਸਭਾ ਹਲਕੇ ਦੇ ਵਿੱਚ ਇਹਨਾਂ ਦੇ ਮੰਤਰੀ ਘੇਰੇ, ਇਹਨਾਂ ਦੇ ਉਮੀਦਵਾਰ ਘੇਰੇ, ਉੱਥੇ ਆ ਕੇ ਇਹਨਾਂ ਨੂੰ ਦੱਸਿਆ ਕਿ ਸਾਨੂੰ ਨਹੀਂ ਮਿਲੇ ਪੈਸੇ, ਭਾਈ ਜੇ ਸਾਨੂੰ ਪੈਸੇ ਨਹੀਂ ਮਿਲੇ ਅਸੀਂ ਤੁਹਾਡਾ ਵਿਰੋਧ ਕਰਨਾ, ਅਸੀਂ ਤੁਹਾਨੂੰ ਪ੍ਰਚਾਰ ਕਰਨ ਦਿੰਦੇ। ਗੁਰਦਾਸਪੁਰ ਦੇ ਵਿੱਚ ਵੀ ਇੱਦਾਂ ਹੋਇਆ, ਅਤੇ ਦੋਵਾਂ ਹਲਕਿਆਂ ਦੇ ਨਤੀਜੇ ਦੇਖੋ ਕਿੱਧਰਲੇ ਪਾਸੇ ਨੂੰ ਜਾਂਦੇ ਆ। ਇਸ
ਭਾਵੇਂ ਉਹ ਖਹਿਰਾ ਸਾਹਿਬ ਨੇ, ਸਿਮਰਜੀਤ ਬੈਂਸ ਨੇ, ਡਾਕਟਰ ਗਾਂਧੀ ਨੇ, ਭਾਵੇਂ ਅਕਾਲੀ ਨੇ, ਬੀਜੇਪੀ ਵਾਲੇ ਨੇ, ਜਿਹੜੇ ਮਰਜ਼ੀ ਆ, ਜੇ ਤਾਂ ਉਹਨਾਂ ਨੇ ਕੇਵਲ ਪ੍ਰੈਸ ਕਾਨਫਰੰਸਾਂ ਤੱਕ ਆਪਣਾ ਕੰਮ ਸੀਮਿਤ ਰੱਖਿਆ, ਕਪਤਾਨ ਸਾਹਿਬ ਢੋਲੇ ਦੀਆਂ ਲਾਉਣ ਕੋਈ ਰੌਲਾ ਹੀ ਨਹੀਂ। ਨਹੀਂ, ਪਰ ਇਹ ਹੁਣ ਜਾਪਦਾ ਨਹੀਂ ਕੋਈ ਪ੍ਰੈਸ ਕਾਨਫਰੰਸ ਤੱਕ ਰਹਿਣਗੇ, ਕਿਉਂਕਿ ਪਤਾ ਉਹਨਾਂ ਨੂੰ ਵੀ ਲੱਗ ਗਿਆ ਆਹ ਜਿਹੜਾ 2019 ਵਾਲੀਆਂ ਵੋਟਾਂ ਵਾਲਾ ਮਤਲਬ ਵਿੱਚ ਨਿਕਲਿਆ ਨਾ ਓਪਰੇਸ਼ਨ ਇੱਕ, ਇਹਦੇ 'ਚੋਂ ਕਈਆਂ ਦੀਆਂ ਪੱਥਰੀਆਂ ਨਿਕਲ ਗਈਆਂ ਨੇ ਜੀ। ਅਤੇ ਉਹ ਜਦੋਂ ਪੱਥਰੀ ਨਿਕਲੀ ਹੋਵੇ, ਬੰਦਾ ਨਵੰਬਰ 9 ਹੋਵੇ, ਤਾਂ ਫਿਰ ਵਧੋ ਵਧੀ ਕਹਿੰਦਾ ਕੰਮ ਨੂੰ ਧਾ ਧਾ ਕੇ ਪੈਂਦਾ ਨਾ। ਅਤੇ ਮੇਰੇ ਖਿਆਲ ਨਾਲ ਹੁਣ ਉਹ ਕਰਨਗੇ, ਕੰਮ ਕਰਨਗੇ, ਪਰ 2 ਮਹੀਨੇ ਰੁਕ ਕੇ ਕਰਨਗੇ, ਕਿਉਂਕਿ ਅੱਜ ਗਰਮੀ ਬੜੀ ਆ। ਸਾਡੇ ਵਿਰੋਧੀ ਧਿਰ ਦੇ ਜਿਹੜੇ ਲੀਡਰ ਨੇ ਉਹਨਾਂ ਨੂੰ ਵੀ ਏਸੀ ਦੀ ਆਦਤ ਆ ਨਾ, ਕਿ ਭਾਈ ਆਪਾਂ ਏਸੀ ਕਮਰੇ 'ਚ ਹੀ ਪ੍ਰੈਸ ਕਾਨਫਰੰਸ ਕਰਨੀ ਆ, ਏਸੀ ਕਮਰੇ ਦੇ ਵਿੱਚ ਹੀ ਮੀਟਿੰਗ ਕਰਨੀ ਹੈ, ਜੇ ਕਿਸੇ ਪੀੜਿਤ ਪਰਿਵਾਰ ਨੂੰ ਮਿਲਣਾ ਤਾਂ ਉਹਨੂੰ ਵੀ ਕਹਿਣਾ ਕਿ ਭਾਈ ਆਪਾਂ ਏਸੀ ਕਮਰੇ 'ਚ ਮਿਲਣੇ। ਏਸੀ ਦਾ ਸੁੱਖ ਛੱਡੋ, ਅੱਜ ਝੋਨਾ ਲੱਗ ਰਿਹਾ ਨਾ, ਉੱਪਰਲੇ ਪਾਸੇ 44-45 ਡਿਗਰੀ ਟੈਂਪਰੇਚਰ ਹੋਣਾ, ਹੇਠਾਂ ਪੈਰਾਂ ਦੇ ਥੱਲੇ ਜਿਹੜਾ ਪਾਣੀ ਹੈ ਉਹ ਵੀ ਤੱਤਾ ਹੋਣਾ, ਅਤੇ ਜਦੋਂ ਮੂਧੇ ਹੋ ਕੇ 3-3, 4-4 ਘੰਟੇ ਲਗਾਤਾਰ ਜਦੋਂ ਤੱਕ ਚਾਹ ਨਹੀਂ ਆਉਂਦੀ ਉਦੋਂ ਤੱਕ ਝੋਨਾ ਲਾਉਣਾ, ਉਹਨਾਂ ਲੋਕਾਂ ਦੇ ਵਿੱਚ ਜਾ ਕੇ ਖੜਨਾ ਪਊਗਾ। ਹੁਣ ਇਹ ਨਹੀਂ ਕਿ 2,500 ਰੁਪਈਏ ਦਾ ਕੁੜਤਾ ਪਜਾਮਾ ਸਵਾ ਲਿਆ ਅਤੇ ਲੋਕਾਂ ਨੇ ਕਹਿਣਾ ਕਿ ਭਾਈ ਆਹ ਦੇਖੋ ਕਰੀਜ਼ ਕਿੰਨੀ ਵਧੀਆ ਵੱਜੀ, ਉਹਨਾਂ ਨੇ ਕਹਿਣਾ ਇੱਥੇ ਆ ਕੇ ਵੇਖੋ ਵੱਟ ਦੇ ਉੱਤੇ ਬਹਿ ਕੇ ਕਿ ਭਾਈ ਜਦੋਂ ਝੋਨਾ ਲਾਈਦਾ ਵੱਟ ਦੇ ਉੱਤੇ ਕਾਢੇ ਵੀ ਤੁਰੇ ਫਿਰਦੇ ਹੁੰਦੇ ਆ, ਪੰਜਾਬ ਦੇ ਲੋਕਾਂ ਦੀ ਹਾਲਤ ਵੀ ਕਾਢੇ ਵਰਗੀ ਹੈ, ਖੇਤ 'ਚ ਪਾਣੀ ਆਉਂਦਾ, ਕਾਢੇ ਭੱਜ ਭੱਜ ਕੇ ਵੱਟਾਂ 'ਤੇ ਚੜ੍ਹਦੇ ਆ, ਪੰਜਾਬ ਮੁਸੀਬਤਾਂ ਦਾ ਡੱਕਿਆ ਹੋਇਆ, ਲੋਕ ਕਾਢੇ ਵਾਂਗੂ ਇਸ ਵੇਲੇ ਸੱਜੇ ਖੱਬੇ ਨੂੰ ਭੱਜਦੇ ਆ ਕਿ ਭਾਈ ਸਾਨੂੰ ਕਿਤੇ ਧਰਤੀ ਦਾ ਉਹ ਕੋਨਾ ਮਿਲ ਜਾਏ, ਉਹ ਥਾਂ ਮਿਲ ਜਾਏ ਜਿੱਥੇ ਅਸੀਂ ਸੁਰੱਖਿਅਤ ਆਪਣੇ ਆਪ ਨੂੰ ਮਹਿਸੂਸ ਕਰੀਏ, ਜਿੱਥੇ ਸਾਡਾ ਭਵਿੱਖ ਚੱਜਦਾ ਹੋਵੇ। ਹੁਣ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਕਾਢੇ ਬਣਾਉਣਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਮਨੁੱਖ ਬਣਾ ਕੇ ਰੱਖਣਾ, ਇਹ ਤਾਂ ਸਾਡੇ ਵਿਰੋਧੀਆਂ ਦੇ ਉੱਤੇ ਵੀ ਨਿਰਭਰ ਕਰਦਾ। ਦੇਖੋ ਗੱਲ ਪਤਾ ਕਿ ਕਾਢੇ ਤਾਂ ਆਪਾਂ ਬਣ ਗਏ ਹਾਂ, ਅਤੇ ਜਿਹੜੀ ਰਹੀ ਗੱਲ ਵੱਟ ਦੀ ਉਹ ਲਗਭਗ ਮੇਰੇ ਖਿਆਲ ਨਾਲ ਪੰਜਾਬ ਦੇ ਪਹਿਲਾਂ ਤਾਂ ਵੱਡਿਆਂ ਸ਼ਹਿਰਾਂ 'ਚ ਹੁੰਦੀ ਸੀ, ਲਗਭਗ ਹੁਣ ਹਰੇਕ ਕਸਬੇ 'ਚੋਂ ਵੱਟ ਨਜ਼ਰ ਆ ਜਾਂਦੀ ਹੈ, ਅਤੇ ਵੱਟ ਦੇ ਉੱਪਰ ਲਿਖਿਆ ਹੁੰਦਾ ਆਇਲਸ ਜੀ, ਜਾਂ ਫਿਰ ਲਿਖਿਆ ਹੁੰਦਾ ਵੀ ਸਿੱਧਾ ਸਟੱਡੀ ਵੀਜ਼ਾ, ਛੂੰ ਛਾਂ ਕਰਕੇ ਤੁਹਾਨੂੰ ਅਗਲੇ ਮੁਲਕ ਲਾ ਦਿਆਂਗੇ, ਅਤੇ ਅਗਲਾ ਕਹਿੰਦਾ ਬਸ ਮੈਨੂੰ ਪਹੁੰਚਾ ਦਿਓ ਕਿਸੇ ਤਰ੍ਹਾਂ, ਕਿਉਂਕਿ ਇੱਧਰ ਮੇਰੀ ਮੌਤ ਆ, ਅਤੇ ਜੇ ਮੈਂ ਵੱਟ 'ਤੇ ਚੜ੍ਹ ਗਿਆ ਤਾਂ ਸ਼ਾਇਦ ਮੈਂ ਧੂਤ ਆ ਕੇ ਕਿਤੇ ਕੋਈ ਘਾਹ ਦੀ ਟਾਹਣੀ ਫੜ ਕੇ ਅਤੇ ਇੱਧਰੋਂ ਉੱਧਰੋਂ ਨਿਕਲ ਜਾਵਾਂ, ਇਹੀ ਕੋਸ਼ਿਸ਼ ਚੱਲ ਰਹੀ। ਬਿਲਕੁਲ, ਯਤਨ ਤਾਂ ਇਹੀ ਹੈ। ਦੇਖੋ ਕਰਨ ਕੀ, ਹੁਣ ਪੰਜਾਬ ਦੇ ਵਿੱਚ ਲੱਖਾਂ ਦੀ ਗਿਣਤੀ 'ਚ ਨੌਜਵਾਨ ਇੱਦਾਂ ਦੇ ਨੇ ਜਿਨ੍ਹਾਂ ਦੇ ਕੋਲ ਡਿਗਰੀਆਂ ਹੈਗੀਆਂ, ਸਰਕਾਰ ਨੇ ਜਿਹੜੇ ਨਿਰਧਾਰਿਤ ਕੀਤੇ ਟੈਸਟ ਆ ਉਹ ਪਾਸ ਕਰਕੇ ਬੈਠੇ ਆ, ਪਰ ਯੋਗਤਾ ਦੇ ਮੁਤਾਬਕ ਨੌਕਰੀ ਨਹੀਂ ਮਿਲਦੀ। ਜੇ ਪ੍ਰਾਈਵੇਟ ਸੈਕਟਰ ਦੇ ਵਿੱਚ ਯੋਗਤਾ ਦੇ ਮੁਤਾਬਕ ਨੌਕਰੀ ਮਿਲਦੀ ਵੀ ਹੈ, ਅਗਲੇ ਪੂਰੇ ਪੈਸੇ ਨਹੀਂ ਦਿੰਦੇ, ਅਗਲੇ ਪੂਰਾ ਮਿਹਨਤਾਨਾ ਨਹੀਂ ਦਿੰਦੇ। ਇਸ ਕਰਕੇ ਭਾਈ ਬੰਦਾ ਕਹਿੰਦਾ ਕਿ ਭਾਈ ਇੱਕ ਵਾਰੀ ਜਾਨ ਤਾਂ ਜਿਹੜੀ ਜ਼ੋਖਮ ਦੇ ਵਿੱਚ ਪਾਉਣ ਵਾਲੀ ਗੱਲ ਹੈ, 1, 2, 2.5, 3, 3.5, 4 ਜਿੰਨੇ ਨੰਬਰ ਦੇ ਵਿੱਚ ਵੀ ਮੌਕਾ ਮਿਲਦਾ ਮੈਂ ਵਿਦੇਸ਼ ਪਹੁੰਚ ਜਾਂ। ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਸਾਰੇ ਇਸ ਤਰੀਕੇ ਗਏ ਨੇ, ਕਈ ਆਪਣੀ ਯੋਗਤਾ ਦੇ ਸਿਰ 'ਤੇ ਗਏ ਆ, ਜਿਨ੍ਹਾਂ ਨੂੰ ਉੱਧਰ ਬਿਹਤਰੀਨ ਮੌਕੇ ਮਿਲੇ। ਸਰਕਾਰਾਂ ਨੇ ਵੀ ਆ ਕਈਆਂ ਨੂੰ ਹਾਕਾਂ ਮਾਰੀਆਂ ਕਿ ਭਾਈ ਤੁਹਾਡੇ ਵਰਗੇ ਬੰਦੇ ਚਾਹੀਦੇ ਨੇ, ਮਿਹਨਤ ਵੀ ਉੱਧਰ ਬੜੀ ਕਰਨੀ ਪੈਂਦੀ ਹੈ, ਪਰ ਅਸੀਂ ਸੱਚੀ ਮੁੱਚੀ ਸਿਹਤਮੰਦ ਵਾਤਾਵਰਣ ਪੰਜਾਬ 'ਚ ਅਜੇ ਤੱਕ ਦੇ ਹੀ ਨਹੀਂ ਸਕੇ, ਜਿਹਦੇ ਕਰਕੇ ਕਿ ਨਾ ਕੋਚਿੰਗ ਸੈਂਟਰਾਂ ਦੇ ਵਿੱਚ ਮਾੜੀਆਂ ਮੋਟੀਆਂ ਰੌਣਕਾਂ ਘੱਟ ਜਾਣ। ਸੋ ਇਹ ਜਿਹੜੀਆਂ ਚੀਜ਼ਾਂ ਨੇ, ਇਹ ਜਿਹੜੀ ਜਿੰਨੀਆਂ ਕਿ ਗੱਲਾਂ ਅਸੀਂ ਵਿਚਾਰੀਆਂ ਨੇ, ਅਸੀਂ ਇਸ ਕਰਕੇ ਵਿਚਾਰੀਆਂ ਕਿਉਂਕਿ ਇਸ ਵਕਤ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸਰਕਾਰ ਹੈ ਉਹਦੇ ਲਈ ਦਿਨ ਜਿਹੜੇ ਨੇ ਔਖੇ ਆ ਸਕਦੇ ਨੇ, ਅਤੇ ਜੇ ਇਸ ਵਕਤ ਨੂੰ ਨਾ ਸੰਭਾਲਿਆ, ਇਸ ਮੌਕੇ ਨੂੰ ਨਾ ਸੰਭਾਲਿਆ, ਨਾ ਦੇਖਿਆ ਗਿਆ, ਤਾਂ ਫਿਰ ਇਹ ਵੀ ਆਪਾਂ ਮੰਨ ਕੇ ਚੱਲੀਏ ਕਿ ਵੀ 2022 ਦੇ ਵਿੱਚ ਪੰਜਾਬ ਦੇ ਵਿੱਚ ਕਾਂਗਰਸ ਦੁਬਾਰਾ ਆਪਣੀ ਆਪ ਨੂੰ ਰਿਵਾਈਵ ਕਰਦਿਆਂ ਜਾਂ ਆਪਣੀ ਅਗਲੀ ਸਰਕਾਰ ਬਣਦੀ ਨਾ ਦੇਖੇ, ਕਿਉਂਕਿ ਜੋ ਕੁਛ ਵੀ ਕੀਤਾ ਗਿਆ, ਲੰਘਿਆ ਗਿਆ, ਉਹਦੇ ਵਿੱਚ ਕੰਮ ਤਾਂ ਤੰਗ ਹੋਣਾ। ਇੱਕ ਆਪਾਂ ਗੱਲ ਵਟਸਐਪ ਕਰ ਲਈ ਉਹ ਰਹਿ ਗਈ, ਆਪਾਂ ਕਾਂਗਰਸ ਦੇ ਅੰਦਰਲੇ ਖਿਲਾਰੇ ਨੂੰ ਭੁੱਲ ਚੱਲੇ ਸੀ, ਕਿਉਂਕਿ ਸਿੱਧੂ ਸਾਹਿਬ ਦਿੱਲੀ ਬੈਠੇ ਨੇ, ਟਵੀਟ ਤੋਂ ਬਾਅਦ ਅਜੇ ਆਵਾਜ਼ ਕੋਈ ਨਹੀਂ ਆਈ। ਖਿਲਾਰਾ ਤਾਂ ਹੈ ਹੀ ਨਹੀਂ ਯਾਰ, ਤੁਹਾਨੂੰ ਭੁਲੇਖਾ ਨਹੀਂ, ਚਲੋ ਮੈਨੂੰ ਭੁਲੇਖਾ ਹੀ ਸਹੀ, ਮੈਨੂੰ ਭੁਲੇਖੇ 'ਚ ਹੀ ਰਹਿਣ, ਮੈਂ ਕੱਢ ਦੇਣ ਲੱਗਾ ਭੁਲੇਖਾ ਤੁਹਾਡਾ। ਅੱਛਾ, ਦੇਖੋ ਜਦੋਂ ਦੀ ਸਰਕਾਰ ਬਣੀ ਹੈ, ਕਿਸੇ ਸਰਜੀਤ ਸਿੰਘ ਧਿਮਾਨ ਨਾਂ ਦੇ MLA ਨੇ ਕਿਤੇ ਸਟੇਜ ਤੋਂ ਖੜ੍ਹ ਕੇ ਕਿਹਾ ਕਿ ਭਾਈ ਅਫਸਰ ਸਾਡੀ ਸੁਣਦੇ ਨਹੀਂ? ਕੀ ਕਿਸੇ ਨਥੂਰਾ ਮਰਗੇ MLA ਨੇ ਕਿਹਾ ਕਿ ਭਾਈ ਮੇਰੇ ਹਲਕੇ ਦੇ ਵਿੱਚ ਕੋਈ ਹੋਰ ਹੀ ਆ ਕੇ ਦਖਲਅੰਦਾਜ਼ੀ ਕਰੀ ਜਾਂਦਾ, ਅਫਸਰ ਮੇਰੀ ਸੁਣਦੇ ਨਹੀਂ? ਕਿਸੇ ਮੰਤਰੀ ਨੇ ਕਦੇ ਕਿਹਾ ਕਿ ਅਫਸਰਸ਼ਾਹੀ ਸਾਡੇ 'ਤੇ ਭਾਰੂ ਪੈ ਗਈ ਆ ਕਿ ਭਾਈ ਸਾਨੂੰ ਕੰਮ ਨਹੀਂ ਕਰਨ ਦਿੰਦੇ? ਕੀ ਕਿਸੇ ਕੁਲਬੀਰ ਸਿੰਘ ਜ਼ੀਰੇ ਨੇ ਅੱਜ ਤੱਕ ਸਟੇਜ ਤੋਂ ਜਾ ਕੇ ਕਿਹਾ ਕਿ ਭਾਈ ਜਿੰਨੀ ਦੇਰ ਨਸ਼ਾ ਨਹੀਂ ਬੰਦ ਹੁੰਦਾ ਲੋਕਾਂ ਨੇ ਕਾਂਗਰਸ ਪਾਰਟੀ ਨੂੰ ਉਸ ਹੱਦ ਤੱਕ ਪਿਆਰ ਨਹੀਂ ਕਰਨਾ ਜਿੰਨਾ ਅਸੀਂ ਚਾਹੁੰਦੇ ਹਾਂ? ਕਿਸੇ ਬੰਦੇ ਨੇ ਕਿਹਾ? ਦੇਖੋ ਕੋਈ ਕਿਸਾਨ ਖੁਦਕੁਸ਼ੀ ਹੋਈ, ਸਾਰੇ ਵਾਅਦੇ ਪੂਰੇ ਹੋ ਗਏ, ਨੌਜਵਾਨਾਂ ਦੇ ਹੱਥਾਂ 'ਚ ਸਮਾਰਟਫੋਨ ਆ, ਹਰ ਇੱਕ ਘਰ ਦੇ ਵਿੱਚੋਂ ਸਵੇਰੇ 7:30 ਆਵਾਜ਼ ਆਉਂਦੀ ਆ, ਰੋਟੀ ਵਾਲਾ ਡੱਬਾ ਲੈ ਜਾ, ਤੈਨੂੰ ਸਰਕਾਰ ਨੇ ਨੌਕਰੀ ਦਿੱਤੀ ਆ, ਜਾ ਕੇ ਕੰਮ ਉੱਥੇ ਚੰਗੇ ਤਰੀਕੇ ਕਰਨਾ, 5 ਵਜੇ ਤੋਂ ਪਹਿਲਾਂ ਕੁਰਸੀ ਨਹੀਂ ਛੱਡਣੀ। ਨੇ ਉਹ ਤੋਂ ਬਿਨਾਂ ਵੀ ਆਪਾਂ 1 ਤਰੀਕ ਵੀ ਯਾਦ ਕਰੀ ਨੇ, ਜਦੋਂ ਮਤਲਬ ਪੰਜਾਬ ਦੇ ਹਰ ਘਰ ਦੇ ਵਿੱਚ ਸ਼ਾਮੀ 5 ਵਜੇ ਕੁੰਡਾ ਲਾ ਲੈਂਦੇ, ਉਹ ਕਹਿੰਦੇ ਫਟਾਫਟ ਨੋਟ ਗਿਣ ਲਓ, ਤਨਖਾਹ ਆ ਗਈ, ਤਨਖਾਹ ਆ ਗਈ ਹੈ। ਹੋਰ ਤਾਂ ਹੋਰ, ਸਰਕਾਰੀ ਹਸਪਤਾਲ ਦੇ ਵਿੱਚ ਜਾਣ ਤੋਂ ਪਹਿਲਾਂ ਲੋਕਾਂ ਦੇ ਮਨ ਦੇ ਵਿੱਚ, ਹੁਣ ਕਿਤੇ ਇਹ ਥੋੜ੍ਹੀ ਆ ਕਿ ਪਤਾ ਨਹੀਂ ਡਾਕਟਰ ਮਿਲਣਾ ਕਿ ਨਹੀਂ ਮਿਲਣਾ, ਲੋਕਾਂ ਦੇ ਮਨ ਦੇ ਵਿੱਚ ਇਹ ਹੁੰਦਾ 4 ਡਾਕਟਰ ਆ, ਮੈਂ
ਨਾਲੇ ਮਸ਼ੀਨ ਕਿਹੜੀ ਤੋਂ ਇਲਾਜ, ਮਸ਼ੀਨ ਕਿਹੜੀ ਤੋਂ ਇਲਾਜ ਕਰਾਉਣਾ, ਇਹ ਵੀ ਹੋ ਸਕਦਾ ਮਤਲਬ ਕਰੋੜ ਵਾਲੀ ਤੋਂ, ਡੇਢ ਵਾਲੀ ਤੋਂ, ਦੋ ਪੌਣੇ ਦੋ, ਕਿਹੜੀ ਤੋਂ ਕਰਾਉਣਾ? ਦੇਖੋ ਜਦੋਂ ਵਿਦਿਆਰਥੀ ਘਰੋਂ ਤੁਰਦਾ ਹੁਣ ਕਿਸੇ ਨੂੰ ਇਸ ਗੱਲ ਦਾ ਥੋੜ੍ਹਾ ਕੋਈ ਡਰ ਡੁੱਕਰਾ ਕਿ ਭਾਈ ਮੇਰੇ ਕੋਲ ਬੱਸ ਪਾਸ ਹੈ ਤਾਂ ਮੈਨੂੰ ਪੰਜਾਬ ਰੋਡਵੇਜ਼ ਦੀ ਬੱਸ ਕਰੇ ਮਿਲਣੀ ਕਿ ਨਹੀਂ ਮਿਲਣੀ? ਜਦੋਂ ਇੱਕ ਵਿਦਿਆਰਥੀ ਭਾਵੇਂ ਕਾਲਜ 'ਚ ਪੜ੍ਹਦਾ, ਸਕੂਲ 'ਚ ਪੜ੍ਹਦਾ, ਯੂਨੀਵਰਸਿਟੀ 'ਚ ਪੜ੍ਹਦਾ, ਉਹਨੂੰ ਕਿਤੇ ਇੱਦਾਂ ਥੋੜ੍ਹੀ ਹੁੰਦੀ ਆ ਕਿ ਮੈਂ ਜਦੋਂ ਜਾਣਾ ਤਾਂ ਮੈਨੂੰ ਹਿਸਟਰੀ ਦਾ ਪ੍ਰੋਫੈਸਰ ਨਹੀਂ ਮਿਲਣਾ, ਮੈਨੂੰ ਪੋਲੀਟੀਕਲ ਸਾਇੰਸ ਦਾ ਪ੍ਰੋਫੈਸਰ ਨਹੀਂ ਮਿਲਣਾ, ਜਾਂ ਮੈਨੂੰ ਕੈਮਿਸਟਰੀ ਦਾ ਪ੍ਰੋਫੈਸਰ ਨਹੀਂ ਮਿਲਣਾ, ਕਿਉਂਕਿ ਇੱਕ ਕਮਰੇ 'ਚ ਦੋ ਦੋ ਲਿਆਤੇ ਆਪਾਂ, ਬਿਲਕੁਲ ਰੌਲਾ ਕਾਹਦਾ? ਹੁਣ ਤਾਂ ਸਾਰਾ ਕੁਝ ਦਰੁਸਤ ਹੋ ਗਿਆ, ਬਜ਼ੁਰਗਾਂ ਨੂੰ ਪੈਨਸ਼ਨ ਮਿਲੀ ਜਾਂਦੀ ਹੈ, ਕਿਸਾਨਾਂ ਨੂੰ ਸਾਰਾ ਕੁਝ ਮਿਲੀ ਜਾਂਦਾ, ਨਾ ਬੈਂਕ ਕਿਸੇ ਦੀ ਕੁਰਕੀ ਕਰਦੇ ਹੈ, ਪਾਣੀ ਹੁਣ ਅਸੀਂ ਜਿਹੜਾ ਨਲਕਾ ਗੇੜ ਕੇ ਸਿੱਧਾ ਹੀ ਪੀ ਲਈਦਾ, ਹੁਣ ਤਾਂ ਮੁਸੀਬਤ ਹੀ ਕੋਈ ਨਹੀਂ, ਨਾ ਕੋਈ ਥਾਣੇ 'ਚ ਪੈਸੇ ਮੰਗਦਾ, ਨਾ ਕੋਈ ਪਟਵਾਰਖਾਨੇ 'ਚ ਪੈਸੇ ਮੰਗਦਾ, ਇੱਦਾਂ ਦਾ ਜੇ ਰਾਜ ਹੋ ਗਿਆ ਤਾਂ ਤੁਹਾਡਾ ਭੁਲੇਖਾ ਆਪ ਹੀ ਨਿਕਲ ਜਾਣਾ ਚਾਹੀਦਾ। ਚਲੋ ਮੇਰੀ ਗਲਤੀ ਸੀ, ਮੈਂ ਮਾਫ਼ੀ ਚਾਹੁੰਦਾ, ਬਾਕੀ ਚਲੋ ਸਿੱਧੂ ਸਾਹਿਬ ਵੀ ਸ਼ਾਇਦ ਆਪਣੀ ਇਹ ਗੱਲ ਸੁਣ ਲੈਣਗੇ, ਉਹ ਵੀ ਮੁੜੇ ਆਉਣਗੇ। ਉਹ ਨਹੀਂ, ਮੁੜਨਾ ਹੀ ਚਾਹੀਦਾ। ਦੇਖੋ ਬਿਜਲੀ ਬੋਰਡ ਦੇ ਕੋਲ ਘਾਟ ਕਾਹਦੀ ਹੈ? ਤੁਸੀਂ ਕਦੇ ਦੇਖਿਆ ਕਿ ਭਾਈ ਕੋਈ ਪੰਜਾਬ 'ਚ ਤਾਰਾਂ ਢਿੱਲੀਆਂ ਹੋਣ? ਤੁਸੀਂ ਕਦੇ ਕੋਈ ਦੇਖਿਆ ਕਿ ਪੰਜਾਬ ਦੇ ਵਿੱਚ ਜੇ ਕੋਈ ਟਰਾਂਸਫਾਰਮਰ ਸੜ ਜਾਏ ਤਾਂ ਫਿਰ ਬਿਜਲੀ ਬੋਰਡ ਵਾਲੇ ਕਹਿਣ ਕਿ ਭਾਈ ਇੰਨੇ ਕੁ ਪੈਸੇ ਲੱਗਣੇ ਆ, ਜੇ ਪੈਸੇ ਦੇ ਦਿਓਗੇ ਤਾਂ ਟਰਾਂਸਫਾਰਮਰ ਜਿਹੜਾ ਉਹ ਤੁਹਾਡੇ ਇੱਥੇ ਲਿਆ ਕੇ ਨਵਾਂ ਰੱਖ ਦਾਂਗੇ, ਨਹੀਂ ਤਾਂ ਕੋਈ ਗੱਲ ਨਹੀਂ, ਲੈਣ ਵੀ ਸੁੱਖ ਨਾਲ ਪਟਿਆਲਿਓਂ ਜਾਣਾ ਪੈਂਦਾ। ਕਹਿੰਦੇ ਉਹ ਤਾਂ ਉਸੇ ਵੇਲੇ ਚਾੜ ਜਾਂਦੇ, ਅੱਜ ਕੱਲ੍ਹ ਹੁਣ ਜਿੱਦਾਂ ਗਾ ਝੋਨੇ ਦੀ ਸੀਜ਼ਨ 'ਚ ਟਰਾਂਸਫਾਰਮਰ ਸੜਨੇ, ਇਸ ਕਰਕੇ ਉਹ ਕਹਿੰਦੇ ਵੀ ਇੱਕ ਇੱਕ ਨਾਲ ਅਸੀਂ ਵੱਖਰਾ ਰੱਖ ਦਿੱਤਾ, ਮਤਲਬ ਇੱਕ ਜੇ ਸੜਨਾ ਬਾਅਦ 'ਚ ਆਟੋਮੈਟਿਕਲੀ ਦੂਸਰੇ 'ਤੇ ਮੋਟਰ ਨੇ ਸ਼ਿਫਟ ਹੋ ਜਾਣਾ, ਸ਼ਿਫਟ। ਬਾਪੂ ਨੇ ਜਦੋਂ ਟੁੱਟੇ ਸਾਈਕਲ ਦੀ ਮਤਲਬ 3-4 ਨਾਲ ਚੇਨ ਲਾ ਕੇ ਅਤੇ ਉੱਥੇ ਪਹੁੰਚਣਾ ਅਤੇ ਉਹਨੇ ਵੇਖਣਾ ਕਮਾਲ ਹੋ ਗਈ, ਮਤਲਬ ਸਰਕਾਰ ਦੀ ਇੱਕ ਟਰਾਂਸਫਾਰਮਰ 'ਚੋਂ ਅਜੇ ਧੂੰਆਂ ਨਿਕਲ ਹੀ ਰਿਹਾ ਸੜਦਿਆਂ ਸੜਦਿਆਂ, ਮੋਟਰ ਦੂਸਰੇ 'ਤੇ ਸ਼ਿਫਟ ਹੋ ਕੇ ਚੱਲਣ ਲੱਗ, ਸ਼ਿਫਟ ਹੋ ਕੇ ਚੱਲਣ, ਅਤੇ ਨਾਲ ਝੋਨਾ ਜਿਹੜਾ ਉਹ ਵੀ ਵੱਜ ਜਾਂਦੇ ਇੰਡੀਆ ਵੀ ਬਾਪੂ ਕਮਾਲ, ਮਤਲਬ ਹੁਣ ਤਾਂ ਡੋਬੇ ਪਏ ਸੀ ਪਾਣੀ ਦੇ ਵਿੱਚ, ਮਤਲਬ ਕੱਢ ਲਾ ਸਾਨੂੰ ਇੱਥੋਂ। ਸੰਧਾਲੀਆ ਸਾਹਿਬ, ਤੁਸੀਂ ਨਵਜੋਤ ਸਿੱਧੂ ਦਾ ਜ਼ਿਕਰ ਕੀਤਾ, ਸਿੱਧੂ ਸਾਹਿਬ ਵੈਸੇ ਬੜੇ ਸਿਆਣੇ ਬੰਦੇ ਆ, ਦੋਸ਼ ਉਹਨਾਂ 'ਤੇ ਕੋਈ ਨਹੀਂ ਲੱਗਦਾ, ਪਰ ਉਹਨਾਂ ਨੂੰ ਇੱਕ ਸਲਾਹ ਕਿ ਇਸ ਵੇਲੇ ਜੂਨ ਮਹੀਨੇ ਦੇ ਵਿੱਚ ਪੰਜਾਬ ਨੂੰ ਬਿਜਲੀ ਮੰਤਰੀ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ, ਇਸ ਵੇਲੇ ਗਰਮੀ ਬੜੀ ਹੈ, ਘਰੇਲੂ ਜਿਹੜੇ ਖਪਤ ਕਰਦੇ ਬਿਜਲੀ ਦੀ ਉਹਨਾਂ ਨੇ ਵੀ ਮੰਗ ਵਧਾਈ ਹੋਈ ਹੈ, ਸਪਲਾਈ ਸਾਡੇ ਕੋਲ ਉਨੀ ਹੁੰਦੀ ਨਹੀਂ, ਝੋਨੇ ਦਾ ਆਪਾਂ ਜ਼ਿਕਰ ਕੀਤਾ ਕਿ ਲੱਗਣਾ ਅਤੇ ਖੇਤੀਬਾੜੀ ਸੈਕਟਰ ਨੂੰ ਵੀ 8 ਘੰਟੇ ਬਿਜਲੀ ਚਾਹੀਦੀ ਹੈ, ਇਸ ਗਰਮੀ ਦੇ ਵਿੱਚ ਦਫ਼ਤਰਾਂ ਦੇ ਵਿੱਚ ਵੀ ਏਸੀ ਕੂਲਰ ਚੱਲਣੇ ਆ, ਫੈਕਟਰੀਆਂ ਦੇ ਵਿੱਚ ਵੀ ਸਾਨੂੰ ਬਿਜਲੀ ਵੱਧ ਚਾਹੀਦੀ, ਕਿਉਂਕਿ ਉਤਪਾਦਨ ਕਈ ਜਿਹੜੇ ਪਦਾਰਥ ਨੇ ਉਹਨਾਂ ਦਾ ਇਹਨਾਂ ਦਿਨਾਂ ਦੇ ਵਿੱਚ ਹੀ ਫੈਕਟਰੀਆਂ ਦੇ ਵਿੱਚ ਹੁੰਦਾ, ਅਤੇ ਜੇ ਇਸ ਮੌਕੇ ਦੇ ਉੱਤੇ ਆਪਾਂ ਆਪਸੀ ਅੜੀਆਂ ਦੇ ਕਰਕੇ ਕਿ ਭਾਈ ਮੇਰਾ ਫਲਾਨਾ ਮਹਿਕਮਾ ਸੀ ਮੈਨੂੰ ਫਲਾਨਾ ਦੇ ਦਿੱਤਾ ਜਾਂ ਮੇਰੀ ਬਣਦੀ ਨਹੀਂ, ਜਾਂ ਤਾਂ ਸਪਸ਼ਟ ਰੂਪ 'ਚ ਕਹਿ ਦਿਓ ਕਿ ਮੈਂ ਨਹੀਂ ਸਾਹਮਣਾ ਕੰਮ ਕਰ ਪਾਈ, ਅਗਲਾ ਮੰਤਰੀ ਕਿਸੇ ਹੋਰ ਨੂੰ ਬਣਾ ਦਿਓ, ਚੰਗਾ ਕੰਮ ਕਰੇ ਮਾੜਾ ਕੰਮ ਕਰੇ, ਪਰ ਜੇ ਕੋਈ ਮੁਸੀਬਤ ਹੋਵੇ ਤਾਂ ਬਿਜਲੀ ਮੰਤਰੀ ਘੱਟੋ ਘੱਟ ਪੰਜਾਬ ਦੇ ਕੋਲ ਹੋਵੇ ਤਾਂ ਸਹੀ, ਅਤੇ ਜੇ ਆਪਾਂ ਸਾਂਭਣਾ ਤਾਂ ਫਿਰ ਭਾਈ ਵੇਲੇ ਸਿਰ ਸਾਂਭ ਲਈਏ, ਪਰ ਪਤਾ ਲੱਗਾ ਕਿ ਕਪਤਾਨ ਸਾਹਿਬ ਨੇ ਭਲਕੇ ਜਾਣਾ ਦਿੱਲੀ, ਪਰਸੋਂ ਨੂੰ ਇੱਕ ਮੀਟਿੰਗ ਹੈ ਨੀਤੀ ਆਯੋਗ ਦੀ ਸਾਰੇ ਦੇਸ਼ ਦੇ, ਉਹਦੇ ਵਿੱਚ ਮੁੱਖ ਮੰਤਰੀ ਜਾਂ ਵਿੱਤ ਮੰਤਰੀ ਆਉਂਦੇ ਆ, ਕੇਂਦਰ ਸਰਕਾਰ ਦੇ ਨਾਲ ਸਲਾਹਾਂ ਕਰਨੀਆਂ ਹੁੰਦੀਆਂ ਕਿ ਸਾਡੇ ਸੂਬੇ ਨੂੰ ਕੀ ਦੇਣਾ ਅਤੇ ਕੀ ਨਹੀਂ ਦੇਣਾ, ਉਹਦੇ ਤੋਂ ਪਹਿਲਾਂ ਉਮੀਦ ਹੈ ਕਿ ਰਾਹੁਲ ਗਾਂਧੀ ਜਾਂ ਫਿਰ ਪ੍ਰਿਯੰਕਾ ਗਾਂਧੀ ਜਾਂ ਬੀਬੀ ਸੋਨੀਆ ਗਾਂਧੀ ਦੇ ਨਾਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਹੋਏਗੀ ਮੁਲਾਕਾਤ, ਸਿੱਧੂ ਮਾਮਲੇ 'ਤੇ ਹੋਏਗੀ ਚਰਚਾ, ਅਹਿਮਦ ਪਟੇਲ ਕੱਢਣਗੇ ਵਿਚਕਾਰਲਾ ਕੋਈ ਰਾਹ ਕਿ ਭਾਈ ਤੁਸੀਂ ਦੋਨੇ ਹੀ ਸਾਨੂੰ ਬਹੁਤ ਪਿਆਰੇ ਹੋ, ਮਿਲਣੀ ਤਾਂ ਹੁਣ ਭਾਈ ਇੱਕ ਦੀ ਹੋਣੀ ਹੈ ਕਿਉਂਕਿ ਉਹਨਾਂ ਦੇ ਕੋਲ ਮੋਹਰਲਿਆਂ ਕੋਲ ਕੰਬਲ ਹੀ ਇੱਕ ਆ, ਹਾਰ ਹੀ ਇੱਕ ਆ, ਹੁਣ ਵਾਰੀ ਵਾਰੀ ਸਿਰ ਜਿਹੜਾ ਉਹ ਹਿਸਾਬ ਕਿਤਾਬ ਲਾ ਲਓ। ਦੇਖੋ ਗੱਲ ਪਤਾ ਕੀ ਹੈ, ਇਹਦੇ 'ਚ ਦੋ ਗੱਲਾਂ ਹੋ ਸਕਦੀਆਂ ਹੁੰਦੀਆਂ ਜੀ, ਜੇ ਅਗਲਿਆਂ ਕੋਲ ਕੰਬਲ ਇੱਕ ਹੈ ਅਤੇ ਮਿਲਣੀ ਦੋਵਾਂ ਦੀ ਕਰਾਉਣੀ, ਅਤੇ ਉਹ ਕਹਿੰਦੇ ਵੀ ਕੰਬਲ ਪਾਸੇ ਰੱਖ ਦਿਓ, ਹਾਰਾ ਨਾ ਕਰਾ ਲਓ, ਜੇ ਹਾਰ ਵੀ ਇੱਕ ਹੋਵੇ ਉਹ ਤੋਂ ਬਿਨਾਂ ਕਰਾ ਲਓ, ਕੱਲੀ ਫੋਟੋ ਤਾਂ ਲਵਾਓ ਨਾ, ਹਾਂ ਪਤਾ ਲੱਗੇ ਫੋਟੋ ਜ਼ਰੂਰ ਰੱਖੀ ਹੈ, ਫੋਟੋ ਜ਼ਰੂਰ, ਰੌਲਾ ਫੋਟੋ ਦਾ ਹੁੰਦਾ ਨਹੀਂ, ਇੱਕ ਨੂੰ ਇਹ ਵੀ ਕਹਿ ਦੇਵੇ ਵੀ ਐਲਬਮ ਦੇ ਵਿੱਚ ਪੂਰੇ ਸਫ਼ੇ ਦੀ ਪਾਈ ਫੋਟੋ ਆਪਾਂ ਤੇਰੀ ਲਾਵਾਂਗੇ, ਮਿਲਣੀ ਉਹਨੂੰ ਕਰਾ ਲੈਣਦੇ। ਅੱਛਾ ਆਪਾਂ ਐਸ ਜੀ ਪੀ ਸੀ ਦੀ ਗੱਲ ਵੀ ਕਰ ਲਈਏ, ਐਸ ਜੀ ਪੀ ਸੀ ਦਾ ਅੱਜ ਆ ਮੀਟਿੰਗ, ਮੇਰਾ ਖਿਆਲ ਜਿਹੜੀ 84 ਵਾਲੇ ਦਸਤਾਵੇਜ਼, ਕਿਉਂਕਿ ਹੁਣ ਪਿੱਛੋਂ ਵੀ ਚੂੜੀ ਟੈਟ ਹੋਈ ਹੈ, ਅਤੇ ਗਾਂ ਉਹਨਾਂ ਨੇ ਇੱਕ ਤਾਂ ਨਾ ਪਿੱਛੋਂ ਚੂੜੀ ਟੈਟ ਹੋਣੀ, ਅਤੇ ਅੱਗੇ ਹੁੰਦਾ ਨਾ ਇੱਕ ਰੈਂਚ, ਸੁਣਿਆ ਰੈਂਚ ਜੀ, ਉਹ ਮਤਲਬ ਜ਼ਿਆਦਾ ਉਸ ਪਿੰਡੋਂ ਲਿਆ ਕੇ ਰੈਂਚ ਹੀ ਪਾ ਲਿਆ ਕਈਆਂ ਦੇ ਗਿੱਟੇ ਨੂੰ ਵੀ ਹਾਂ ਹੁਣ ਦੱਸੋ ਵੀ ਕਿੱਥੇ ਹਿਸਾਬ ਤਾ, ਉੱਥੇ ਹੁਣ ਗ੍ਰਹਿ ਮੰਤਰੀ ਸਾਹਿਬ ਨੇ ਮੰਗ ਲਿਆ ਵੀ ਕੀ ਗੁਆਚਿਆ ਤੁਹਾਡਾ ਅਤੇ ਕੀ ਦੱਸੀ ਉਹਨਾਂ ਨੂੰ। ਜਦੋਂ ਨਾ ਚੂੜੀ ਕੱਸਣੀ ਹੁੰਦੀ ਸੀ ਰੈਂਚ ਨਾ, ਬਹੁਤੇ ਬੰਦਿਆਂ ਨੂੰ ਰੈਂਚ ਪਾਉਣਾ ਹੀ ਨਹੀਂ ਆਉਂਦਾ ਹੁੰਦਾ, ਜੇ ਰੈਂਚ ਬਹੁਤਾ ਲੰਬਾ ਸਮਾਂ ਪਿਆ ਰਹਿ ਜਾਵੇ ਤੁਹਾਨੂੰ ਜੰਗ ਵੀ ਲੱਗ ਜਾਂਦਾ, ਰੈਂਚ ਫਿਰ ਖੁੱਲ੍ਹਦਾ ਹੀ ਨਹੀਂ ਹੁੰਦਾ, ਇਸ ਕਰਕੇ ਜੇ ਤਾਂ ਚੂੜੀ ਪਾਉਣ ਵਾਲਾ ਬੰਦਾ ਹੋਇਆ ਸਿਆਣਾ, ਐਤਕੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਜੂ, ਆਸਾਂ ਬੜੀਆਂ ਐਤਕੀ, ਕਿਉਂਕਿ ਸੰਧਾਲੀਆ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੱਜ ਮੀਟਿੰਗ ਹੋਣ ਜਾ ਰਹੀ ਹੈ, ਭਾਈ ਗੋਬਿੰਦ ਸਿੰਘ ਲੌਂਗੋਵਾਲ ਐਸ ਜੀ ਪੀ ਸੀ ਦੀ ਪ੍ਰਧਾਨ ਦੀ ਅਗਵਾਈ 'ਚ ਉਹਦੇ ਵਿੱਚ ਬੰਦੇ ਸੱਦੇ ਕਈ, ਕੌਣ ਸੱਦਿਆ? ਪੁਰਾਣੇ ਉਹ ਅਧਿਕਾਰੀ ਐਸ ਜੀ ਪੀ ਸੀ ਦੇ ਜਿਹੜੇ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਕੰਮਕਾਰ ਸਾਂਭਦੇ ਰਹੇ ਹੈ, ਉਹ ਅਧਿਕਾਰੀ ਜਿਨ੍ਹਾਂ ਦੀ ਐਸ ਜੀ
ਕਿਹਨੂੰ ਦਿੱਤੀਆਂ ਅਤੇ ਦਸਤਖਤ ਉਹਦੇ ਲੈਣੇ ਆ। ਅੱਜ ਤੱਕ ਕਹਿੰਦੇ ਇੱਕ ਛੋਟੀ ਜਿਹੀ ਚੀਜ਼ ਵੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਬਿਨਾਂ ਇੰਦਰਾਜ ਬਾਹਰ ਨਹੀਂ ਜਾਣ ਦਿੱਤੀ ਗਈ, ਨਾ ਕੋਈ ਚੀਜ਼ ਇਸ ਤਰੀਕੇ ਉੱਥੇ ਅੰਦਰ ਆਈ ਹੈ। ਹੁਣ ਇਹ ਮੀਟਿੰਗ ਕਦੋਂ ਹੋਣ ਲੱਗੀ ਹੈ? ਮੀਟਿੰਗ ਉਦੋਂ ਹੋਣ ਲੱਗੀ ਹੈ ਜਦੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਮਿਤ ਸ਼ਾਹ ਭਾਰਤ ਦੇ ਗ੍ਰਹਿ ਮੰਤਰੀ ਦੇ ਕੋਲੇ ਗਏ, ਜਾ ਕੇ ਕਿਹਾ ਕਿ ਭਾਈ ਫੌਜ ਲੈ ਗਈ ਸੀ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਬਹੁਤ ਕੁਝ, ਸਾਨੂੰ ਵਾਪਸ ਕਰੋ। ਉਹ ਕਹਿੰਦੇ ਕਰ ਦਿੰਦੇ ਹਾਂ। ਅਗਲਿਆਂ ਨੇ ਜਦੋਂ ਪੁੱਛ ਪੜਤਾਲ ਕੀਤੀ, ਵਾਪਸ ਚਿੱਠੀ ਲਿਖਤੀ, ਕਹਿੰਦੇ ਤੁਸੀਂ ਦੱਸੋ ਤੁਹਾਡਾ ਰਹਿ ਕੀ ਗਿਆ, ਬਹੁਤਾ ਕੁਝ ਤਾਂ ਵਾਪਸ ਕਰ ਦਿੱਤਾ। ਫਿਰ 2004-05 ਦੇ ਆਸ ਪਾਸ ਦੀਆਂ ਗੱਲਾਂ ਸਾਹਮਣੇ ਆਈਆਂ ਕਿ ਦੋ ਟਰੰਕ ਵਾਪਸ ਕੀਤੇ ਗਏ ਸੀ, ਉਹਦੇ ਵਿੱਚ ਪਿਸਤੌਲ ਵੀ ਸਨ ਕੁਝ ਪੁਰਾਣੇ, ਉਹਦੇ ਵਿੱਚ ਕੁਝ ਇੱਕ ਧੁਆਂਖੀਆਂ ਜਿਹੀਆਂ ਚੀਜ਼ਾਂ ਵੀ ਸੀ ਅਤੇ ਹੱਥ ਲਿਖਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਵੀ ਸੀ। ਉਹ ਸਮਾਨ ਕਿੱਥੇ ਗਿਆ? ਉਹ ਸਾਰਾ ਕੁਝ ਰੱਖਿਆ ਕਿੱਥੇ? ਕਿਉਂਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਉਹ ਹੈ ਹੀ ਨਹੀਂ, ਅਤੇ ਜੇ ਉਹਨਾਂ ਨੇ ਵਾਪਸ ਕੀਤਾ ਇੱਥੇ ਉਹ ਸਮਾਨ ਪਿਆ ਨਹੀਂ ਤਾਂ ਉਹ ਗਿਆ ਕਿੱਧਰ? ਇਸ ਗੱਲ ਦਾ ਪਤਾ ਲਾਉਣ ਦੇ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸਾਰੇ ਬੰਦੇ ਸੱਦ ਲਏ। ਨਿਕਲੂਗਾ ਕੀ ਵਿੱਚੋਂ ਇਹ ਪਤਾ ਨਹੀਂ, ਪਰ ਇੰਨੀ ਗੱਲ ਜ਼ਰੂਰ ਹੈ ਕਿ ਭਾਈ ਜੋਗਿੰਦਰ ਸਿੰਘ ਵਦੰਤੀ ਜਥੇਦਾਰ ਰਹੇ ਨੇ, ਪੱਤਰਕਾਰ ਭਾਈਚਾਰਾ ਉਹਨਾਂ ਦੇ ਕੋਲੇ ਪੁੱਜ ਗਿਆ ਕਿ ਤੁਸੀਂ ਤਾਂ ਸਭ ਕੁਝ ਨੇੜਿਓਂ ਵੇਖਿਆ। ਉਹ ਕਹਿੰਦੇ ਪਹਿਲੀ ਗੱਲ ਇਹ ਕਿ ਜਦੋਂ 1984 'ਚ ਹੋਇਆ ਸੀ ਹਮਲਾ, ਮੈਂ ਸਭ ਤੋਂ ਪਹਿਲਾ ਬੰਦਾ ਸੀ ਜਿਹੜਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਅੰਦਰ ਗਿਆ, ਅਤੇ ਕਹਿੰਦੇ ਮੈਂ ਉੱਥੇ ਜਾ ਕੇ ਵੇਖਿਆ ਸੀ ਕਿ ਅੱਗ ਨਹੀਂ ਸੀ ਲੱਗੀ। ਇਹਦਾ ਮਤਲਬ ਹੈ ਕਿ ਸਮਾਨ ਸਾਰਾ ਉੱਥੋਂ ਗਿਆ। ਦੂਸਰੀ ਗੱਲ, ਉਹ ਕਹਿੰਦੇ ਇੰਨੀ ਤਾਂ ਗੱਲ ਹੈਗੀ ਆ ਕਿ ਅੱਗ ਨਹੀਂ ਸੀ ਲੱਗੀ, ਕੁਝ ਸੜਿਆ ਨਹੀਂ, ਉਹ ਸਵਾਹ ਦੀ ਢੇਰੀ 'ਚ ਤਬਦੀਲ ਨਹੀਂ ਹੋਇਆ। ਅਤੇ ਦੂਸਰੀ ਗੱਲ ਇਹ ਕਿ ਜੇ ਉੱਥੇ ਕੋਈ ਲੈ ਗਿਆ ਸੀ ਅਤੇ ਵਾਪਸ ਕੀਤਾ ਅਤੇ ਕਿਹਨੂੰ ਕੀਤਾ? ਇਹ ਤਾਂ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲਿਆਂ ਤੋਂ ਹੁਣ ਪੁੱਛਣਾ ਚਾਹੀਦਾ, ਉਹ ਸਪਸ਼ਟ ਰੂਪ ਦੇ ਵਿੱਚ ਦੱਸਣ ਕਿ ਉਹ ਸਮਾਨ ਜਿਹੜਾ ਕਿਆ ਗਿਆ ਕਿੱਥੇ। ਜਦੋਂ ਵਿਦੇਸ਼ਾਂ ਦਾ ਰੌਲਾ ਪਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਜਿਹਦੇ ਉੱਤੇ ਗੁਰੂ ਸਾਹਿਬ ਦੇ ਜਿਹੜੇ ਉਹ ਦਸਤਖਤ ਤੱਕ ਵੀ ਹੋਏ ਸੀ, 12-13-14 ਕਰੋੜ ਰੁਪਈਏ ਦਾ ਨਿਲਾਮ ਕਰ ਦਿੱਤਾ, ਹੁਣ ਪਤਾ ਲੱਗ ਜਾਣਾ ਚਾਹੀਦਾ। ਆਮ ਆਦਮੀ ਪਾਰਟੀ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ, ਸੰਧਾ ਵਾਲੀਆ ਸਭ ਅਗਲਿਆਂ ਨੇ ਧੂੰਆਂ ਕੱਢ ਕੇ ਰੱਖ ਦਿੱਤਾ। 5-6 MLA ਸੀ, ਉਹ ਕਹਿੰਦੇ ਕਿ ਪਹਿਲੀ ਗੱਲ ਇਹ ਹਾਈ ਕੋਰਟ ਜਾਂਚ ਕਰੇ ਕਿ ਜੇ ਭਾਰਤ ਦੀ ਫੌਜ ਨੇ ਸਮਾਨ ਵਾਪਸ ਕੀਤਾ ਤਾਂ ਉਹ ਗਿਆ ਕਿੱਥੇ, ਅਤੇ ਹਾਈ ਕੋਰਟ ਦੀ ਨਿਗਰਾਨੀ ਦੇ ਵਿੱਚ ਜਾਂਚ ਕਰਨ ਦੀ ਜ਼ਿੰਮੇਵਾਰੀ CBI ਨੂੰ ਦਿੱਤੀ ਜਾਵੇ, ਪਰ ਹਾਈ ਕੋਰਟ ਮੋਨੀਟਰ ਕਰੇ ਸਾਰੀ ਚੀਜ਼ ਨੂੰ। ਉਹਨਾਂ ਨੇ ਤਾਂ ਇੱਥੋਂ ਤੱਕ ਵੀ ਦੋਸ਼ ਲਾਤਾ, ਹਾਲਾਂਕਿ ਮੈਨੂੰ ਨਹੀਂ ਪਤਾ ਕਿ ਆਮ ਆਦਮੀ ਪਾਰਟੀ ਦੇ ਕੋਲ ਇਸ ਮੁੱਦੇ 'ਤੇ ਕੋਈ ਤੱਥ ਹੈ ਜਾਂ ਨਹੀਂ ਹੈ। ਉਹ ਕਹਿੰਦੇ ਅਕਾਲੀ ਦਲ ਬਾਦਲ ਦੇ ਬੰਦੇ ਸ਼੍ਰੋਮਣੀ ਕਮੇਟੀ 'ਤੇ ਕਾਬਜ਼ ਰਹੇ ਆ, ਇਹਦਾ ਮਤਲਬ ਹੈ ਕਿ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਦੀ ਮਿਲੀ ਭੁਗਤ ਦੇ ਨਾਲ ਉਹ ਬੇਸ਼ਕੀਮਤੀ ਹੱਥ ਲਿਖਤ ਖਜ਼ਾਨਾ ਜਿਹੜਾ ਉਹ ਸੱਜੇ ਖੱਬੇ ਕੀਤਾ ਗਿਆ, ਅਤੇ ਹੁਣ ਪਰਚੇ ਵੀ ਹੋਣੇ ਚਾਹੀਦੇ ਆ, ਸਜ਼ਾਵਾਂ ਵੀ ਹੋਣੀਆਂ ਚਾਹੀਦੀਆਂ, ਅਤੇ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਕਿ ਦੋਸ਼ ਦਿੱਲੀ 'ਤੇ ਲਾ ਕੇ, ਦੋਸ਼ ਫੌਜ 'ਤੇ ਲਾ ਕੇ, ਉਸ ਸਾਰੇ ਕੁਝ ਦੇ ਪਰਛਾਵੇਂ ਦੇ ਘੇਰੇ ਘੇਰੇ ਕਿਹਨੇ ਕਿੰਨਾ ਸਾਡਾ ਨੁਕਸਾਨ ਕੀਤਾ ਤਾਂ ਕਿੰਨਾ ਵਿੱਤੀ ਤੌਰ 'ਤੇ ਲਾਭ ਪ੍ਰਾਪਤ ਕੀਤਾ। ਵੈਸੇ ਇਹ ਗੱਲ ਹੈ ਜੀ, ਮਤਲਬ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਸੋਚਦੇ ਜ਼ਰੂਰ ਹੋਣੇ, ਕਿਉਂਕਿ ਜਿਹੜੀ ਪਹਿਲੀ ਮਤਲਬ ਉਹਨਾਂ ਦੀ ਉੱਪਰਲੀ ਜਨਰੇਸ਼ਨ ਸੀ ਉਹ ਤਾਂ ਲਗਭਗ ਹੁਣ ਘਰੋ ਘਰੀ ਬੈਠ ਗਈ ਜੀ। ਅਗਲਿਆਂ ਨੂੰ ਉਹਨਾਂ ਨੇ ਅਕਾਲੀ ਦਲ ਦੀਆਂ ਚਾਬੀਆਂ ਦੇ ਦਿੱਤੀਆਂ ਸੀ ਵੀ ਆਹ ਲੈ ਹੁਣ ਤੂੰ ਸਾਂਭ ਕੁੰਜੀਆਂ ਅਤੇ ਆਪਾਂ ਹੁਣ ਸਰਦਾਰੀ ਕਰ ਲਈ, ਪਰ ਹੁਣ ਰੌਲਾ ਆਇਆ ਵੀ ਜਦੋਂ ਉਹਨਾਂ ਨੇ ਪੰਜਾਬ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਵਾਲੇ ਪਾਸੇ ਨੂੰ ਮੋੜਾ ਦੇ ਦਿੱਤਾ ਸੀ ਵੀ ਇਸ ਬਾਕੀ ਧਰਮਾਂ ਦੇ ਬੰਦੇ ਵੀ ਆ ਜਾਣਗੇ, ਆਪਾਂ ਹੌਲੀ ਹੌਲੀ ਵਿਕਾਸ ਦੀ ਗੱਲ ਕਰਨੀ ਆ, ਆਪਾਂ ਇੱਕ ਇਹੋ ਜਿਹਾ ਪੰਜਾਬ ਬਣਾਉਣਾ ਜਿਹੜਾ ਕੈਲੀਫੋਰਨੀਆ ਵਰਗਾ ਹੋ ਜਾਵੇ। ਅਤੇ ਦੂਸਰੇ ਪਾਸੇ ਹੁਣ ਜਦੋਂ ਉੱਧਰੋਂ ਗੱਲ ਨਹੀਂ ਬਣੀ ਅਤੇ ਮੋੜਾ ਜਿਹਾ ਜਿਹੜਾ ਕੱਟਿਆ ਗਿਆ ਅਤੇ ਹੁਣ ਪੁਰਾਣੇ ਬਾਬਿਆਂ ਵਾਲੇ ਰਜਿਸਟਰ ਫੋਲਣੇ ਪੈ ਰਹੇ ਵੀ ਯਾਰ ਉੱਥੇ ਕਿਹੜੇ ਵੇਲੇ ਕਿਹੜੇ ਬੰਦੇ ਨੇ ਪਤਾ ਨਹੀਂ ਕਿਹੜਾ ਚੰਨ ਚਾੜ ਦਿੱਤਾ ਜੀ, ਇਹ ਲੱਗ ਨਹੀਂ ਰਿਹਾ ਕੰਮ ਵੀ ਕੰਮ ਤੁਰਦਾ ਤੁਰਦਾ, ਅਤੇ ਫਿਰ ਜਿੱਦਾਂ ਨਾ ਮਤਲਬ ਮਾੜੇ ਟਾਇਰ ਹੁਣ ਗੱਡੀ ਦੇ, ਉਹ ਕਹਿੰਦੇ ਅਗਲੇ ਦੋ ਪੁਆਲੇ ਚੱਲੀ ਹੁਣ ਫਿਰ ਚਲੋ ਚੱਲੀਏ, ਨਾਲ ਹੀ ਠਾ ਕੀ ਹੋਇਆ ਹੁਣ ਪਿਛਲਾ ਪਾੜ ਗਏ ਜੀ, ਆਹ ਕੰਮ ਨਹੀਂ ਹੋ ਗਿਆ। ਬਿਲਕੁਲ ਇਹ ਹੋ ਗਿਆ। ਮੇਰੇ ਮਨ ਦੇ ਵਿੱਚ ਦੋ ਸਵਾਲ ਨੇ, ਸਵਾਲ ਵੱਡੇ ਨੇ ਮੈਨੂੰ ਲੱਗਦਾ, ਤੁਸੀਂ ਬਾਕੀ ਦੱਸ ਦੇਣਾ। ਪਹਿਲੀ ਗੱਲ ਇਹ, ਪਿਛਲੇ ਸਮੇਂ ਦੇ ਵਿੱਚ ਅਸੀਂ ਲੱਭਦੇ ਰਹੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਤੋਂ ਕਿ ਇੱਕ ਚਿੱਠੀ ਆਈ ਸੀ ਮਾਫੀ ਵਾਲੀ, ਅਕਾਲ ਤਖਤ ਸਾਹਿਬ ਦੇ ਸੈਕਟਰੀਏਟ ਦੇ ਵਿੱਚ ਵੀ ਬਹੁਤ ਵੱਡਾ ਇੱਕ ਰਜਿਸਟਰ ਪਿਆ ਜਿਨ੍ਹਾਂ ਨੇ ਵੇਖਿਆ ਹੋਵੇ, ਉਹਦੇ ਉੱਤੇ ਹਰ ਚੀਜ਼ ਦਰਜ ਹੁੰਦੀ ਹੈ, ਕੌਣ ਮਿਲਣਾ ਆ, ਕਿਹਨੂੰ ਮਿਲਣਾ ਆ, ਕਿੰਨੇ ਵਜੇ ਮਿਲਣਾ ਆ, ਉਹਨੂੰ ਕਿੰਨੇ ਵਜੇ ਮਿਲਾਇਆ ਗਿਆ। ਜਾਂ ਅਕਾਲ ਤਖਤ ਸਾਹਿਬ ਤੋਂ ਜੇ ਚਿੱਠੀ ਵੀ ਕਿਸੇ ਨੇ ਲਿਖੀ ਆ ਅਤੇ ਆਹ ਚਿੱਠੀ ਲਿਖੀ ਹੈ, ਇਹਨੂੰ ਲਿਖੀ ਹੈ, ਆਹ ਬੰਦਾ ਚਿੱਠੀ ਪੋਸਟ ਕਰਨ ਚੱਲਿਆ, ਜਾਂ ਬੰਦਾ ਚਿੱਠੀ ਦਸਤੀ ਲੈ ਕੇ ਚੱਲਿਆ, ਜਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਆਹ ਚਿੱਠੀ ਆਈ ਹੈ, ਡਾਕ ਰਾਹੀਂ ਆਈ ਹੈ, ਮਨੀ ਆਰਡਰ ਆਇਆ, ਜਾਂ ਕੀ ਚੀਜ਼ ਆਈ ਹੈ, ਜਾਂ ਬੰਦਾ ਕੋਈ ਦਸਤੀ ਲੈ ਕੇ ਆਇਆ ਤਾਂ ਉਹਨੂੰ ਕਿਹਨੇ ਰਿਸੀਵ ਕੀਤਾ? ਅੱਜ ਤੱਕ ਸਾਨੂੰ ਇਹ ਨਹੀਂ ਪਤਾ ਲੱਗਾ ਕਿ ਗੁਰਮੀਤ ਰਾਮ ਰਹੀਮ ਦੇ ਮਾਫੀਨਾਮੇ ਵਾਲੀ ਚਿੱਠੀ ਕੌਣ ਕਿੱਦਣ ਲੈ ਕੇ ਆਇਆ, ਅਤੇ ਉਹਦਾ ਰਜਿਸਟਰ ਦੇ ਵਿੱਚ ਕੋਈ ਇੰਦਰਾਜ ਹੈਗਾ ਕਿ ਨਹੀਂ ਹੈਗਾ। ਇੱਕ ਕਮੇਟੀ ਬਣੀ ਸੀ, ਸਰਕਾਰ ਨੇ ਬਣਾਈ ਸੀ, ਉਹਨਾਂ ਨੇ ਕਈ ਵਾਰੀ ਕਿਹਾ ਕਿ ਅਸੀਂ ਆ ਕੇ ਦੇਖ ਲੈਂਦੇ ਜੀ, ਤੁਸੀਂ ਆਪਣਾ ਕੋਈ ਕਰਮਚਾਰੀ ਭੇਜ ਦਿਓ ਜੀ, ਫੋਟੋਜ਼ ਜਿਹੜੀ ਭੇਜ ਦਿਓ, ਅੱਜ ਤੱਕ ਕਿਸੇ ਨੇ ਨਹੀਂ ਭੇਜੀ। ਜੇ ਆ 7-8 ਸਾਲ ਪਹਿਲਾਂ ਵਾਲਾ
ਉਹ ਰਜਿਸਟਰ ਨਹੀਂ ਸਾਨੂੰ ਲੱਭਦਾ ਅਤੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਉਹ 12-15-18 ਸਾਲ ਪਹਿਲਾਂ ਵਾਲਾ ਰਜਿਸਟਰ ਸਾਨੂੰ ਲੱਭ ਕੇ ਦੇ ਦੇਣਗੇ ਕਿ ਭਾਈ ਕਿਹਨੇ ਉਹ ਸਾਰਾ ਕੰਮ ਰਿਸੀਵ ਕੀਤਾ ਸੀ ਅਤੇ ਕਿਹਨੇ ਨਹੀਂ ਸੀ ਕੀਤਾ। ਦੂਸਰਾ ਸਵਾਲ, ਸੰਧਾਲੀਆ ਸਾਹਿਬ, ਇਹ ਬਹੁਤ ਭਾਵੁਕ ਜਿਹਾ ਵਿਸ਼ਾ ਹੋ ਸਕਦਾ, ਸਾਨੂੰ 2015 ਤੋਂ ਲੈ ਕੇ ਹੁਣ ਤੱਕ ਦੁੱਖ ਕਿਸ ਗੱਲ ਦਾ ਕਿ ਪੰਜਾਬ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਹੋਈ, ਉਹਨਾਂ ਦੇ ਅੰਗ ਜਿਹੜੇ ਨੇ ਪਾੜ ਕੇ ਸੜਕਾਂ 'ਤੇ ਸੁੱਟੇ ਗਏ। ਸਾਰੀ ਦੁਨੀਆ ਦੇ ਵਿੱਚ ਬੈਠੇ ਇਕੱਲੇ ਸਿੱਖ ਨਹੀਂ, ਬਾਕੀ ਧਰਮਾਂ ਦੇ ਲੋਕ ਵੀ ਦੁਖੀ ਹੋਏ ਕਿ ਨਹੀਂ ਭਾਈ, ਪਵਿੱਤਰ ਧਾਰਮਿਕ ਗ੍ਰੰਥਾਂ ਦੇ ਨਾਲ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਸਿੱਖ ਆਗੂ ਜਿਹੜੇ ਨੇ ਉਹਨਾਂ ਨੇ ਕਿਹਾ ਸੀ ਹਿਰਦੇ ਵਲੂੰਦਰੇ ਗਏ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਪਰ ਜੇ ਕਿਤੇ ਇਹ ਗੱਲ ਸੱਚ ਹੋਈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੱਥ ਲਿਖਤ ਸਰੂਪ ਅਸੀਂ ਆ 4 ਪੈਸਿਆਂ ਦੇ ਲਈ ਸਮਗਲ ਕਰ ਦਿੱਤਾ ਹੋਇਆ, ਨਿਲਾਮ ਕਰ ਦਿੱਤਾ ਹੋਇਆ, ਮੈਨੂੰ ਲੱਗਦਾ ਕਿ ਬਾਅਦ ਦੀਆਂ ਬੇਅਦਬੀਆਂ ਤੋਂ ਕਈ ਗੁਣਾ ਵੱਡੀ ਬੇਅਦਬੀ ਉਦੋਂ ਹੋਈ ਸੀ। ਉਹ ਗੱਲਾਂ ਸਾਰੀਆਂ ਠੀਕ ਹੈ, ਸਵਾਲ ਤੁਹਾਡੇ ਦੋਵੇਂ ਠੀਕ ਹੈ, ਤੁਹਾਡੇ 2 ਸਵਾਲਾਂ ਤੋਂ ਬਾਅਦ ਮੇਰੇ ਦਿਮਾਗ 'ਚ ਕਈ ਸਵਾਲ ਆ ਗਏ। ਆ ਜਾਓ, ਹੁਣ ਮੈਂ ਸੋਚਦਾ ਹਾਂ ਵੀ 10-12 ਅਰਬ ਦਾ ਕਹਿੰਦੇ ਆ ਜੀ, ਜਿਹੜਾ ਨਹੀਂ ਕਰੋੜ ਦਾ, ਨਹੀਂ ਅਰਬ ਦਾ ਮੇਰਾ ਖਿਆਲ, ਹੁਣ ਮੈਨੂੰ ਅਰਬਾਂ ਦੀ ਨਹੀਂ, ਜੀਰੋ ਮੈਂ ਸੁਣਿਆ ਕਰੋੜ ਥੋੜ੍ਹਾ, 10-12 ਅਰਬ ਦਾ ਜਿਹੜਾ ਸ਼੍ਰੋਮਣੀ ਕਮੇਟੀ ਦਾ ਬਜਟ ਹੈ। ਹਾਂ, ਉਹ ਅਰਬਾਂ ਖਰਬਾਂ ਦਾ ਹੀ ਹੈ ਨਾ ਜੀ। ਹੁਣ ਮੈਨੂੰ ਸਮਝ ਨਹੀਂ ਆਈ ਵੀ ਜੇ ਆਪਾਂ ਬੰਦੇ ਰੱਖੇ ਨੇ ਉੱਥੇ ਜਿਨ੍ਹਾਂ ਨੇ ਹਿਸਾਬ ਕਿਤਾਬ ਕਰਨਾ ਹੈ, ਦੂਜਾ ਤੀਜਾ ਰੱਖਣਾ ਜੀ, ਉਹ ਬੰਦੇ ਕਹਿੰਦੇ ਹਿਸਾਬ ਕਿਤਾਬ ਨਹੀਂ ਹੋਇਆ। ਜਦੋਂ ਕਮੇਟੀ ਬਣਾਉਣ ਵਾਲੇ ਬੰਦੇ ਆਉਂਦੇ ਨੇ, ਉਹਨਾਂ ਨੇ ਤਨਖਾਹ ਮਿਲਦੀ, ਉਹ ਕਹਿੰਦੇ ਕਮੇਟੀ ਨੇ ਰਿਪੋਰਟ ਕੋਈ ਨਹੀਂ ਦਿੱਤੀ। ਜਦੋਂ ਆਪਾਂ ਧਰਮ ਪ੍ਰਚਾਰ ਵਾਲੇ ਪਾਸੇ ਨੂੰ ਜਾਂਦੇ ਤਾਂ ਉਹ ਮਤਲਬ ਅੰਮ੍ਰਿਤਸਰ ਦੇ ਵਿੱਚ ਹੀ ਨਿੱਕੇ ਨਿੱਕੇ ਗੁਰੂ ਨਾਨਕ ਸਾਹਿਬ ਦੀਆਂ ਮੂਰਤੀਆਂ ਵਿਕੀ ਜਾਂਦੀਆਂ ਨੇ, ਲੋਕਾਂ ਨੂੰ ਧਰਮ ਪ੍ਰਚਾਰ ਬਾਰੇ ਹੀ ਨਹੀਂ ਪਤਾ ਹੈਗਾ। ਜਦੋਂ ਕਿਤੇ ਪੰਜਾਬੋਂ ਬਾਹਰ ਕਿਤੇ ਸਿੱਖ ਭਾਈਚਾਰੇ ਨਾਲ ਕੋਈ ਰੌਲਾ ਪੈ ਜਾਂਦਾ, ਭਾਵੇਂ ਸ਼ਿਲੌਂਗ ਦੀ ਘਟਨਾ ਹੋਵੇ ਜਾਂ ਕਿਤੇ ਹੋਰ ਵੀ ਹੋਵੇ, ਉੱਥੇ ਐਸ ਜੀ ਪੀ ਸੀ ਨਹੀਂ ਪਹੁੰਚਦੀ। ਜਦੋਂ ਵਿਦੇਸ਼ਾਂ ਵਾਲੀ ਗੱਲਬਾਤ ਕਿਤੇ ਚੱਲਦੀ ਤਾਂ ਉੱਥੇ ਵੀ ਪਾਟੋ ਤੁਹਾਡਾ ਵਾਲਾ ਕੰਮ ਨਜ਼ਰ ਆਉਂਦਾ, ਫਲਾਨਾ ਕਹਿੰਦਾ ਸਾਡਾ ਰਾਹ ਸੱਜਾ, ਕੋ ਕਹਿੰਦਾ ਸਾਡਾ ਰਾਹ ਖੱਬਾ। ਫਿਰ ਮੈਨੂੰ ਸਮਝ ਨਹੀਂ ਆਈ ਵੀ ਜਿਹੜਾ 10-12 ਅਰਬ ਦਾ ਬਜਟ ਹੈ ਉਹ ਫਿਰ ਕਿਹੜੀ ਚੀਜ਼ 'ਤੇ ਲੱਗਦਾ ਹੋਊਗਾ। ਜਿਹੜੇ ਬੰਦੇ ਮਤਲਬ ਅੰਦਰ ਬਹਿਣ ਵਾਲੇ ਨੇ ਉਹ ਕਹਿੰਦੇ ਸਾਡੇ ਹਿਸਾਬ 'ਚ ਕੁਛ ਨਹੀਂ ਆਉਂਦਾ, ਜਿਹੜੇ ਬੰਦੇ ਨੇ ਬਾਹਰ ਜਾ ਕੇ ਭੇਜਣਾ ਪ੍ਰਚਾਰ ਪ੍ਰਸਾਰ ਵਾਲਾ, ਉਹ ਕਹਿੰਦਾ ਸਾਡੇ ਹਿਸਾਬ 'ਚ ਕੁਛ ਨਹੀਂ ਆਉਂਦਾ। ਫਿਰ ਇਹ ਕਿੱਧਰ ਨੂੰ ਜਾਂਦੀ ਹੈ ਕਹਾਣੀ? ਮਤਲਬ ਮੈਂ ਨਹੀਂ, ਆਪਾਂ ਕਿਹਨੂੰ ਦੋਸ਼ੀ ਨਹੀਂ ਠਹਿਰਾਉਂਦੇ, ਵੈਸੇ ਹੀ ਸਵਾਲ ਆ ਜਾਂਦਾ ਦਿਮਾਗ 'ਚ। ਸਵਾਲ ਤੁਹਾਡਾ ਬਿਲਕੁਲ ਜਾਇਜ਼ ਹੈ। ਤੁਹਾਡੇ ਸਵਾਲ ਦਾ ਜਵਾਬ ਇਹ ਹੈ ਕਿ ਜਦੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੁਣ ਰੌਲਾ ਪਿਆ, ਜੀ ਕੇ ਸਾਹਿਬ ਨੂੰ ਲਾਤਾ, ਸਿਰਸਾ ਸਾਹਿਬ ਬਣ ਗਏ, ਦੋਵਾਂ ਧਿਰਾਂ ਨੇ ਇੱਕ ਦੂਜੇ ਦੇ ਦੋਸ਼ ਕੀ ਲਾਏ? ਜੀ ਇਹਨਾਂ ਨੇ 5 ਕਰੋੜ ਫਲਾਨੇ 'ਚੋਂ ਖਾ ਲਿਆ, ਇਹ ਜੀ ਵਿਦੇਸ਼ ਯਾਤਰਾਵਾਂ ਕਰਦੇ ਸੀ ਤਾਂ ਬਿਜ਼ਨਸ ਕਲਾਸ ਦੀਆਂ ਟਿਕਟਾਂ ਲੈਂਦੇ ਸੀ, ਇਹ ਜੀ ਉੱਥੇ ਜਾ ਕੇ ਸ਼ੋਪਿੰਗ ਕਰਦੇ ਸੀ ਤਾਂ ਇੱਧਰਲੇ ਖਾਤੇ ਦੇ ਵਿੱਚੋਂ ਕਰੀ ਜਾਂਦੇ ਸੀ। ਕੀ ਸੱਚ ਹੈ ਕੀ ਝੂਠ ਸਾਨੂੰ ਨਹੀਂ ਪਤਾ। ਆ ਪਿਛਲੇ ਸਮੇਂ 'ਚ ਇੱਕ ਪ੍ਰਧਾਨ ਸਾਹਿਬ ਦੀ ਕਾਰ ਕਿੰਨੀ ਚੱਲੀ ਸੀ? ਆਹੋ ਤਾਂ ਕਹਿੰਦੇ ਇੰਨੀ ਜ਼ਿਆਦਾ ਚੱਲੀ ਸੀ ਵੀ ਜੇ ਦਿਨੇ ਰਾਤ ਚਲਾਈ ਜਾਓ ਤਾਂ ਵੀ ਇੰਨਾ ਤੇਲ ਨਹੀਂ ਪੀਂਦਾ। ਕਈ ਇੱਦਾਂ ਦੇ ਬੰਦੇ ਵੀ ਅਹੁਦੇਦਾਰ ਉੱਥੇ ਹੈਗੇ ਆ, ਅੰਦਰ ਹੀ ਉਹਨਾਂ ਦੇ ਘਰਾਂ ਨੂੰ ਦੁੱਧ ਜਿਹੜਾ ਇੰਨਾ ਕੁ ਜਾਈ ਜਾਂਦਾ, ਪੀਣਾ ਤਾਂ ਬਹੁਤ ਦੂਰ ਦੀ ਗੱਲ ਹੈ, ਜੇ ਨਹਾਈ ਵੀ ਜਾਣ ਤਾਂ ਮੈਨੂੰ ਲੱਗਦਾ ਤਾਂ ਵੀ ਨਹੀਂ ਮੁੱਕਣਾ। ਹੁਣ ਜੇ ਢੇਡੀ ਏਡੇ ਏਡੇ ਵੱਡੇ ਹੋ ਗਏ, ਜੇ ਹੁਣ ਦੂਸਰੇ ਪਾਸੇ ਨੂੰ ਅਸੀਂ ਕੰਮ ਕਾਰ ਚਲਾਈ ਜਾਣੇ ਆ ਫਿਰ ਤਾਂ ਠੀਕ ਹੈ। ਮੈਂ ਇੱਕ ਗੱਲ ਸੰਧਾਲੀਆ ਸਾਹਿਬ ਤੁਹਾਡੇ ਨਾਲ ਹੋਰ ਸਾਂਝੀ ਜ਼ਰੂਰ ਕਰਨੀ ਆ। ਅੱਜ ਇੱਕ ਨਾ ਮੇਰੇ ਦਿਮਾਗ 'ਚ, ਤੁਸੀਂ ਦੇਖੋ ਆਹ ਚੀਜ਼ ਹੋ ਗਈ, ਆਉਣ ਦਿਓ। ਮੈਂ ਨਾ ਮਤਲਬ ਚੰਦ ਦਿਨ ਪਹਿਲਾਂ ਇੱਦਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਗਿਆ, ਮੇਰੇ ਦਿਮਾਗ 'ਚ ਨਾ ਇੱਕ ਛੋਟੀ ਜਿਹੀ ਬੱਚੀ ਦਾ ਹੁਣੇ ਹੁਣੇ ਉਹ ਦੁਬਾਰਾ ਮੇਰੇ ਸੀਨ ਯਾਦ ਆ ਗਿਆ। ਉਹਦੇ ਨਾਲ ਉਹਦੀ ਦਾਦੀ ਸੀ, ਅਤੇ ਜਿੱਦਾਂ ਆਪਾਂ ਛੋਟੇ ਜਿਹੇ ਜਵਾਕ ਨੂੰ ਮੱਥਾ ਟੇਕਣਾ ਨਹੀਂ ਸਿਖਾਉਂਦੇ ਜੀ, ਉਹਨੇ ਨਾ ਉਹਦੇ ਨਿੱਕੇ ਨਿੱਕੇ ਜਿਹੇ ਹੱਥਾਂ 'ਚ ਰੁਪਈਆ ਦਿੱਤਾ ਕਿ ਵੀ ਤੂੰ ਉਹ ਗੋਲਕ 'ਚ ਜਾ ਕੇ ਪਾਉਣਾ। ਉਹ ਹੁਣ ਵਿਚਾਰੀ ਨਵਾਂ ਨਵਾਂ ਉਹਨੇ ਤੁਰਨਾ ਸਿੱਖਿਆ, ਉਹ ਹੌਲੀ ਹੌਲੀ ਜਾਂਦੀ ਜਾਂਦੀ ਹੁਣ ਜਵਾਕ ਕੋਲੋਂ ਡਿੱਗ ਹੀ ਪੈਂਦਾ, ਉਹਦੇ ਕੋਲੋਂ ਉਰੇ ਡਿੱਗ ਪਿਆ। ਉਹਨੇ ਉਹਨੂੰ ਫੇਰ ਚੁੱਕਿਆ, ਫਿਰ ਉਹਦੀ ਦਾਦੀ ਨੇ ਕਿਹਾ ਵੀ ਹੁਣ ਤੈਨੂੰ ਗੋਲਕ 'ਚ ਪਾ। ਹੁਣ ਉਹਨੂੰ ਚੱਕਿਆ, ਫਿਰ ਉਹਨੇ ਉਹਨੂੰ ਗੋਲਕ 'ਚ ਪਾਇਆ, ਫਿਰ ਉਹਨੇ ਹੱਥ ਜਿਹੇ ਜੋੜੇ, ਫਿਰ ਵਿਚਾਰੀ ਨੇ ਜਿਹੋ ਜਿਹਾ ਮੱਥਾ ਟੇਕਣਾ ਸੀ ਟੇਕਿਆ। ਹੁਣ ਉਹ ਰੁਪਈਆ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਰੁਪਈਏ ਹੋਣਗੇ, ਕਿੰਨੀ ਸ਼ਰਧਾ ਨਾਲ ਟੇਕੇ, ਜਿਹਨਾਂ ਦਾ ਕੁੱਲ ਮਿਲਾ ਕੇ ਉਹ ਕਹਿੰਦੇ ਵੀ ਸਾਡੀ ਆਮਦਨ ਇੰਨੇ ਅਰਬ ਹੈ ਜੀ, ਅਤੇ ਉਹਦੀ ਵਰਤੋਂ ਫਿਰ ਕਿੱਦਾਂ ਹੁੰਦੀ ਯਾਰ? ਕਿਹੜਾ ਰੁਪਈਆ? ਤੁਸੀਂ ਰੁਪਈਏ ਦੀ ਗੱਲ ਕਰੀ ਜਾਂਦੇ ਹੋ, ਉਹ ਮੈਂ ਸ਼ਰਧਾ ਦੀ ਗੱਲ ਕਰਦਾ, ਰੁਪਈਏ ਦੀ ਗੱਲ ਨਹੀਂ ਕਰਦਾ। ਸ਼ਰਧਾ ਦੱਸੋ ਹੈ, ਤੁਸੀਂ ਉਹੀ ਗੱਲ ਕਰਦੇ ਹੋ, ਸ਼ਰਧਾ ਦਾ ਕੀ ਮਸਲਾ? ਜਿੱਥੇ ਇਹ ਰੌਲਾ ਪੈਂਦਾ ਕਿ ਸ਼੍ਰੀ ਅਖੰਡ ਪਾਠ ਸਾਹਿਬ ਭਾਈ ਬੋਕੀ ਆ, ਇਹ ਇੱਥੇ ਨਹੀਂ ਕਿਤੇ ਆਪਾਂ ਬੁੱਕ ਕਰਨੇ, ਜਿੱਥੇ ਇਹ ਰੌਲਾ ਰੱਪਾ ਪਈ ਜਾਂਦਾ ਕਿ ਭਾਈ ਉਹ ਜਿਹੜੇ ਪੈਸੇ ਧੇਲੇ ਨੇ ਜਿਹੜੇ ਆਏ ਨੇ, ਆਪਾਂ ਹੁਣ ਕਿਹੜੇ ਕਾਰਸੇ ਵਾਲਿਆਂ ਨੂੰ ਦੇਣੇ ਅਤੇ ਕਿਹਨਾਂ ਨੂੰ ਨਹੀਂ ਦੇਣੇ? ਹੁਣ ਤੁਹਾਡੀ ਸ਼ਰਧਾ ਦਾ 1 ਰੁਪਈਆ ਹੋਏਗੀ, ਤੁਹਾਡੀ ਸ਼ਰਧਾ, ਮੇਰੀ ਸ਼ਰਧਾ, ਉਸ ਬਹੁਤ ਛੋਟੀ ਉਮਰ ਦੀ ਬੱਚੀ ਤੋਂ ਉਹਦੀ ਦਾਦੀ ਦੀ ਸ਼ਰਧਾ। ਪਰ ਜੇ ਆਪਾਂ 3-3 ਲੱਖ ਰੁਪਈਆ ਮੁੱਖ ਸਕੱਤਰਾਂ ਨੂੰ ਤਨਖਾਹ ਦੇਣੀ ਹੈ, ਉਹਨਾਂ ਨੂੰ ਉਸ ਪ੍ਰਕਰਮਾ ਦੇ ਨੇੜ ਤੇੜ ਕੋਈ ਆਪਣੀ ਰਹਾਇਸ਼ ਪਸੰਦ ਨਹੀਂ ਆਉਂਦੀ, ਅਸੀਂ 50,000 ਰੁਪਈਆ ਮਹੀਨੇ ਦੀ ਕੋਠੀ ਉਹਨਾਂ ਨੂੰ ਕਿਰਾਏ 'ਤੇ ਲੈ ਕੇ ਦੇਣੀ ਹੈ, ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਆ ਕਿ ਭਾਈ ਉਹ ਸ਼ਰਧਾ ਨੂੰ ਕਿੰਨਾ ਕੁ ਸਮਝਦੇ ਨੇ ਅਤੇ ਸ਼ਰਧਾ ਨੂੰ ਆਪਣੇ ਹਿੱਤਾਂ ਦੇ ਲਈ ਕਿੰਨਾ ਕੁ ਵਰਤਦੇ ਆ। ਇਹ ਤਾਂ ਸਾਨੂੰ ਕਿਤੇ ਨਾ ਕਿਤੇ ਫਰਕ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਸਾਹਮਣੇ ਰੱਖਣੇ ਪੈਣਗੇ। ਮੈਂ ਜ਼ਿਕਰ ਕਰਨ ਲੱਗਾ ਸੀ ਅੱਜ ਦੀ ਮੀਟਿੰਗ ਦਾ, ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਦੇ
ਤੇ ਮੈਂ ਤਾਂ ਤੁਹਾਨੂੰ ਕੱਲ ਹੀ ਕਹਿਤਾ ਇਹੀ ਜਵਾਬ ਦਿੱਤਾ ਜਾਣਾ, ਕਮੇਟੀ ਬਣਾਉਣੀ ਹੈ ਤੇ ਹੋਰ ਕੀ ਕਰਨਾ। ਮੈਂ ਕਹਿੰਦਾ ਕਿ ਤੁਸੀਂ ਅੰਮ੍ਰਿਤਸਰ ਬੈਠੇ ਹੋ, ਉੱਥੇ ਹੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ, ਉੱਥੇ ਹੀ ਸਾਰਾ ਰਿਕਾਰਡ ਪਿਆ, ਤੁਸੀਂ ਨਾ ਉੱਠੋ ਅੱਜ, ਨਾ ਉੱਠੋ ਰਾਤ 12 ਵਜੇ ਤੱਕ, ਨਾ ਉੱਠੋ ਕੱਲ੍ਹ ਤੱਕ, ਤੁਸੀਂ ਬੈਠੋ, ਤੁਸੀਂ ਉੱਥੇ ਬੈਠ ਕੇ ਰਿਕਾਰਡ ਮੌਕੇ 'ਤੇ ਮੰਗਵਾਓ, ਸਾਰੇ ਕਰਮਚਾਰੀ ਤੁਹਾਡੇ ਕੋਲ, ਨਹੀਂ ਤਾਂ ਉੱਥੇ ਚਲੇ ਜਾਓ। ਕਾਕਾ ਇੱਦਾਂ ਨਹੀਂ ਹੁੰਦਾ। ਅੱਛਾ ਤਾਇਆ ਕਿੱਦਾਂ ਹੁੰਦਾ ਕੰਮ ਹੁੰਦੇ ਕਰਨ ਵਾਲੇ, ਐਵੇਂ ਪ੍ਰਧਾਨ ਨੇ ਅਗਲੇ ਯਾਰ, ਤੁਸੀਂ ਕਹਿੰਦੇ ਉੱਥੇ ਬਹਿ ਕੇ ਹੁਣ ਘੱਟੇ ਦੇ ਭਰੇ ਰਜਿਸਟਰ ਫਰੋਲੀ ਜਾਣ। ਕਾਕਾ ਉੱਥੇ ਜਲ ਛਕੋ, ਚੱਲ ਕੇ ਮੱਥਾ ਟੇਕੋ, ਧੰਨ ਗੁਰੂ ਵਾਹਿਗੁਰੂ ਕਰੋ। ਮੈਂ ਤਾਇਆ ਮਾਫੀ ਮੰਗਦਾ ਕਿ ਮੈਨੂੰ ਨਹੀਂ ਸੀ ਪਤਾ ਤੁਸੀਂ ਲੱਸੀ ਜ਼ਿਆਦਾ ਪੀ ਲਈ ਆ, ਮੈਨੂੰ ਨਹੀਂ ਸਮਝ ਆਉਂਦੀ, ਪਰ ਅਸਲ ਦੇ ਵਿੱਚ ਮੈਂ ਦੇਖਿਆ ਕਿ ਤੁਹਾਡਾ ਉਹਨਾਂ ਦੇ ਨਾਲ ਨਾ ਵਰਤਾਓ ਕਿਤੇ ਨਾ ਕਿਤੇ ਹੈਗਾ, ਤੁਹਾਨੂੰ ਪਤਾ ਕਿ ਉੱਥੇ ਕੰਮ ਕਰਕੇ ਮੈਂ ਚੱਲਦੇ, ਮੈਂ ਤਾਂ ਸਿੱਧੀਆਂ ਜਿਹੀਆਂ ਪਿੰਡ ਵਾਲੀਆਂ ਗੱਲਾਂ ਕਰੀ ਜਾਂਦਾ। ਪਤਾ ਕਿਉਂ? ਮੈਂ ਕਹਿੰਦਾ ਵੀ ਦੇਖੋ ਗੱਲ ਇਹ ਹੁੰਦੀ ਆ ਵੀ ਉਹ ਕਹਿੰਦੇ ਢੱਕੀ ਰਿੱਝੇ ਅਤੇ ਕੋਈ ਨਾ ਬੁੱਝੇ। ਆਪਾਂ ਹੁਣ ਅਗਲੀ ਗੱਲ ਕਰ ਲਈਏ। ਅਗਲੀ ਗੱਲ ਇਹ ਆ ਵੀ ਕਿਉਂਕਿ ਸਮਾਂ ਥੋੜ੍ਹਾ ਬਚਿਆ, ਗੱਲਾਂ ਜ਼ਿਆਦੀਆਂ ਨੇ, ਮੈਨੂੰ ਇਹ ਵੀ ਇੱਕ ਇੱਕ ਮਿੰਟ ਲਾ ਲਈਏ। ਉਹ ਇਹ ਆ ਸਾਹਿਬ ਜੀ ਕਿ ਖਹਿਰਾ ਸਾਹਿਬ ਨੇ ਜਿਹੜਾ ਕੱਲ੍ਹ ਗੱਲ ਕੀਤੀ, ਉਹ ਕਹਿੰਦੇ ਵੀ ਪੰਜਾਬ ਦੀਆਂ ਨਹਿਰਾਂ ਸੁੱਕੀਆਂ, ਝੋਨੇ ਦੀ ਲਵਾਈ ਸ਼ੁਰੂ ਹੋ ਗਈ, ਪਾਣੀ ਦੀ ਲੋੜ ਕਿਸਾਨਾਂ ਨੂੰ ਆ, ਸੂਆ ਤੁਸੀਂ ਕੋਈ ਨਹੀਂ ਖਾ ਲਿਆ, ਕੱਸੀ ਕੋਈ ਨਹੀਂ ਖਾ ਲਈ, ਨਹਿਰਾਂ ਦਾ ਹਾਲ ਉਹੀ ਹੈ, ਅਤੇ ਪਾਕਿਸਤਾਨ ਨੂੰ ਪਾਣੀ ਕਿਸ ਖੁਸ਼ੀ ਛੱਡਿਆ? ਸਰਕਾਰ ਦਾ ਫੰਡਾ ਬੜਾ ਵਧੀਆ, ਉਹ ਕਹਿੰਦੇ ਜੇ ਨਹਿਰਾਂ ਦੇ ਵਿੱਚ, ਕੱਸੀ ਦੇ ਵਿੱਚ, ਸੂਏ ਦੇ ਵਿੱਚ ਅਸੀਂ ਪਾਣੀ ਛੱਡ ਦਿੰਦੇ ਨਾ, ਕਿਸਾਨ ਕਈ ਵਾਰੀ ਬਾਰੀ ਤੋਂ ਹੀ ਲੜੀ ਜਾਂਦੇ ਆ, ਇੱਕ ਦੂਜੇ ਦੇ ਕਈਆਂ ਮਾਰੀ ਜਾਂਦੇ, ਆਪਾਂ ਲੜਾਈ ਮੁਕਾਈ, ਆਪਾਂ ਪਾਣੀ ਉਹਦੇ ਪਾਸੇ ਨੂੰ ਛੱਡਣਾ ਹੀ ਨਹੀਂ। ਸੁਖਪਾਲ ਸਿੰਘ ਖਹਿਰਾ ਨੇ ਕੱਲ੍ਹ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਉਹ ਕਹਿੰਦੇ ਕਿ ਮੈਨੂੰ ਦੁੱਖ ਬਹੁਤ ਹੁੰਦਾ ਕਿ ਅਸੀਂ ਧਰਤੀ ਹੇਠੋਂ ਪਾਣੀ ਖਿੱਚੀ ਜਾਂਦੇ ਹਾਂ, ਜਿਹੜਾ ਪਾਣੀ ਸਾਡੇ ਕੋਲ ਕੁਦਰਤੀ ਰੂਪ ਦੇ ਵਿੱਚ ਹੈਗਾ, ਜਿਹਨੂੰ ਨਹਿਰਾਂ ਦੇ ਰਾਹੀਂ ਪੰਜਾਬ ਦੀ ਖੇਤੀਬਾੜੀ ਲਈ ਵਰਤਿਆ ਜਾ ਸਕਦਾ, ਉਹ ਅਸੀਂ ਪਾਕਿਸਤਾਨ ਨੂੰ ਜਿਹੜਾ ਉਹ ਭੇਜੀ ਜਾਂਦੇ। ਉਹ ਕਹਿੰਦੇ ਜਵਾਬ ਚਾਹੀਦਾ ਕਿ ਜਦੋਂ ਸਾਨੂੰ ਪਾਣੀ ਦੀ ਲੋੜ ਹੈ, ਜਦੋਂ ਧਰਤੀ ਹੇਠਲਾ ਸਾਡਾ ਪਾਣੀ ਹੇਠਾਂ ਜਾਈ ਜਾਂਦਾ, ਅਤੇ ਅਸੀਂ ਪਾਕਿਸਤਾਨ ਨੂੰ ਬਿਨਾਂ ਕਿਸੇ ਸਮਝੌਤੇ ਦੇ ਉਹ ਪਾਣੀ ਛੱਡ ਦੇ ਕੇ ਆਉਂ। ਉਹਨਾਂ ਇਹ ਵੀ ਕਹਿਤਾ ਕਿ ਮੈਂ ਹਰੀਕੇ ਪੱਤਣ ਦੇ ਉੱਤੇ ਜਾ ਕੇ ਧਰਨਾ ਦੇਣਾ ਜੇ ਸਰਕਾਰ ਨੇ ਸਾਡੀ ਗੱਲ ਦੇ ਵੱਲ ਧਿਆਨ ਨਾ ਦਿੱਤਾ। ਇਸ ਪਾਣੀ ਦੀ ਗੱਲ ਦੇ ਨਾਲ ਉਹਨਾਂ ਨੇ ਸਿਆਸੀ ਪਾਣੀ ਵੀ ਕੱਲ੍ਹ ਰਿੜਕਿਆ। ਪੱਤਰਕਾਰਾਂ ਨੇ ਸਵਾਲ ਕੀਤਾ ਨਵਜੋਤ ਸਿੰਘ ਸਿੱਧੂ ਦੇ ਬਾਰੇ, ਕਹਿੰਦੇ ਚੰਗਾ ਬੰਦਾ, ਇਹ ਖਹਿਰਾ ਸਾਹਿਬ ਦਾ ਬਿਆਨ ਆ ਕਿ ਬੰਦਾ ਵਧੀਆ, ਪਰ ਹੁਣ ਸਰਕਾਰ ਉਸ ਦੇ ਵਿੱਚ ਫਸ ਗਿਆ, ਕਰ ਕੁਛ ਨਹੀਂ ਸਕਦਾ। ਕਹਿੰਦੇ ਮੈਂ ਅੱਜ ਫਿਰ ਸੱਦਾ ਦਿੰਦਾ, ਸਾਡੇ ਭਾਈਵਾਲ ਸਿਮਰਜੀਤ ਬੈਂਸ ਨੇ ਵੀ ਸੱਦਾ ਦਿੱਤਾ, ਅਤੇ ਮੈਂ ਵੀ ਕਹਿੰਦਾ ਕਿ ਸਿੱਧੂ ਸਾਹਿਬ ਆਓ, ਛੱਡੋ ਕਾਂਗਰਸ ਪਾਰਟੀ ਦਾ ਖਹਿੜਾ, ਖੜੋ ਪੰਜਾਬ ਦੇ ਲੋਕਾਂ ਨਾਲ, ਮੈਂ ਤੁਹਾਨੂੰ ਆਪਣਾ ਲੀਡਰ ਮੰਨਣ ਨੂੰ ਤਿਆਰ ਹਾਂ। ਟਕਸਾਲੀ ਵੀ ਲੀਡਰ ਮੰਨਣ ਨੂੰ ਤਿਆਰ ਨੇ। ਸਿਮਰਜੀਤ ਬੈਂਸ ਕਹਿੰਦੇ ਕਿ ਆਓ ਸਾਂਭੋ ਪ੍ਰਧਾਨਗੀ, ਆਪਾਂ ਤੁਹਾਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਬਣਾਉਂਦੇ ਹਾਂ। ਖਹਿਰਾ ਸਾਹਿਬ ਕਹਿੰਦੇ ਕਿ ਮੈਂ ਨਵਜੋਤ ਸਿੰਘ ਸਿੱਧੂ ਨੂੰ ਲੀਡਰ ਮੰਨਣ ਨੂੰ ਤਿਆਰ ਹਾਂ। ਇੱਕ ਅੱਧਾ ਬਿਆਨ ਡਾਕਟਰ ਧਰਮਵੀਰ ਗਾਂਧੀ ਦਾ ਹੀ ਚਾਹੀਦਾ, ਪੀਡੀਏ ਦੇ ਲੀਡਰ ਵਿੱਚ ਤਾਂ ਵੱਟਦੇ ਪਏ। ਅੱਛਾ ਆਪਾਂ ਇੱਕ ਗੱਲ ਇਹ ਵੀ ਕਰਨੀ ਆ ਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਬਦਲੀ ਵਾਲਾ ਰੌਲਾ ਸੀ, ਜਿਹਦਾ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਸ਼ਿਕਾਇਤ ਵੀ ਕੀਤੀ ਇਲੈਕਸ਼ਨ ਕਮਿਸ਼ਨ ਕੋਲੇ ਕਿ ਮਹਾਰਾਜ ਤੁਸੀਂ ਤਾਂ ਕਾਗਜ਼ ਲਿਖ ਕੇ ਭੇਜਿਆ ਕਿ ਵੀ ਆਹ ਜਿਹੜੀ ਬਦਲੀ ਕਰ ਦਿਓ, ਪੰਜਾਬ ਸਰਕਾਰ ਨੇ ਕੀਤੀ ਨਹੀਂ ਕਿਉਂਕਿ ਉਹਦੇ ਦੌਰਾਨ ਹੀ ਉਹਨਾਂ ਨੇ ਆਪਣੀ ਜਿਹੜੀ ਉਹ ਚਾਰਜਸ਼ੀਟ ਸੀ ਉਹਦੇ 'ਤੇ ਸਿਗਨੇਚਰ ਕੀਤੇ। ਪੰਜਾਬ ਸਰਕਾਰ ਨੇ ਜਵਾਬ ਹੁਣ ਇਹ ਦਿੱਤਾ ਕਿ ਜਿਵੇਂ ਤੁਹਾਡਾ ਹੁਕਮ ਆਇਆ ਸੀ ਅਸੀਂ ਹੁਕਮ ਵਜਾ ਦਿੱਤਾ ਸੀ, ਹੁਣ ਇਹ ਗੱਲ ਕਹਾਣੀ ਕਿੱਧਰ ਨੂੰ ਜਾਊਗੀ? ਦੇਖੋ ਕੁੰਵਰ ਵਿਜੇ ਪ੍ਰਤਾਪ ਹੋਰਾਂ ਦੀ ਡਿਊਟੀ ਲੱਗੀ ਸੀ ਐਸਆਈਟੀ 'ਚ, ਕੰਮ ਉਹ ਸਭ ਤੋਂ ਅੱਗੇ ਹੋ ਕੇ ਕਰਦੇ ਸੀ ਕਿ ਮੈਂ ਪਤਾ ਲਾਉਣਾ ਕਿ ਕੋਟਕਪੁਰਾ 'ਚ ਗੋਲੀ ਕਿਹਨੇ ਚਲਾਈ ਹੈ, ਬਹਿਬਲ ਕਲਾਂ ਦੇ ਵਿੱਚ ਕੀ ਕੁਝ ਵਾਪਰਿਆ, ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਿਹਨੇ ਕਰਾਈ ਅਤੇ ਕਿਉਂ ਕਰਾਈ। ਜਾਂਚ ਪੜਤਾਲ ਚੱਲੀ, ਉਹ ਸਭ ਤੋਂ ਵੱਧ ਅੱਗੇ ਹੋ ਕੇ ਸਾਹਮਣੇ ਆਏ, ਮੀਡੀਆ ਦੇ ਨਾਲ ਵੀ ਗੱਲਾਂ ਬਾਤਾਂ ਉਹ ਕਰਦੇ ਸੀ। ਜੇ ਕਿਸੇ ਨੂੰ ਸੰਮਨ ਭੇਜਣੇ ਆ ਤਾਂ ਦਸਖਤ ਕੁੰਵਰ ਵਿਜੇ ਪ੍ਰਤਾਪ ਦੇ ਹੁੰਦੇ ਸੀ, ਜੇ ਕਿਸੇ ਨੂੰ ਕੁਝ ਹੋਰ ਕਹਿਣਾ ਤਾਂ ਦਸਖਤ ਕੁੰਵਰ ਵਿਜੇ ਪ੍ਰਤਾਪ ਦੇ ਹੁੰਦੇ ਸੀ, ਹੋਰ ਕਿਸੇ ਬੰਦੇ ਦੇ ਨਹੀਂ। ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ ਹੋਰਾਂ ਨੇ ਵੀ ਤਾਕਤਾਂ ਉਧਰਲੇ ਪਾਸੇ ਦਿੱਤੀਆਂ ਹੋਈਆਂ ਸੀ। ਚਲੋ, ਲੋਕ ਸਭਾ ਦੀਆਂ ਚੋਣਾਂ ਆਈਆਂ, ਅਕਾਲੀ ਦਲ ਜਾ ਕੇ ਇਤਰਾਜ਼ ਕਰਦਾ ਨਰੇਸ਼ ਗੁਜਰਾਲ ਹੋਰਾਂ ਦੇ ਰਾਹੀਂ ਕਿ ਇਹ ਬੰਦਾ ਕਾਂਗਰਸ ਦੇ ਹੱਕ 'ਚ ਅਤੇ ਅਕਾਲੀਆਂ ਦੇ ਵਿਰੋਧ 'ਚ ਭੁਗਤਦਾ, ਇਹਨੂੰ ਡਿਊਟੀ 'ਤੇ ਨਾ ਰੱਖੋ। ਚੋਣ ਕਮਿਸ਼ਨ ਨੇ ਮਿੰਟ ਇੱਕ ਲਾਇਆ ਬਦਲੀ ਕਰਤੀ ਕਿ ਭਾਈ ਤੁਸੀਂ ਚਲੋ ਅੰਮ੍ਰਿਤਸਰ ਦੇ ਫਲਾਨੇ ਕੁਰਸੀ ਦੇ ਉੱਤੇ ਜਾ ਕੇ ਬੈਠੋ, ਤੁਸੀਂ ਹੁਣ ਮੀਡੀਆ ਦੇ ਨਾਲ ਕੋਈ ਗੱਲ ਨਹੀਂ ਕਰਨੀ। ਚਲੋ, ਉਹਦੇ ਤੋਂ ਬਾਅਦ ਹੁਣ ਜਿੱਦਣ ਕੋਡ ਆਫ ਕੰਡਕਟ ਮੁੱਕਿਆ, ਕੈਪਟਨ ਸਾਹਿਬ ਕੁੰਵਰ ਵਿਜੇ ਪ੍ਰਤਾਪ ਨੂੰ ਵਾਪਸ ਲਿਆਏ, 4-5 ਘੰਟਿਆਂ ਦੇ ਵਿੱਚ ਉਹਨਾਂ ਨੇ ਚਲਾਨ ਪੇਸ਼ ਕਰ ਦਿੱਤਾ, ਚਲਾਨ ਭਾਗ 1 ਚਾਰਜਸ਼ੀਟ ਜਿਹੜੀ ਹੈ, ਅਤੇ ਨਾਲ ਹੀ ਅਕਾਲੀ ਦਲ ਦਿੱਲੀ ਗਿਆ ਸਿੱਧਾ, ਅਤੇ ਦਿੱਲੀ ਜਾ ਕਹਿੰਦੇ ਆ ਵੇਖਿਆ ਜੀ, ਅਸੀਂ ਤਾਂ ਤੁਹਾਨੂੰ ਕਿਹਾ ਸੀ ਕਿ ਬੰਦਾ ਇਹਨਾਂ ਨੇ ਰੱਖਿਆ ਹੀ ਅਕਾਲੀ ਦਲ ਨੂੰ ਬਦਨਾਮ ਕਰਨ ਨੂੰ ਆ, ਅਤੇ ਸਾਡੇ ਬੰਦਿਆਂ ਦੇ ਉੱਥੇ ਨਾਂ ਲਿਖ ਦਿੱਤੇ ਕਿ ਇਹਨਾਂ ਦੇ ਖਿਲਾਫ ਜਾਂਚ ਜਾਰੀ ਹੈ। ਅਤੇ ਹੁਣ ਉਹ ਕਹਿੰਦੇ ਕਿ ਤੁਸੀਂ ਦੱਸੋ, 27 ਤਰੀਕ ਤੱਕ ਤੁਸੀਂ ਪਾਬੰਦੀ ਲਾਈ ਸੀ, ਇਹ ਬੰਦਾ 23 ਤਰੀਕ ਨੂੰ ਦਸਖਤ ਕਿਵੇਂ ਕਰੀ ਜਾਂਦਾ? ਇਹਦਾ ਮਤਲਬ ਹੈ ਕਿ ਤੁਸੀਂ ਕਿਹਾ ਸੀ ਕਿ ਇਹਨੂੰ ਬਾਹਰ ਕੱਢ ਦਿਓ ਸਾਰੇ ਕੰਮਾਂ ਕਾਰਾਂ ਤੋਂ, ਪਰ ਇਹਦਾ ਮਤਲਬ ਹੈ ਕਿ ਪੰਜਾਬ ਦੀ ਸਰਕਾਰ ਨੇ ਇਹਦੇ ਤੋਂ ਕੰਮ ਕਰਾਇਆ, ਐਕਸ਼ਨ ਲਓ। ਅਗਲਿਆਂ ਨੇ ਉਸੇ ਵੇਲੇ ਪੰਜਾਬ ਸਰਕਾਰ ਨੂੰ ਨੋਟਿਸ ਕਰਤਾ ਕਿ ਭਾਈ ਚੰਦ ਘੰਟਿਆਂ ਦੇ ਵਿੱਚ ਸਾਨੂੰ ਜਵਾਬ ਦਿਓ ਕਿ ਤੁਸੀਂ ਡਿਊਰਿੰਗ ਕੋਡ ਆਫ ਕੰਡਕਟ ਸਾਡੇ ਹੁਕਮਾਂ ਦੀ ਅਦੂਲੀ ਕਰ ਕਿਵੇਂ ਦਿੱਤੀ। ਪੰਜਾਬ ਸਰਕਾਰ ਨੂੰ ਇੱਕ ਚਿੱਠੀ ਗਈ, ਉਹ ਕਹਿੰਦੇ ਜੀ ਤੁਹਾਨੂੰ ਕਿਸੇ ਨੇ
ਜਦੋਂ ਤੱਕ ਚੋਣ ਜ਼ਾਬਤਾ ਲੱਗਿਆ ਮੀਡੀਆ ਦੇ ਨਾਲ ਗੱਲ ਨਾ ਕਰੇ, ਕਹਿੰਦੇ ਉਹ ਬੰਦਾ ਮੀਡੀਆ ਦੇ ਸਾਹਮਣੇ ਇੱਕ ਸ਼ਬਦ ਵੀ ਨਹੀਂ ਬੋਲਿਆ। ਪਰ ਕਾਂਗਰਸ ਪਾਰਟੀ ਦੀ ਮੌਜੂਦਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਇਹ ਲਿਖ ਕੇ ਦਿੱਤਾ ਕਿ ਤੁਸੀਂ ਆਪਣੇ ਹੁਕਮਾਂ ਦੇ ਵਿੱਚ ਸਾਨੂੰ ਬਿਲਕੁਲ ਨਹੀਂ ਸੀ ਕਿਹਾ ਕਿ ਉਹਨੂੰ ਐੱਸ ਆਈ ਟੀ ਦੇ ਮੈਂਬਰ ਵਜੋਂ ਵੀ ਪਰੇ ਉਰੇ ਕਰ ਦਿਓ, ਨਾ ਤੁਸੀਂ ਕਿਹਾ ਨਾ ਅਸੀਂ ਕੀਤਾ। ਕਹਿੰਦੇ ਦਸਖਤ ਭਾਵੇਂ ਉਸ ਬੰਦੇ ਨੇ 23 ਮਈ ਨੂੰ ਕੀਤੇ ਸੀ, ਪਰ ਅਸੀਂ ਚਾਰਜਸ਼ੀਟ ਫਾਈਲ ਤਾਂ 27 ਤੋਂ ਬਾਅਦ ਹੀ ਕੀਤੀ ਹੈ ਨਾ, ਜਦੋਂ ਕੋਡ ਆਫ ਕੰਡਕਟ ਜਿਹੜਾ ਹਟ ਚੁੱਕਿਆ ਸੀ। ਇਸ ਕਰਕੇ ਕਹਿੰਦੇ ਸਾਨੂੰ ਨਹੀਂ ਲੱਗਦਾ ਕਿ ਅਸੀਂ 0% ਵੀ ਤੁਹਾਡੇ ਹੁਕਮਾਂ ਦੀ ਅਦੂਲੀ ਕੀਤੀ ਹੈ। ਆ ਜਿਹੜੇ ਬੰਦੇ ਤੁਹਾਨੂੰ ਗਲਤ ਗਾਈਡ ਕਰਦੇ ਫਿਰਦੇ, ਹੁਣ ਤੁਹਾਨੂੰ ਉਹਨਾਂ ਨੂੰ ਪੁੱਛਣਾ ਚਾਹੀਦਾ। ਇਹਦਾ ਮਤਲਬ ਹੈ ਕਿ ਸਰਕਾਰ ਕੁੰਵਰ ਵਿਜੇ ਪ੍ਰਤਾਪ ਦੀ ਪਿੱਠ 'ਤੇ ਖੜੀ ਹੈ। ਹੁਣ ਉਹਦੇ ਤੋਂ ਬਾਅਦ ਤਾਂ ਸਗੋਂ ਚਾਰਜਸ਼ੀਟ ਦੀ ਦੂਸਰੀ ਕਾਪੀ ਵੀ ਪੇਸ਼ ਕਰ ਦਿੱਤੀ ਗਈ ਚਲਾਨ ਦੀ, ਅਤੇ ਉਹਦੇ ਵਿੱਚ ਇੱਥੋਂ ਤੱਕ ਕਿ ਕੁਝ ਪੁਲਿਸ ਅਧਿਕਾਰੀ ਜਿਹੜੇ ਸਾਬਕਾ ਉਹਨਾਂ ਦੇ ਬਾਰੇ ਵੀ ਲਿਖ ਕੇ ਭੇਜ ਦਿੱਤਾ ਗਿਆ ਕਿ ਜਾਂਚ ਚੱਲ ਰਹੀ ਹੈ, ਅਸੀਂ ਕਿਸੇ ਵੀ ਵੇਲੇ ਪੰਡ ਬੰਨ ਕੇ ਸਬੂਤਾਂ ਦੀ ਜੇ ਸਾਨੂੰ ਮਿਲ ਗਈ ਤਾਂ ਤੁਹਾਡੇ ਸਾਹਮਣੇ ਰੱਖ ਦਿਆਂਗੇ। ਮਤਲਬ ਕੁੱਲ ਮਿਲਾ ਕੇ ਜਿਹੜੀ ਗੱਲ ਹੈ ਉਹ ਹੁਣ ਕੋਰਟ ਕਚਹਿਰੀ ਸਬੂਤ ਪਰੂਫ ਉਹਦੇ ਵਿੱਚ ਫਸ ਗਈ। ਨਹੀਂ ਉਹ ਲੰਬਾ ਹੋ ਗਿਆ ਜੀ, ਕੋਡ ਆਫ ਕੰਡਕਟ ਖਤਮ ਹੋ ਗਿਆ, ਚੋਣ ਕਮਿਸ਼ਨ ਦੇ ਕੋਲ ਅਧਿਕਾਰ ਘੱਟ ਰਹਿ ਗਿਆ, ਉਹ ਨਿਬੜ ਗਿਆ ਕੰਮ ਸਮਝੋ। ਕੱਲ੍ਹ ਆ ਜੀ ਕਿ ਅੱਜ ਕਹਿੰਦੇ ਆ ਵੀ ਗੁਜਰਾਤ ਵਾਲੇ ਪਾਸੇ ਸਮੁੰਦਰੀ ਤੂਫਾਨ ਆਉਣਾ, ਅਤੇ ਵੈਸੇ ਇਹ ਵੀ ਮੰਨਣ 'ਚ ਆਉਂਦੀ ਹੈ ਗੱਲ ਵੀ ਸ਼ਾਇਦ ਕਹਿੰਦੇ ਰਾਜਸਥਾਨ ਅਤੇ ਪੰਜਾਬ ਹਰਿਆਣੇ ਵੱਲੋਂ ਵੀ ਕੋਈ ਜਿਹੜਾ ਪਾਕਿਸਤਾਨ ਵਾਲੇ ਪਾਸਿਓਂ ਉੱਠਣਾ ਤੂਫਾਨ ਉਹ ਵੀ ਆਣ ਕੇ ਤੰਗ ਕਰ ਸਕਦਾ। 550 ਪਿੰਡ ਖਾਲੀ ਕਰਾ ਲਿਆ। ਦੇਖੋ ਸੰਧਾਲੀਆ ਸਾਹਿਬ, ਇਹ ਤਾਂ ਕੁਦਰਤ ਹੈ ਨਾ, ਸਾਨੂੰ ਕੁਦਰਤ ਦੇ ਕ੍ਰੋਧ ਦਾ ਟਾਕਰਾ ਕਰਨ ਦੇ ਲਈ ਹਮੇਸ਼ਾ ਤਿਆਰ ਰਹਿਣਾ ਚਾਹੀਦਾ, ਪਰ ਉਹਦੇ ਵਿੱਚ ਦਖਲ ਅੰਦਾਜ਼ੀ ਕਰਕੇ ਨਹੀਂ, ਉਹਦੇ ਨਾਲ ਇੱਕਮਿੱਕ ਹੋ ਕੇ। ਹੁਣ ਅਰਬ ਸਾਗਰ ਦੇ ਵਿੱਚੋਂ ਤੂਫਾਨ ਕਹਿੰਦੇ ਉੱਠਿਆ ਅਤੇ ਨਾਮ ਉਹਦਾ ਦਿੱਤਾ ਮਾਹਿਰਾਂ ਨੇ ਵਾਯੂ, ਅਤੇ ਉਹ ਤੂਫਾਨ ਇੰਨਾ ਖਤਰਨਾਕ ਆ ਕਿ 3.5 ਲੱਖ ਲੋਕ ਜਿਹੜੇ ਨੇ ਗੁਜਰਾਤ ਦੇ ਸਮੁੰਦਰੀ ਕੰਢਿਆਂ ਦੇ ਉੱਤੇ ਰਹਿੰਦੇ ਸੀ, ਉਹਨਾਂ ਨੂੰ ਕਾਹਲੀ ਕਾਹਲੀ ਦੇ ਵਿੱਚ ਸਰਕਾਰ ਨੇ ਪਿੱਛੇ ਸੱਦ ਲਿਆ ਕਿ ਭਾਈ ਉੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ। ਪਤਾ ਨਹੀਂ ਕਿੱਦਾਂ ਦੇ ਹਾਲਾਤ ਬਣ ਜਾਣ। 10 ਤੋਂ ਲੈ ਕੇ 15,000 ਤੱਕ ਟੂਰਿਸਟ ਉੱਥੇ ਗਏ ਹੋਏ ਸੀ, ਸੈਲਾਨੀ, ਕਿਉਂਕਿ ਛੁੱਟੀਆਂ ਨੇ, ਉਹਨਾਂ ਨੂੰ ਵੀ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ। ਆ 250 ਪਿੰਡਾਂ ਦਾ ਤੁਸੀਂ ਜ਼ਿਕਰ ਕੀਤਾ, 250 ਪਿੰਡਾਂ ਦੇ ਵਿੱਚੋਂ ਇਕੱਲੇ ਜਿਹੜੇ ਨੇ ਉਹ ਲੋਕ ਚੱਕੇ ਗਏ, ਬਾਕੀਆਂ ਦੇ ਵਿੱਚੋਂ ਤਾਂ ਪਸ਼ੂ ਭਾਅ ਵੀ ਸਭ ਕੁਝ ਲੈ ਜਾਂਦਾ ਕਿ ਭਾਈ ਘਰਾਂ ਦਾ ਵੀ ਕੁਝ ਪਤਾ ਨਹੀਂ ਬਚਣ ਕਿ ਨਾ ਬਚਣ। ਚਲੋ ਚੇਤਾਵਨੀਆਂ ਬਹੁਤ ਸਾਰੀਆਂ ਦਿੱਤੀਆਂ ਜਾਂਦੀਆਂ ਰਹੀਆਂ ਨੇ, ਅਸੀਂ ਉਮੀਦ ਕਰਦੇ ਹਾਂ ਕਿ ਭਾਈ ਚੇਤਾਵਨੀ ਜਿਹੜੀ ਆ ਸੱਚ ਨਾ ਹੋਵੇ, ਲੋਕਾਂ ਦੇ ਘਰ ਵੀ ਬਚਣ, ਲੋਕਾਂ ਦਾ ਪਸ਼ੂ ਭਾਅ ਵੀ ਬਚੇ, ਲੋਕਾਂ ਦੀਆਂ ਫਸਲਾਂ ਵੀ ਬਚਣ। ਪਰ ਸਾਨੂੰ ਕਿਤੇ ਨਾ ਕਿਤੇ ਹੁਣ ਹਿਸਾਬ ਕਿਤਾਬ ਲਾਉਣਾ ਚਾਹੀਦਾ ਕਿ ਅਸੀਂ ਕੁਦਰਤ ਦੇ ਨਾਲ ਵਿਵਹਾਰ ਕਿਹੋ ਜਿਹਾ ਕਰਦੇ ਹਾਂ। ਕੁਦਰਤ ਜਦੋਂ 5, 7, 8 ਸਾਲੀ ਕੋਈ ਇੱਦਾਂ ਦਾ ਆਪਣਾ ਰੂਪ ਵਿਖਾਉਂਦੀ ਹੈ ਤਾਂ ਸਾਨੂੰ ਆਪਣੀਆਂ ਉਸਾਰੀਆਂ, ਸਾਨੂੰ ਆਪਣੀ ਕੰਸਟਰਕਸ਼ਨ ਵੀ ਉਸੇ ਹਿਸਾਬ ਨਾਲ ਕਰਨੀ ਚਾਹੀਦੀ ਹੈ। ਕੱਲ੍ਹ ਪੰਜਾਬ ਦੇ ਵਿੱਚ ਵੀ ਝੱਖੜ ਬਹੁਤ ਵਗਿਆ, 2 ਲੋਕਾਂ ਦੀ ਮੌਤ ਵੀ ਹੋ ਗਈ, ਕਈ ਕੋਠੇ ਜਿਹੜੇ ਕੱਚੇ ਸੀ ਉਹ ਵੀ ਡਿੱਗ ਪਏ, ਕਈ ਕੰਧਾਂ ਵੀ ਡਿੱਗ ਪਈਆਂ। ਹੁਣ ਇਸ ਮੁੱਦੇ ਦੇ ਉੱਤੇ ਆ ਕੇ ਅਸੀਂ ਸੋਚੀਏ ਜ਼ਰੂਰ, ਵੱਢੀ ਜਾਂਦੇ ਹਾਂ ਦਰਖਤ, ਵੱਢ ਦਿਓ, ਖਰਾਬ ਕਰੀ ਜਾਂਦੇ ਹਾਂ ਪਾਣੀ, ਕਰ ਦਿਓ, ਪਾਈ ਜਾਂਦੇ ਹਾਂ ਕੰਕਰੀਟ, ਪਾ ਦਿਓ, ਕੋਈ ਗੱਲ ਨਹੀਂ। ਪਰ ਜਦੋਂ ਕੁਦਰਤ ਆ ਕੇ ਆਪਣਾ ਲੱਫੜ ਮਾਰਦੀ ਹੈ ਨਾ, ਉਦੋਂ ਕੰਨ ਦੇ ਵਿੱਚੋਂ 15-20 ਮਿੰਟ ਸੇਕ ਨਿਕਲਣੋਂ ਨਹੀਂ ਹਟਦਾ। ਨਹੀਂ 15-20 ਮਿੰਟ ਕੀ ਤਾਂ ਹੁਣ 15-20 ਪੀੜ੍ਹੀਆਂ ਤੱਕ ਜਾਊਗੀ ਕਹਾਣੀ। ਕੁੱਲ ਮਿਲਾ ਕੇ ਵਾਰ ਸਾਹਿਬ ਹੁਣ ਲਗਭਗ ਤਾਂ ਗੱਲਾਂ ਆਪਾਂ ਕਰ ਲਈਆਂ ਅਤੇ ਟਾਈਮ ਹੋ ਗਿਆ। ਨਹੀਂ ਸਮਾਂ ਤੁਸੀਂ ਇੰਨੀ ਛੇਤੀ ਨਾ ਮੁਕਾਇਆ ਕਰੋ, ਕਿਉਂਕਿ ਅੱਜ ਬਹੁਤ ਗੱਲਾਂ ਕਰਨ ਨੂੰ ਜੀ ਕਰਦਾ। ਮੇਰਾ ਵਸ ਚੱਲੇ, ਮੈਂ ਤਾਂ ਸਕਿੰਟਾਂ ਵਾਲੀ ਸੂਈ ਨੂੰ ਜੱਫਾ ਮਾਰਨਾ, ਪਰ ਕਹਿੰਦੇ ਨਾ ਸਮਾਂ ਕਿਸੇ ਕੋਲੋਂ ਫੜਿਆ ਨਹੀਂ ਜਾਂਦਾ। ਚਲੋ ਕਿਉਂਕਿ ਸਮੇਂ ਖਿਸਕਾਈ ਕੰਨੀ, ਮੈਂ ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ, ਇੱਕ ਘਰ ਹੋਸ਼ ਕੇ ਲੰਘਦਾ ਜਾਵਦਾ, ਇਹ ਠਹਿਰਨ ਜਾਚ ਨਾ ਜਾਣਦਾ। ਸੋ ਕਈ ਚੀਜ਼ਾਂ ਜਿਹੜੀਆਂ ਨੇ, ਚਲੋ ਸਮਾਂ ਗਿਆ, ਪਰ ਬੇਨਤੀ ਇੱਕ ਵਾਰੀ ਫਿਰ, ਭਾਈ ਬੂਟਾ ਲਾਇਓ, ਦਰਖਤ ਲਾਇਓ, ਉਹਨੂੰ ਸਾਂਭਿਓ ਜ਼ਰੂਰ। ਜੇ ਅੱਜ ਬੂਟਾ ਸਾਂਭ ਲਓਗੇ ਤਾਂ ਤੁਹਾਨੂੰ ਇਸ ਗੱਲ ਦਾ ਮਾਣ ਹੋਏਗਾ ਕਿ ਤੁਸੀਂ ਪੰਜਾਬ ਦਾ ਭਵਿੱਖ ਸਾਂਭਣ ਦੇ ਯਤਨਾਂ 'ਚ ਸ਼ਮੂਲੀਅਤ ਕੀਤੀ ਹੈ। ਬਹੁਤ ਮਿਹਰਬਾਨੀ ਬਾਰ ਸਾਹਿਬ, ਸ਼ੁਕਰੀਆ ਜੀ। ਇਸ ਦੇ ਨਾਲ ਹੀ ਆਪਾਂ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ ਜੀ, ਅਤੇ ਅਗਲਾ ਪ੍ਰੋਗਰਾਮ ਜਿਹੜਾ ਹੈ ਉਹ ਪ੍ਰਾਈਮੇਸ਼ਰ ਟੀ ਵੀ ਦੇ ਉੱਪਰ ਰੈਡੀ ਹੈ, ਤੁਸੀਂ ਉਹ ਦੇਖਣਾ, ਅਤੇ ਹੁਣ ਗੁਰਪ੍ਰੀਤ ਸੰਧਾ ਵਾਲੇ ਨੂੰ ਦਿਓ ਇਜਾਜ਼ਤ, ਦੇਖਦੇ ਰਹਿਣਾ ਪ੍ਰਾਈਮੇਸ਼ਰ ਟੀ ਵੀ, ਤੁਹਾਡਾ ਆਪਣਾ ਤੁਹਾਡੇ ਲਈ।